ਹੁਣ ਆਪ ਜੀ ਦੇ ਸਾਹਮਣੇ ਸਰਦਾਰ ਗਗਨਦੀਪ ਸਿੰਘ ਜੀ, ਜੋ ਕਿ ਸਿੱਖ ਇਤਿਹਾਸਕਾਰ ਹਨ, ਡਿਪਟੀ ਸੈਕਟਰੀ ਹੋਮ ਗਵਰਨਮੈਂਟ ਆਫ ਹਰਿਆਣਾ, ਖਾਸ ਤੌਰ 'ਤੇ ਸਾਡੇ ਕੋਲ ਹਰਿਆਣਾ ਤੋਂ ਆਏ ਹਨ। ਆਪ ਜੀ ਨੂੰ ਬੇਨਤੀ ਕਰਦੀ ਹਾਂ ਕਿ 45 ਮਿੰਟ ਲਈ ਸੰਗਤਾਂ ਨਾਲ ਆਪਣੇ ਵਿਚਾਰਾਂ ਦੀ ਸਾਂਝ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ 'ਚ ਜੁੜ ਬੈਠੀ ਸਾਧ ਸੰਗਤ ਜੀ, ਆਓ ਗੁਰੂ ਫਤਿਹ ਸਾਂਝ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਟੋਪਿਕ ਅੱਜ ਮੈਂ ਤੁਹਾਡੇ ਵਿੱਚ ਲੈ ਕੇ ਆਇਆ ਹਾਂ, ਉਹ ਹੈ ਲੋਹਗੜ੍ਹ ਖਾਲਸਾ ਰਾਜਧਾਨੀ ਦਾ। ਆਪਣਾ ਟੋਪਿਕ ਸ਼ੁਰੂ ਕਰਨ ਤੋਂ ਪਹਿਲੇ ਮੈਂ ਧੰਨਵਾਦ ਕਰਦਾ ਹਾਂ ਸਰਦਾਰ ਮਨਮੋਹਨ ਸਿੰਘ ਜੀ ਦਾ ਅਤੇ ਸਮੂਹ ਪ੍ਰਬੰਧਕ ਵੀਰਾਂ ਦਾ। ਕਾਫੀ ਟਾਈਮ ਤੋਂ ਮੈਂ ਜੰਮੂ ਆਉਣ ਦਾ ਸੋਚ ਰਿਹਾ ਸੀ, ਤਕਰੀਬਨ 3-4 ਸਾਲ ਤੋਂ, ਕਿਉਂਕਿ ਮੇਰੇ ਇਸ ਟੋਪਿਕ ਨਾਲ ਜੰਮੂ ਦੀਆਂ ਸਾਰੀਆਂ ਤਾਰਾਂ ਜੁੜੀਆਂ ਹੋਈਆਂ ਨੇ, ਜੰਮੂ ਦੇ ਇਲਾਕੇ ਦੀਆਂ। ਔਰ ਮੈਂ ਪਹਿਲੇ ਆਪਣਾ ਟੋਪਿਕ ਬਾਰੇ ਦੱਸਦਾ ਅਤੇ ਜੰਮੂ ਨਾਲ ਇਹ ਹਿਸਟਰੀ ਕਿੱਦਾਂ ਕਨੈਕਟਡ ਹੈ ਫਿਰ ਉਹਦੇ ਬਾਰੇ ਦੱਸਾਂਗਾ। ਮੈਂ ਬੜਾ ਰਸ਼ ਕਰਾਂ ਕਿਉਂਕਿ ਜੇ ਮੈਂ ਸਲੋ ਚੱਲਾਂਗਾ ਤਾਂ ਪ੍ਰੈਜੈਂਟੇਸ਼ਨ 45 ਮਿੰਟ 'ਚ ਵੀ ਖਤਮ ਨਹੀਂ ਹੋਵੇਗੀ। ਲੇਕਿਨ ਯਕੀਨ ਮੰਨਿਓ, ਮੇਰੇ ਤੋਂ ਪਹਿਲੇ ਜੋ ਭਾਈ ਸਾਹਿਬ ਬੋਲ ਗਏ, ਨਾਨਕ ਰਾਜ ਚਲਾਇਆ ਸੱਚ ਕੋਟ ਸਥਾਣੀ ਨੀਵ ਦੇ, ਉਹ ਕਿਸ ਤਰੀਕੇ ਨਾਲ ਲਾਗੂ ਹੋਇਆ ਉਹ ਸਾਰੇ ਇਸ ਪ੍ਰੈਜੈਂਟੇਸ਼ਨ ਦੇ ਵਿੱਚ, ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਬੰਦਾ ਸਿੰਘ ਬਹਾਦਰ ਤੱਕ ਇਹ ਸਾਰੀ ਗੱਲਬਾਤ ਹੈਗੀ ਹੈ ਜੀ। 2016 ਦੇ ਵਿੱਚ ਇੱਕ ਯਾਤਰਾ ਚੱਲੀ ਰਿਆਸੀ ਤੋਂ ਦਿੱਲੀ ਤੱਕ, ਜਰਨੈਲ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਯਾਤਰਾ ਸੀਗੀ, 300 ਸਾਲਾਂ ਜੋ ਦਿੱਲੀ ਜਾਣੀ ਸੀਗੀ ਜੀ। ਜੰਮੂ ਗੌਰਮੈਂਟ, ਪੰਜਾਬ ਗੌਰਮੈਂਟ, ਹਰਿਆਣਾ ਗੌਰਮੈਂਟ, ਦਿੱਲੀ ਗੌਰਮੈਂਟ ਨੇ ਇਸ ਯਾਤਰਾ ਨੂੰ ਸਟੇਟ ਗੈਸਟ ਦਾ ਦਰਜਾ ਦੇ ਦਿੱਤਾ। ਜਦੋਂ ਹਰਿਆਣੇ 'ਚ ਐਂਟਰ ਕੀਤੀ ਤਾਂ ਇਸ ਹਰਿਆਣੇ ਨੇ ਵੀ ਇਹਨੂੰ ਸਟੇਟ ਗੈਸਟ ਡਿਕਲੇਅਰ ਕੀਤਾ, ਅਤੇ ਉਸ ਯਾਤਰਾ ਦਾ ਨੋਡਲ ਆਫਿਸਰ ਮੈਂ ਸੀਗਾ ਅਤੇ ਮੈਂ ਇਸ ਯਾਤਰਾ ਨੂੰ ਰਿਸੀਵ ਕਰਨਾ ਸੀਗਾ ਲੋਹਗੜ੍ਹ ਦੇ ਵਿੱਚ, ਲੋਹਗੜ੍ਹ ਜੋ ਕਿ ਖਾਲਸਾ ਰਾਜਧਾਨੀ ਸੀਗੀ ਜੀ। ਕਿਉਂਕਿ ਸਰਕਾਰੀ ਡਿਊਟੀ ਸੀਗੀ ਅਤੇ ਮੈਂ ਇਸ ਯਾਤਰਾ ਨੂੰ ਰਿਸੀਵ ਕਰਨ ਵਾਸਤੇ ਲੋਹਗੜ੍ਹ ਪ੍ਰਬੰਧ ਵੀ ਕੀਤਾ। 2,500 ਬੰਦਿਆਂ ਦਾ ਲੋਹਗੜ੍ਹ ਖਾਲਸਾ ਰਾਜਧਾਨੀ ਤੱਕ ਪਹੁੰਚਣ ਦਾ ਰਸਤਾ ਵੀ ਨਹੀਂ ਸੀਗਾ, ਤਕਰੀਬਨ 2.5-3 ਕਿਲੋਮੀਟਰ ਨਦੀ 'ਚੋਂ ਨਿਕਲ ਕੇ ਜਾਣਾ ਪੈਂਦਾ ਸੀਗਾ। ਤਿਆਰੀ ਕੀਤੀ ਅਤੇ ਯਾਤਰਾ ਪਹੁੰਚੀ। ਯਾਤਰਾ ਅਸੀਂ ਸੋਚਿਆ 2,500 ਬੰਦੇ ਆਉਣਗੇ, ਸੰਗਤ ਪਹੁੰਚੇਗੀ। ਤਕਰੀਬਨ 35,000 ਦੇ ਕਰੀਬ ਸੰਗਤ ਉੱਥੇ ਪਹੁੰਚੀ ਅਤੇ ਉਹ ਪੂਰਾ ਇਲਾਕਾ ਪਹਾੜੀਆਂ ਦਾ ਸਿੱਖ ਸੰਗਤ ਨਾਲ ਭਰ ਗਿਆ। ਹੁਣ ਮੇਰੇ ਨਾਲ ਇੱਕ ਅਫਸਰ ਹੋਰ ਖੜਿਆ ਸੀ ਜਿਹਨੂੰ DPR ਡਿਪਾਰਟਮੈਂਟ ਕਹਿੰਦੇ ਆ, ਉਹਨੇ ਕਿਹਾ ਜੀ ਹਾਂਜੀ ਹਿਸਟਰੀ ਦੱਸੋ ਲੋਹਗੜ੍ਹ ਖਾਲਸਾ ਰਾਜਧਾਨੀ ਦੀ, ਤਾਂ ਕਿ ਅਖਬਾਰ 'ਚ ਪਬਲਿਸ਼ ਕੀਤੀ ਜਾ ਸਕੇ ਜੀ। ਮੈਨੂੰ ਬੜੀ ਸ਼ਰਮ ਆਈ, ਮੈਨੂੰ ਲੋਹਗੜ੍ਹ ਖਾਲਸਾ ਰਾਜਧਾਨੀ ਬਾਰੇ ਕੁਛ ਵੀ ਗੱਲ ਨਹੀਂ ਪਤਾ ਸੀਗੀ। ਅੱਜ ਕੱਲ੍ਹ ਅਸੀਂ ਕੀ ਕਰਦੇ ਹਾਂ, ਸ਼ਾਰਟਕੱਟ ਕਿੱਥੋਂ ਮਾਰਦੇ, ਅਸੀਂ ਗੂਗਲ 'ਚ ਸਰਚ ਕਰਨਾ ਸ਼ੁਰੂ ਕਰਦੇ ਹਾਂ। ਮੈਂ ਵੀ ਗੂਗਲ 'ਚ ਸਰਚ ਕੀਤਾ ਅਤੇ ਮੈਂ ਜਿੰਨੀ ਮਾੜੀ ਮੋਟੀ ਗੱਲ ਸੀਗੀ ਉਹਨੂੰ ਦੱਸੀ, ਬਈ ਇੱਥੇ ਬੜੀ ਵੱਡੀ 2,00,000 ਦੀ ਫੌਜ ਆਈ ਸੀਗੀ, ਮੁਕਲਿਸਗੜ੍ਹ ਨਾਮ ਦਾ ਕਿਲ੍ਹਾ ਸੀਗਾ, ਜਰਨੈਲ ਬੰਦਾ ਸਿੰਘ ਬਹਾਦਰ ਨੇ ਇਹਨੂੰ ਖਾਲਸਾ ਰਾਜਧਾਨੀ ਡਿਕਲੇਅਰ ਕਰਤਾ। ਉਸ ਆਫਿਸਰ ਨੇ ਮੈਨੂੰ ਕਿਹਾ, ਕਹਿੰਦਾ ਸਰ ਤੁਸੀਂ ਆਪ ਦੇਖੋ ਇੱਥੇ 2,00,000 ਦੀ ਫੌਜ ਕਿੱਥੇ ਆਈ ਹੋਏਗੀ। ਹੁਣ ਕਿੰਤੂ ਪਰੰਤੂ ਉਹਨੇ ਸਵਾਲ ਚੱਕਿਆ ਤਾਂ ਮੈਨੂੰ ਥੋੜ੍ਹਾ ਜਿਹਾ ਲੱਗਿਆ ਕਿ ਮੇਰੀ ਪੋਸਟਿੰਗ ਵੀ ਉਸ ਇਲਾਕੇ 'ਚ, ਖਾਲਸਾ ਰਾਜਧਾਨੀ ਵੀ ਉਸ ਇਲਾਕੇ 'ਚ ਹੈ ਜਿੱਥੇ ਇੱਕ ਵੀ ਖਾਲਸਾ ਨਹੀਂ ਵੱਸਦਾ, 100% ਮੁਸਲਿਮ ਪਾਪੂਲੇਟਡ ਏਰੀਆ, ਆਹ ਕਾਹਦੀ ਖਾਲਸਾ ਰਾਜਧਾਨੀ ਜਿਹਦਾ ਕੋਈ ਵੀ ਇਤਿਹਾਸ ਨਹੀਂ ਹੈ। ਮੈਨੂੰ ਲੱਗਿਆ ਕਿ ਮੇਰੀ ਮੋਰਲ ਡਿਊਟੀ ਬਣਦੀ ਹੈ ਆਪਣੇ ਗੁਰੂ ਪ੍ਰਤੀ ਕਿ ਮੈਂ ਲੱਭਾਂ ਤਾਂ ਸਹੀ ਹੈ ਕੀ ਹੈ। ਯਾਤਰਾ ਮੁੜ ਗਈ,
ਅਸੀਂ ਖਾਲਸਾ ਰਾਜਧਾਨੀ ਬਾਰੇ ਇਹਨਾਂ ਪਹਾੜੀਆਂ 'ਚ ਫਿਰਨਾ ਸ਼ੁਰੂ ਕੀਤਾ। ਵਾਕਈ ਉਹਦੀ ਗੱਲ ਠੀਕ ਸੀਗੀ, ਜੋ ਲੋਕ ਕਹਿੰਦੇ ਸੀ ਕਿ ਨੀਚੇ ਇੱਕ ਛੋਟਾ ਜਿਹਾ ਗੁਰਦੁਆਰਾ, ਵੀ ਇੱਕ ਪਹਾੜੀ 'ਤੇ ਜਰਨੈਲ ਬੰਦਾ ਸਿੰਘ ਬਹਾਦਰ ਦਰਬਾਰ ਲਾਉਂਦੇ ਸੀ, ਦੂਸਰੀ ਪਹਾੜੀ 'ਤੇ ਜਰਨੈਲ ਬੰਦਾ ਸਿੰਘ ਬਹਾਦਰ ਸੌਂਦੇ ਸੀਗੇ। ਅਤੇ ਇਤਿਹਾਸ ਦੇ ਜਿਹੜੇ ਫਾਰਸੀ ਦੇ ਸਰੋਤ ਨੇ ਉਹ ਤਕਰੀਬਨ ਕਹਿੰਦੇ ਬਹਾਦਰ ਸ਼ਾਹ 8 ਮਹੀਨੇ 2 ਲੱਖ ਤੋਂ ਵੱਧ ਫੌਜ ਲੈ ਕੇ ਇੱਥੇ ਖੜਿਆ ਰਿਹਾ, 2 ਲੱਖ ਤੋਂ ਵੱਧ। ਮੈਂ ਸੋਚਿਆ ਵੀ ਇਹ ਛੋਟੀ ਜਿਹੀਆਂ 2 ਪਹਾੜੀਆਂ ਨੇ, ਜਿਹਨੂੰ ਸਰ ਕਰਨਾ ਹੋਏ 8-9 ਮਹੀਨੇ ਖੜ੍ਹੇ ਹੋਣ ਦੀ ਜ਼ਰੂਰਤ ਕੀ ਸੀਗੀ? ਜੇ 500 ਬੰਦੇ ਅੱਜ ਪੁਲਿਸ ਵਾਲੇ ਆਉਣਗੇ ਅਤੇ ਮਿਲਟਰੀ ਦੀ ਜ਼ਰੂਰਤ ਹੀ ਨਹੀਂ, ਇਹਨੂੰ ਸਰ ਕਰ ਲੈਣਗੇ। ਸਾਨੂੰ ਕੁਛ ਨਾ ਕੁਛ ਗੱਲ ਹੋਰ ਦੱਸੀ ਜਾ ਰਹੀ ਹੈ ਜੀ। ਜਰਨੈਲ ਬੰਦਾ ਸਿੰਘ ਬਹਾਦਰ ਨੇ ਜੋ ਸਿੱਕੇ ਜਾਰੀ ਕੀਤੇ, ਇਹਨੂੰ ਖਾਲਸਾ ਰਾਜਧਾਨੀ ਦੇ ਨਾਲ ਖਾਲਸਾ ਤਖਤ ਵੀ ਲਿਖਿਆ, ਖਾਲਸਾ ਤਖਤ। ਹੁਣ ਇੱਥੋਂ ਗੱਲ ਥੋੜ੍ਹੀ ਗੰਭੀਰ ਵਿਸ਼ੇ ਤੋਂ ਸ਼ੁਰੂ ਹੋ ਗਈ। ਮੈਂ ਪਹਾੜੀ ਦਰ ਪਹਾੜੀ ਵਿੱਚ ਵੜ ਗਿਆ ਜੀ, ਘੁੰਮਣਾ ਸ਼ੁਰੂ ਕਰਤਾ, ਕਿਉਂਕਿ ਜਿਹੜਾ ਇਲਾਕਾ ਹੈਗਾ, ਮੈਂ ਤੁਹਾਨੂੰ ਮੈਪ ਦਿਖਾਉਂਦਾ, ਇਹ ਤੋਂ ਤਕਰੀਬਨ ਜੇ ਆ ਪਹਾੜੀ ਹੈ, ਇਸ ਪਹਾੜੀ ਤੋਂ ਸੈਂਟਰ 'ਚ ਲੋਹਗੜ ਹੈ, ਲੋਹਗੜ ਤੋਂ ਅਸੀਂ 20 ਕਿਲੋਮੀਟਰ ਚੱਲੀਏ ਤਾਂ ਪਾਉਂਟਾ ਸਾਹਿਬ ਆ ਜਾਏਗਾ, 20 ਕਿਲੋਮੀਟਰ ਉੱਪਰ ਚੱਲੀਏ ਨਹਾਨ ਆ ਜਾਏਗਾ, ਅਤੇ 20 ਕਿਲੋਮੀਟਰ ਨਹੀਂ ਚੱਲੀਏ ਤਾਂ ਸਡੌਰੇ ਦਾ ਇਲਾਕਾ ਆ ਜਾਏਗਾ। ਔਰ ਇਹਨਾਂ ਪਹਾੜੀਆਂ 'ਚ ਜਦੋਂ ਫਿਰਨਾ ਸ਼ੁਰੂ ਕੀਤਾ ਤਾਂ ਹਰ ਪਹਾੜੀ ਦੇ ਉੱਪਰ ਖਾਲਸਾ ਰਾਜ ਦੇ ਕਿਲਾਬੰਦੀ ਦੇ ਰੈਮੀਨੈਂਟ ਸੀਗੇ, ਹਰ ਪਹਾੜੀ 'ਤੇ ਨਾਨਕ ਸ਼ਾਹੀ ਇੱਟਾਂ ਵਿਖਰੀਆਂ ਹੋਈਆਂ ਸੀਗੀ, ਜਿਹਨੂੰ ਆਪਾਂ ਅੰਗਰੇਜ਼ੀ 'ਚ ਕਹਿੰਦੇ ਆਰਕਿਓਲੋਜੀਕਲ ਐਵੀਡੈਂਸਿਸ। ਸਾਡਾ ਜਿਹੜਾ ਇਤਿਹਾਸ ਸੀਗਾ ਜੀ, ਉਹ ਬੜੇ ਤਰੀਕੇ ਨਾਲ ਮਿਟਾ ਦਿੱਤਾ ਗਿਆ, ਬਹੁਤ ਤਰੀਕੇ ਨਾਲ। ਔਰ ਪ੍ਰੋਬਲਮ ਇਹ ਆਈ ਕਿ ਅਸੀਂ ਆਰਕਿਓਲੋਜੀਕਲ ਐਵੀਡੈਂਸਿਸ ਨੂੰ ਐਪਰੀਸ਼ੀਏਟ ਹੀ ਨਹੀਂ ਕਰ ਪਾਏ। ਫਿਰ ਇੱਕ ਚਿੱਠੀ ਮੈਂ DC ਨਾਹਨ ਨੂੰ ਲਿਖੀ, ਕਿਉਂਕਿ ਇਹ ਇਲਾਕਾ ਹਿਮਾਚਲ ਪ੍ਰਦੇਸ਼ ਅਤੇ ਹਰਿਆਣੇ ਦੇ ਬਾਰਡਰ 'ਤੇ ਸੀਗਾ, ਅਤੇ DC ਨਾਹਨ ਨੇ ਉੱਥੇ ਡਿਵੀਜ਼ਨਲ ਫੋਰੈਸਟ ਆਫਿਸਰ ਨੂੰ ਅਪੁਆਇੰਟ ਕਰਤਾ, ਕਿਉਂਕਿ ਰਿਜ਼ਰਵ ਫੋਰੈਸਟ ਏਰੀਆ ਸਾਰਾ ਸਾਰਾ। ਤਕਰੀਬਨ 6-7 ਮਹੀਨੇ ਘੁੰਮਦੇ ਰਹੇ ਅਤੇ ਘੁੰਮਦੇ ਘੁੰਮਦੇ ਪਤਾ ਲੱਗਿਆ ਜੀ, ਖਾਲਸਾ ਰਾਜ ਦੇ ਜਿਹੜੇ ਕਿਲਾਬੰਦੀ ਦੇ ਰੈਮੀਨੈਂਟਸ ਨੇ ਉਹ 7,000 ਏਕੜ 'ਚ ਫੈਲੇ ਹੋਏ ਨੇ। 7,000 ਏਕੜ 'ਚ ਐਪੀ ਸੈਂਟਰ ਹੈ, ਯਾਨੀ ਕਿ ਉਹਦਾ ਕੇਂਦਰ ਬਿੰਦੂ ਹੈ। ਬੜੀ ਵੱਡੀ ਗੱਲ ਸੀਗੀ ਜੀ। ਜਿੱਦਾਂ ਛੋਟਾ ਜਿਹਾ ਪੰਚਕੂਲਾ ਸ਼ਹਿਰ, ਉਹ ਵੀ 7,000 ਏਕੜ 'ਚ ਹੈਗਾ ਜੀ। ਆਹ ਕੋਈ ਛੋਟੀ ਮੋਟੀ ਗੱਲ ਨਹੀਂ ਸੀ ਵੀ ਇੰਨੀ ਵੱਡੀ ਕਿਲਾਬੰਦੀ ਕੀਤੀ ਕਿੰਨੇ, ਕਿਉਂਕਿ ਜਰਨੈਲ ਬੰਦਾ ਸਿੰਘ ਬਹਾਦਰ ਕੋਈ ਇੰਨਾ ਟਾਈਮ ਨਹੀਂ ਸੀਗਾ। 1708 ਤੋਂ ਲੈ ਕੇ 1716 ਦਾ ਸਮਾਂ ਹੈ ਜਰਨੈਲ ਬੰਦਾ ਸਿੰਘ ਬਹਾਦਰ ਦਾ, ਜੋ ਕਿ ਇਤਿਹਾਸ 'ਚ ਦਰਸਾਇਆ ਜਾਂਦਾ ਹੈ। ਆਹ ਕੁਛ ਆਰਕਿਓਲੋਜੀਕਲ ਐਵੀਡੈਂਸਿਸ ਨੇ ਜੀ। ਪੱਥਰ ਅਤੇ ਚੂਨੇ ਦੀ ਚਿਨਾਈ ਦੀਆਂ 3-3 ਸਟੋਰੀ, ਮੈਂ ਬਿਲਕੁਲ ਨੀਚੇ ਖੜ੍ਹਾ, 3-3 ਸਟੋਰੀ ਆ ਬਿਲਡਿੰਗਾਂ ਖੜ੍ਹੀਆਂ ਨੇ ਜੋ ਖਾਲਸਾ ਰਾਜ ਦੀਆਂ ਗਵਾਹੀ ਦੇ ਰਹੀਆਂ ਨੇ ਅੱਜ ਵੀ ਜੰਗਲ ਦੇ ਵਿੱਚ, ਜਿਨ੍ਹਾਂ ਨੂੰ ਬਿਲਕੁਲ ਆਰਕਿਓਲੋਜੀਕਲ ਐਵੀਡੈਂਸਿਸ ਨੂੰ ਇਗਨੋਰ ਕਰ ਦਿੱਤਾ ਗਿਆ ਜੀ। ਇਹ ਕੁਛ ਹੋਰ ਐਵੀਡੈਂਸਿਸ, ਆਦੀਵੇ ਰੱਖਣ ਦੇ ਸਥਾਨ ਤਿਆਰ ਕੀਤੇ ਗਏ, ਆਹ ਆਰਕਿਓਲੋਜੀਕਲ ਐਵੀਡੈਂਸਿਸ ਨੇ। ਆਹ ਟਨਲਸ, ਜੋ ਕਿ ਜੰਗਲਾਂ 'ਚ ਫਿਰਦੇ ਹਾਂ, ਸਾਨੂੰ ਇਸ ਤਰੀਕੇ ਦੀਆਂ ਟਨਲਸ ਆਮ ਮਿਲ ਜਾਂਦੀਆਂ ਨੇ। ਕੁਛ ਟਨਲਸ ਵਿੱਚੋਂ ਵਿੱਚ ਪਹਾੜੀਆਂ ਦੇ ਵਿੱਚ ਕ੍ਰੋਸ ਕਰਨ ਵਾਸਤੇ ਹੈ, ਪੱਥਰ ਅਤੇ ਚੂਨੇ ਦੀ ਚਿਨਾਈ ਦੀਆਂ ਨੇ, ਕੁਛ ਪਾਣੀ ਦੀ ਨਿਕਾਸੀ ਵਾਸਤੇ ਨੇ ਜੀ। ਇਹ ਮੇਰੇ ਸਾਥੀ ਨੇ ਸਰਦਾਰ ਜਰਨੈਲ ਸਿੰਘ ਜੀ, ਇੱਥੇ ਅੱਜ ਮੇਰੇ ਨਾਲ ਆਏ ਹੋਏ ਨੇ। ਇਹਨਾਂ ਨੇ ਜੰਮੂ ਦੀ ਆਪਣੇ ਲੋਕਲ ਯਮੁਨਾਨਗਰ ਦੀ ਸੰਗਤ ਸੀ, ਇਹਨਾਂ ਨੇ ਮੇਰੇ ਨਾਲ ਰਹੇ ਜੰਗਲ 'ਚ ਜਦੋਂ ਫਿਰੇ, ਕਿਉਂਕਿ ਇੱਥੇ ਜੰਗਲੀ ਜਾਨਵਰ ਵੀ ਹੈ, ਲੈਪਰਡ ਵੀ ਹੈ, ਅਤੇ ਮੇਰੇ ਨਾਲ ਨਾਲ ਹੀ ਜਿੱਥੇ ਮੈਂ ਗਿਆ ਤਾਂ ਸਰਦਾਰ ਸਾਹਿਬ ਸਰਦਾਰ ਜਰਨੈਲ ਸਿੰਘ ਜੀ ਮੇਰੇ ਨਾਲ ਨਾਲ ਹੀ ਅੰਦਰ ਜੰਗਲ 'ਚ ਰਹੇ। ਆ ਪੱਥਰ ਅਤੇ ਚੂਨੇ ਦੀਆਂ ਚਿਨਾਈ ਦੀਆਂ ਦੀਵਾਰਾਂ
ਜੋ ਸਿਰਕੀ ਪੀਸ ਕੇ ਇਹ ਅੱਜ ਵੀ ਖਾਲਸਾ ਰਾਜ ਦੇ ਫੋਰਟੀਫਿਕੇਸ਼ਨ ਦੀਆਂ ਗਵਾਹੀ ਦੇ ਰਹੀਆਂ ਨੇ ਜੀ। ਇਹ ਖਾਲਸਿਆਂ ਦੇ ਰਹਿਣ ਦੇ ਕਮਰੇ ਜੋ ਅੱਜ ਮੌਕੇ ਦੇ ਉੱਪਰ ਢਹਿ ਢੇਰੀ ਹੋ ਰਹੇ ਨੇ, ਖਾਲਸਿਆਂ ਦੇ ਰਹਿਣ ਦੇ ਕਮਰੇ ਜੋ ਮੌਕੇ ਦੇ ਉੱਪਰ ਢਹਿ ਢੇਰੀ ਹੋ ਰਹੇ ਨੇ। ਇਹ ਕੁਛ ਹੋਰ ਐਵੀਡੈਂਸਿਸ, ਹੁਣ ਜਿੱਦਾਂ ਮੈਂ ਤੁਹਾਨੂੰ ਸ਼ੁਰੂਆਤ 'ਚ ਦੱਸਿਆ ਕਿ ਇਸ ਟੋਟਲ ਤੱਕ ਜੋ ਆਪਣੀ ਫੋਰਟੀਫਿਕੇਸ਼ਨ ਤੱਕ ਜੋ ਪਹੁੰਚਣ ਦਾ ਰਸਤਾ ਸੀ ਆਹ ਨਦੀਆਂ ਸੀਗੀਆਂ। ਆਹ ਜੋ ਤੁਸੀਂ ਪਹਿਲੀ ਆ ਦੂਜੇ ਨੰਬਰ ਦੀ ਸਲਾਈਡ ਦੇਖ ਰਹੇ ਹੋ ਨਦੀ ਹੈ, ਨਦੀ ਦੇ ਵਿੱਚੋਂ ਹੀ ਤੁਸੀਂ ਪਹੁੰਚੋਗੇ ਜਿੱਥੇ ਆ ਤੁਸੀਂ ਕ੍ਰੋਸ ਦਾ ਨਿਸ਼ਾਨ ਦੇਖ ਰਹੇ ਹੋ। ਇੱਥੇ ਕੈਨਨਸ ਫਿੱਟ ਕੀਤੀਆਂ, ਤੋਪਾਂ ਫਿੱਟ ਕੀਤੀਆਂ ਗਈਆਂ ਸੀਗੀਆਂ। ਇੱਕ ਸਿੱਧੀਆਂ ਖੜੀ ਪਹਾੜੀਆਂ ਨੇ, ਇਹ ਪਹਿਲੀ ਫੋਟੋ ਸਿੱਧੀ ਖੜੀ ਪਹਾੜੀ ਦੀ ਹੈ, ਤਕਰੀਬਨ 100-100 ਫੁੱਟ 200-200 ਫੁੱਟ ਉੱਚੀਆਂ ਪਹਾੜੀਆਂ 'ਤੇ ਤੋਪਾਂ ਫਿੱਟ ਕਰ ਦਿੱਤੀਆਂ ਗਈਆਂ ਸੀਗੀਆਂ, ਕੈਨਨਸ ਫਿੱਟ ਕਰ ਦਿੱਤੀਆਂ ਗਈਆਂ ਸੀਗੀਆਂ। ਜਿਹੜੀ ਕਿਲ੍ਹੇ ਦੀਆਂ ਦੀਵਾਰਾਂ ਮੌਕੇ 'ਤੇ ਮੌਜੂਦ ਨੇ ਉਹ ਦੀਵਾਰਾਂ ਤਕਰੀਬਨ 4 ਮੀਟਰ ਤੋਂ ਵੱਧ ਚੌੜੀਆਂ ਨੇ, 4 ਮੀਟਰ ਤੋਂ ਵੱਧ, ਠੀਕ ਹੈ ਜੀ। ਔਰ ਹਰ ਪਹਾੜੀ 'ਤੇ ਡਬਲ ਫੋਰਟੀਫਿਕੇਸ਼ਨ ਹੈ, ਯਾਨੀ ਕਿ ਡਬਲ ਫੋਰਟੀਫਿਕੇਸ਼ਨ ਦਾ ਉਹ ਸਟਰੋਂਗ ਹੋਲਡ ਹੈ, ਕਿਲ੍ਹਾਬੰਦੀ ਹੈ। ਅੱਜ ਜਿੱਦਾਂ ਤੁਸੀਂ ਆਪ ਇਸ ਪਿਕਚਰ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਆਹ ਪਹਿਲੀ ਪਹਾੜੀ ਹੈ। ਆਹ ਜਿਹੜੀ ਬਿਊਟੀਫੁੱਲ ਆਰਕਿਓਲੋਜੀਕਲ ਬਿਲਡਿੰਗ ਹੈ, ਬਿਊਟੀਫੁੱਲ ਆਰਕਿਓਲੋਜੀ ਨਾਨਕ ਸ਼ਾਹ ਇੱਟਾਂ ਨਾਲ ਤਿਆਰ ਕੀਤੀ ਗਈ, ਇਹ ਖਾਲਸਾ ਰਾਜ ਦੀ ਗਲੋਰੀ ਨੂੰ ਵੀ ਡਿਫਾਈਨ ਕਰਦੀਆਂ ਨੇ, ਗਲੋਰੀ ਨੂੰ ਵੀ ਡਿਫਾਈਨ ਕਰਦੀਆਂ ਨੇ ਜੀ। ਹੁਣ ਆਹ ਮੇਰੀ ਗੱਡੀ ਖੜੀ ਹੈ ਜੀ। ਇਸ ਗੱਡੀ ਤੋਂ ਪਹਿਲੀ ਪਹਾੜੀ ਜੋ 1200 ਫੀਟ ਦੀ ਉਚਾਈ 'ਤੇ ਹੈ ਅਬਵ ਸੀ ਲੈਵਲ, ਫਿਰ ਦੂਸਰੀ ਪਹਾੜੀ 'ਤੇ ਗਿਆ ਜੋ ਕਿ 1400 ਫੀਟ ਦੀ ਅਬਵ ਸੀ ਲੈਵਲ ਹੈ। ਇਸ ਤਰੀਕੇ ਨਾਲ ਇਹ ਪਹਾੜੀਆਂ ਦੀ ਉੱਚੀ ਉੱਚੀ ਕਿਲ੍ਹਾਬੰਦੀ ਹੁੰਦੀ ਜਾ ਰਹੀ ਹੈ। ਜੇ ਪਹਿਲੀ ਪਹਾੜੀ ਸਰ ਹੋ ਗਈ ਤਾਂ ਖਾਲਸਾ ਫੌਜਾਂ ਉਹਨੂੰ ਦੁਬਾਰਾ ਕੈਪਚਰ ਕਰਨ ਵਾਸਤੇ ਤਿਆਰ ਸੀਗੀਆਂ। ਔਰ ਇਸ ਤਰੀਕੇ ਨਾਲ, ਕਿਉਂਕਿ ਜੇ ਦੁਸ਼ਮਣ ਫੌਜ ਤਾਂ ਪਹਿਲੀ ਗੱਲ ਇਸ ਇਲਾਕੇ ਤੱਕ ਪਹੁੰਚ ਹੀ ਨਹੀਂ ਸਕਦੀ ਸੀ, ਉਹ ਮੈਂ ਅਗਲੀਆਂ ਸਲਾਈਡਾਂ 'ਚ ਦੱਸਦਾ ਹਾਂ ਜੀ। ਇਹ ਸਡੌਰੇ ਦਾ ਇਲਾਕਾ, ਕਿਲ੍ਹਾਬੰਦੀ, ਜੋ ਡਾਬਰ ਦੀ ਪਹਾੜੀ ਜੋ ਤੁਹਾਨੂੰ ਮੈਂ ਪਹਿਲੇ ਸ਼ੁਰੂਆਤ 'ਚ ਦਿਖਾਈ ਸੀਗੀ, ਇਹ ਡਾਬਰ ਦੀ ਪਹਾੜੀ ਦੀ ਜੋ ਲੰਬਾਈ ਹੈ, ਇਹ ਲੰਬਾਈ ਤਕਰੀਬਨ 50 ਕਿਲੋਮੀਟਰ ਲੰਬਾਈ ਹੈ। ਇਹਦੇ ਇੱਕ ਸਾਈਡ ਤੋਂ ਦਰਿਆ ਯਮੁਨਾ ਵਹਿੰਦਾ, ਇੱਕ ਸਾਈਡ ਤੋਂ ਮਾਰਕੰਡਾ, ਔਰ ਪਿਛਲੇ ਪਾਸੇ ਵੀ ਨਦੀਆਂ ਜੋ ਕਿ ਪੌਂਟਾ ਸਾਹਿਬ ਨੂੰ ਜਾ ਕੇ ਮਿਲਦੀਆਂ ਨੇ। ਆਹ ਖਾਲਸਿਆਂ ਦੇ ਰਹਿਣ ਦੇ ਕਮਰੇ ਜੋ ਅੱਜ ਵੀ ਮੌਜੂਦ ਨੇ, ਇਹਨਾਂ ਕਮਰਿਆਂ ਦੀ ਲੈਂਟਰ ਦੀ ਮੋਟਾਈ 2 ਮੀਟਰ ਤੋਂ ਜ਼ਿਆਦਾ ਚੌੜੀ ਹੈ। ਲੈਂਟਰ ਦੀ ਮੋਟਾਈ 2 ਮੀਟਰ ਤੋਂ ਜ਼ਿਆਦਾ ਚੌੜੀ ਹੈ। ਆਪਾਂ ਅੱਜ ਗੁਰਦੁਆਰਾ ਸਾਹਿਬ ਦਾ ਲੈਂਟਰ ਦੇਖ ਰਹੇ ਹਾਂ, ਇਹ 6 ਇੰਚ ਦਾ ਲੈਂਟਰ ਹੁੰਦਾ, 2 ਮੀਟਰ ਤੋਂ ਵੱਧ। ਇਹਦਾ ਇਹ ਫੌਜੀ ਬੰਕਰ ਨੇ, ਰਾਜਿਆਂ ਦੇ ਮਹਿਲ ਨਹੀਂ ਹੈ। ਇਹ 10x10 ਦੇ 25-25 ਕਮਰਿਆਂ ਦੇ ਸੈੱਟ ਜੰਗਲਾਂ ਦੇ ਵਿੱਚ ਖੜ੍ਹੇ ਨੇ, 25-25 ਕਮਰਿਆਂ ਦੇ ਸੈੱਟ ਜੰਗਲਾਂ 'ਚ ਖੜ੍ਹੇ ਨੇ, ਜੋ ਇਸ ਗੱਲ ਦੀ ਗਵਾਹੀ ਦੇ ਰਹੇ ਨੇ ਕਿ ਖਾਲਸਾ ਰਾਜ ਸਥਾਪਿਤ ਕਿੱਦਾਂ ਹੋਇਆ। ਹਵਾ 'ਚ ਨਹੀਂ ਹੋਇਆ ਸਾਹਿਬ, ਇਹ ਇਟੋਪੀਅਨ ਕਨਸੈਪਟ ਨਹੀਂ ਸੀਗਾ, ਇਹ ਸਾਰਾ ਮੌਕੇ ਦੇ ਫੀਲਡ ਦੇ ਉੱਪਰ ਹੰਡਾਇਆ ਗਿਆ। ਇਹ ਐਵੀਡੈਂਸਿਸ, ਤਾਂ ਹੀ ਮੈਂ ਇੱਕ ਪ੍ਰੋਜੈਕਟਰ ਦੀ ਰਿਕੁਐਸਟ ਕੀਤੀ ਸੀ, ਕਿਉਂਕਿ ਜੇ ਮੈਂ ਗੱਲ ਕਰਾਂਗਾ ਵਿਦਆਊਟ ਐਵੀਡੈਂਸ ਤਾਂ ਮੈਂ ਤੁਹਾਨੂੰ ਕੁਛ ਵੀ ਐਕਸਪਲੇਨ ਨਹੀਂ ਕਰ ਸਕਦਾ। ਇਹ ਬਿਲਡਿੰਗ ਆ ਜਿਹਦੇ, ਜੋ ਕਿ ਪ੍ਰੋਟੋਕੋਲ ਦੇ ਵਿੱਚ ਨਾਨਕ ਸ਼ਾਹ ਇੱਟਾਂ ਰੈਬਲ ਮੈਸ਼ਨਰੀ ਵਰਕ, ਯਾਨੀ ਪੱਥਰ ਚੂਨੇ ਦੀ ਚਿਨਾਈ 'ਤੇ ਇੱਟਾਂ ਦਾ, ਇਹ ਆਰਕਿਓਲੋਜੀਕਲ ਐਵੀਡੈਂਸ ਜਿਹਦਾ ਆਰਕੀਟੈਕਚਰਲ ਸਟਰਕਚਰ ਵੀ ਖਾਲਸਾ ਰਾਜ ਦੇ ਕਿਲ੍ਹਿਆਂ ਨਾਲ ਮੈਚ ਕਰਦਾ ਹੈ। ਇਸ ਤਰੀਕੇ ਦੀਆਂ ਬਿਲਡਿੰਗਾਂ ਜੰਗਲ 'ਚ ਆਮ ਖੜੀਆਂ ਨੇ, ਸਾਫ ਸੋਚਣਾ ਪਏਗਾ ਨਾ ਕਿੰਨੇ ਤਿਆਰ ਕਰਾਈਆਂ ਬਿਲਡਿੰਗਾਂ। ਇਹ ਕੋਈ ਮਸ਼ੀਨੀ ਯੁੱਗ ਨਹੀਂ ਸੀਗਾ, ਇਹ ਬਿਲਡਿੰਗਾਂ ਤਿਆਰ ਕਰਨ 'ਚ ਬਹੁਤ ਟਾਈਮ ਲੱਗਦਾ ਸੀਗਾ ਜੀ, ਕਿਉਂਕਿ ਮੈਂ ਉੱਥੇ ਅਫਸਰ ਸੀਗਾ ਜੀ, ਅਤੇ ਮੈਂ, ਮੇਰੇ ਨਾਲ ਬੇਲਦਾਰ ਵੀ ਮਿਲ ਗਏ, ਮੈਂ ਹੋਰ ਵੀ, ਮੈਂ ਆਪਣੇ ਸਾਧਨ ਇਕੱਠੇ ਕਰ ਲਏ।
ਅਸੀਂ ਇਹਦੇ ਵਿੱਚ ਟੋਟਲ ਮਾਰਕਿੰਗ ਕੋਆਰਡੀਨੇਟ ਮਾਰਕਿੰਗ ਜਿੱਥੇ ਆਰਕਿਓਲੋਜੀਕਲ ਐਵੀਡੈਂਸਿਸ ਪਏ ਨੇ ਉਹਨਾਂ ਦੀ ਮਾਰਕਿੰਗ ਸ਼ੁਰੂ ਕਰਤੀ ਕਿ ਕਿਹੜੀ ਕਿਹੜੀ ਜਗ੍ਹਾ ਸਾਡੀ ਕਿਲ੍ਹਾਬੰਦੀ ਇਸ ਜੰਗਲ 'ਚ ਪਈ ਹੋਈ ਹੈ ਅਤੇ ਅਲਟੀਮੇਟਲੀ ਬਹੁਤ ਵੱਡੇ ਪੱਧਰ 'ਤੇ ਕਿਲ੍ਹਾਬੰਦੀ ਹੈ ਸਾਹਿਬ ਆਹ ਜਿਹੜੀ ਪਿਕਚਰ ਤੁਸੀਂ ਦੇਖ ਰਹੇ ਹੋ ਮੁਗਲ ਆਪਣੇ ਵੱਲੋਂ ਸਭ ਕੁਛ ਤੋੜ ਗਏ ਪਿੱਛੇ ਅੰਗਰੇਜ਼ਾਂ ਨੇ ਵੀ ਕੋਈ ਕਸਰ ਨਹੀਂ ਛੱਡੀ ਲੇਕਿਨ ਇਹ ਕੱਚੀਆਂ ਸ਼ਿਵਾਲਕ ਦੀਆਂ ਪਹਾੜੀਆਂ ਸੀਗੀਆਂ ਇੰਚ ਦਰ ਇੰਚ ਤੋਂ ਮਿੱਟੀ ਉਤਰਦੀ ਰਹੀ ਨੀਹਾਂ ਰਹਿ ਗਈਆਂ 300 ਬਰਸਾਤਾਂ ਪੈ ਗਈਆਂ ਨੀਵਾਂ ਨੰਗੀਆਂ ਹੋ ਗਈਆਂ ਜੀ ਸੁਪਰ ਸਟਰਕਚਰ ਕੱਟਣੇ ਇਨਫਰਾਸਟਰਕਚਰ ਪੂਰਾ ਆਰਕਿਓਲੋਜੀਕਲੀ ਜੋ ਇਸ ਗੱਲ ਦਾ ਗਵਾਹੀ ਦੇ ਰਿਹਾ ਵੀ ਖਾਲਸਾ ਰਾਜ ਕਿੱਦਾਂ ਸਥਾਪਿਤ ਹੋਇਆ ਜੀ ਹਰ ਪਹਾੜੀ 'ਤੇ ਜਾਣ ਦੇ ਰੈਂਪ ਅੱਜ ਵੀ ਮੌਜੂਦ ਖੜ੍ਹੇ ਨੇ ਪਹਾੜੀ 'ਤੇ ਇਹ ਐਡੇ ਵੱਡੇ ਰੈਂਪ ਨੇ ਜਿਹਦੇ ਵਿੱਚੋਂ ਜਿਹਦੇ ਉੱਪਰੋਂ ਦੀ ਘੋੜੇ ਵੀ ਆਰਾਮ ਨਾਲ ਚੜ੍ਹ ਕੇ ਜਾ ਸਕਦੇ ਸੀਗੇ ਜਿਹਦੇ ਉੱਪਰੋਂ ਘੋੜੇ ਵੀ ਆਰਾਮ ਨਾਲ ਚੜ੍ਹ ਕੇ ਹਰ ਪਹਾੜੀ 'ਤੇ ਖਾਲਸਾ ਰਾਜ ਦੇ ਰੈਂਪਸ ਮੌਜੂਦ ਨੇ ਖੁਦਾਈ ਕੀਤੀ ਅਲੱਗ ਅਲੱਗ ਪਹਾੜੀਆਂ 'ਤੇ ਗਿਣਤੀਆਂ ਨਾਲ ਲੈ ਕੇ ਉੱਪਰ ਗਏ ਅਤੇ ਸਾਹਿਬ ਨਾਨਕ ਸ਼ਾਹ ਇੱਟਾਂ ਦੀਆਂ ਨੀਹਾਂ ਅੱਜ ਵੀ ਇਹਨਾਂ ਪਹਾੜੀਆਂ ਦੇ ਵਿੱਚ ਕਾਇਮ ਖੜੀਆਂ ਨੇ ਅੱਜ ਵੀ ਕਾਇਮ ਖੜੀਆਂ ਨੇ ਜੋ ਖਾਲਸਾ ਰਾਜ ਦੀ ਗਵਾਹੀ ਦੇ ਰਹੀਆਂ ਨੇ ਅੱਜ ਵੀ ਗਵਾਹੀ ਦੇ ਰਹੀਆਂ ਨੇ ਕੁਛ ਕਿਲ੍ਹੇ ਮੌਜੂਦ ਖੜ੍ਹੇ ਨੇ ਉਸ ਇਲਾਕੇ 'ਚ ਖਾਲਸਾ ਰਾਜ ਦੇ ਗੁਰਦੁਆਰਾ ਸਾਹਿਬ ਬਣਾ ਦਿੱਤਾ ਗਿਆ ਪਿੰਡ ਦਾ ਨਾਮ ਨਾਨਕਪੁਰ ਪਿੰਡ ਦਾ ਨਾਮ ਨਾਨਕਪੁਰ ਅਤੇ ਜਮ੍ਹਾਂਬੰਦੀ ਪਟਵਾਰੀ ਦੇ ਰਿਕਾਰਡ ਦੇ ਵਿੱਚ ਮਾਲਕ ਖਾਨਾ ਨੰਬਰ 4 ਦੇ ਵਿੱਚ ਗੁਰੂ ਹਰ ਰਾਏ ਸਾਹਿਬ ਗੁਰੂ ਹਰ ਰਾਏ ਸਾਹਿਬ ਅੱਜ ਵੀ ਅਤੇ ਮੈਂ ਜਾ ਕੇ ਉਹਨਾਂ ਨੂੰ ਪੁੱਛਿਆ ਪ੍ਰਬੰਧਕ ਵੀਰਾਂ ਨੂੰ ਵੀ ਆ ਕੀ ਹੈ ਕਹਿੰਦੇ ਜੀ ਬਸ ਗੁਰੂ ਹਰ ਰਾਏ ਸਾਹਿਬ ਆਏ ਸੀਗੇ ਅਸੀਂ ਗੁਰਦੁਆਰਾ ਬਣਾ ਦਿੱਤਾ ਬਾਕੀ ਸਾਨੂੰ ਇਸ ਬਾਰੇ ਕੁਛ ਨਹੀਂ ਪਤਾ ਹੋਰ ਕਿਲ੍ਹਾਬੰਦੀ ਅੰਦਰ ਲੇਕਿਨ ਖੜ੍ਹਿਆ ਇੱਕੋ ਹੀ ਬੁਰਜ ਹੈ ਜਦੋਂ ਰਿਕਾਰਡ ਚੈੱਕ ਕੀਤਾ ਗਿਆ ਤਾਂ ਬਹੁਤ ਸਾਰੀ ਆ ਕਿਲ੍ਹਾਬੰਦੀ ਜੋ ਗਜ਼ਟੀਅਰ 'ਚ ਰਿਫਲੈਕਸ਼ਨ ਹੈ ਕਿ ਅੰਗਰੇਜ਼ਾਂ ਦੇ ਟਾਈਮ ਤੋੜੀ ਗਈ ਕਿਉਂਕਿ ਬਾਰ ਬਾਰ ਇੱਥੇ ਸਿੱਖ ਆ ਰਹੇ ਸੀਗੇ ਇੱਕ ਬੁਰਜ ਛੱਡਿਆ ਗਿਆ ਸਿਰਫ ਆਪਣਾ ਚੌਂਕੀਦਾਰ ਬਿਠਾਇਆ ਗਿਆ ਜੇ ਸਿੱਖ ਫੌਜਾਂ ਦੁਆਰਾ ਆਉਂਦੀਆਂ ਨੇ ਮਿਸਲਾਂ ਟਾਈਮ ਦੀ ਗੱਲ 'ਤੇ ਅੱਗੇ ਚਲਾ ਗਿਆ ਕਿਉਂਕਿ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਉਸ ਟਾਈਮ ਤੱਕ ਹੋ ਚੁੱਕੀ ਸੀਗੀ ਇਸ ਇਲਾਕੇ 'ਚ ਸ਼ੇਰ ਵੀ ਘੁੰਮਦਾ ਸੀਗਾ ਸ਼ੇਰ ਅਤੇ ਲਾਰਡ ਔਕਲੈਂਡ ਨੇ ਇੱਥੇ ਇੱਕ ਇੱਕ ਦਿਨ 'ਚ 10-10 ਟਾਈਗਰ ਮਾਰੇ ਤਾਂ ਕਿ ਏਰੀਆ ਐਕਸੈਸੀਬਲ ਕੀਤਾ ਜਾ ਸਕੇ ਜੇ ਏਰੀਆ ਐਕਸੈਸੀਬਲ ਨਹੀਂ ਹੈ ਤਾਂ ਖਾਲਸਾ ਰਾਜ ਦੇ ਕਿਲ੍ਹਿਆਂ ਦੇ ਵਿੱਚ ਚੌਂਕੀਦਾਰ ਵੀ ਨਹੀਂ ਰੁਕ ਸਕਦਾ ਜੇ ਉੱਥੇ ਸ਼ੇਰ ਘੁੰਮੇਗਾ ਅਤੇ ਏਰੀਆ ਟਾਈਗਰ ਫ੍ਰੀ ਕੀਤਾ ਗਿਆ ਔਰ ਅੱਗੇ ਫਿਰ ਮੈਂ ਤੁਹਾਨੂੰ ਇਹਦੇ ਬਾਰੇ ਹੋਰ ਵੀ ਇਨਫੋਰਮੇਸ਼ਨ ਦਿੰਦਾ ਜੀ ਜਦੋਂ ਬਾਦਸ਼ਾਹ ਬਹਾਦਰ ਸ਼ਾਹ ਦੱਖਣ ਦੇ ਵਿੱਚੋਂ 2 ਲੱਖ ਤੋਂ ਵੱਧ ਫੌਜ ਲੈ ਕੇ ਲੋਹਗੜ੍ਹ ਦੀ ਤਰਫ ਚੱਲਿਆ 2 ਲੱਖ ਤੋਂ ਵੱਧ ਸਾਹਿਬ ਵਿੱਚ ਕੋਈ ਗੱਪ ਨਹੀਂ ਮੇਰੇ ਕੋਲ 2 ਲੱਖ ਫੌਜ ਜਿਹੜੀ ਆਈ ਉਹਦਾ ਸਾਰਾ ਰਿਕਾਰਡ ਹੈ ਬਾਦਸ਼ਾਹ ਪਹਿਲੀ ਵਾਰੀ ਸਿੱਖਾਂ ਦੇ ਖਿਲਾਫ ਆਪ ਚੱਲਿਆ ਪਹਿਲੀ ਵਾਰੀ ਬਹਾਦਰ ਸ਼ਾਹ ਔਰੰਗਜ਼ੇਬ ਦਾ ਪੁੱਤਰ ਸੀ 1707 ਦੇ ਵਿੱਚ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਅਗਲਾ ਬਾਦਸ਼ਾਹ ਬਹਾਦਰ ਸ਼ਾਹ ਬਣਿਆ ਸੀਗਾ ਅਤੇ 1709 'ਚ ਜਦੋਂ ਜਰਨੈਲ ਬੰਦਾ ਸਿੰਘ ਬਹਾਦਰ ਨੇ ਪੰਜਾਬ ਦਾ ਇਲਾਕਾ ਸਰ ਕਰਨਾ ਸ਼ੁਰੂ ਕੀਤਾ ਅਤੇ 1710 ਦੇ ਵਿੱਚ ਬਹਾਦਰ ਸ਼ਾਹ ਇੱਥੇ 2 ਲੱਖ ਦੀ ਫੌਜ ਅਤੇ ਆਪਣੇ 4 ਪੁੱਤਰ ਲੈ ਕੇ ਪਹੁੰਚਿਆ 500 ਮਨਸਬਦਾਰਾਂ ਨਾਲ ਅਤੇ 14 ਹਿੰਦੂ ਰਾਜਿਆਂ ਨਾਲ 14 ਵੱਡੇ ਜਦੋਂ ਚੁੜਮਨ ਜਾਟ ਸੀ ਰਾਜਸਥਾਨੀ ਰਾਜੇ ਸੀਗੇ ਛਤਰਸਾਲ ਬੁੰਦੇਲਾ ਸੀਗਾ ਸਾਰੇ ਰਾਜੇ ਪਹੁੰਚੇ ਹੁਣ ਜਦੋਂ ਬਾਦਸ਼ਾਹ ਚੱਲਦਾ ਅਤੇ ਬਾਦਸ਼ਾਹ ਦੀ ਕੋਰਟ ਵੀ ਨਾਲ ਚੱਲਦੀ ਹੈ ਬਾਦਸ਼ਾਹ ਦਾ ਦਰਬਾਰ ਵੀ ਨਾਲ ਚੱਲਦਾ ਬਾਦਸ਼ਾਹ ਇਹ ਗਲੀਆਂ 'ਚ ਲੜਨ ਵਾਲਾ ਕੋਈ ਗੁੰਡਾ ਨਹੀਂ ਹੈ
ਦੁਨੀਆ ਦਾ ਸਭ ਤੋਂ ਅਮੀਰ ਬਾਦਸ਼ਾਹ ਸੀ, ਜਦੋਂ ਪਹੁੰਚਿਆ ਉਹਦੀ ਕੋਰਟ ਵੀ ਪਹੁੰਚੀ ਅਤੇ ਉਸ ਕੋਰਟ ਦੇ ਵਿੱਚ ਕੁਛ ਲਿਖਾਰੀ ਨੇ ਜਿਨ੍ਹਾਂ ਨੂੰ ਕਿਹਾ ਜਾਂਦਾ ਵਾਕਿਆ ਨਵੀਸ, ਉਹ ਇੱਕ ਇੰਟੈਲੀਜੈਂਸ ਰਿਪੋਰਟਸ ਕੰਪਾਈਲ ਹੁੰਦੀਆਂ, ਇੰਟੈਲੀਜੈਂਸ ਰਿਪੋਰਟਸ ਜਿਹੜੀਆਂ ਕੰਪਾਈਲ ਹੁੰਦੀਆਂ ਸੀਗੀਆਂ, ਕੰਪਾਈਲ ਕਰਕੇ ਬਾਦਸ਼ਾਹ ਦਰਬਾਰ 'ਚ ਪੜ੍ਹ ਕੇ ਸੁਣਾਈ ਜਾਂਦੀ ਸੀ। ਉਹਦਾ ਨਾਮ ਸੀ ਅਖਬਾਰੇ ਦਰਬਾਰੇ ਮੌਲਾ, ਕਿ ਡੇਲੀ ਲੜਾਈ ਦਾ ਕੀ ਹਾਲ ਹੈ, ਜੋ ਡੇਲੀ ਅੱਠ ਮਹੀਨੇ ਲੜਾਈ ਚੱਲ ਰਹੀ ਹੈ ਬਹਾਦਰ ਸ਼ਾਹ ਦੇ ਟਾਈਮ ਤੋਂ, ਅਤੇ ਲੜਾਈ ਦਾ ਕੀ ਹਾਲ ਹੈ। ਉਹਦੇ ਵਿੱਚੋਂ ਫਾਰਸੀ ਦਾ ਸਰੋਤ ਇਹ ਗੱਲ ਕਹਿੰਦੇ ਨੇ ਕਿ ਖਾਲਸਾ ਰਾਜ ਦੇ 52 ਕਿਲੇ ਨੇ, ਖਾਲਸਾ ਰਾਜ ਦੇ 52 ਕਿਲੇ ਨੇ ਜੋ ਕਿ ਮੁਗਲ ਫੌਜ ਨੂੰ ਅੱਗੇ ਨਹੀਂ ਵਧਣ ਦੇ ਰਹੇ। ਪ੍ਰੋਫੈਸਰ ਗੰਡਾ ਸਿੰਘ ਵੀ ਇਸ 52 ਕਿਲਿਆਂ ਦਾ ਜ਼ਿਕਰ ਕਰਦਾ, ਐਰਵਿਨ ਵੀ ਕਰਦਾ, ਲੇਕਿਨ ਕੋਈ ਇਤਿਹਾਸਕਾਰ ਇਹ ਨਹੀਂ ਦੱਸਦਾ ਕਿ ਸਾਹਿਬ 52 ਕਿਲੇ, ਕੋਈ ਮੂੰਹ ਭਰ ਜਾਂਦਾ ਬੋਲਣ ਤੋਂ ਪਹਿਲੇ। 52 ਕਿਲੇ, ਇੱਕ ਇਲਾਕੇ 'ਚ ਇੱਕੋ ਹੀ ਕਿਲਾ ਹੁੰਦਾ, ਕਿੱਥੇ ਨੇ ਉਹ 52 ਕਿਲੇ। ਫਿਰ ਜਿਹੜੇ ਅਖਬਾਰੇ ਦਰਬਾਰੇ ਮੌਲਾ ਦਾ ਸੋਰਸ ਸੀਗਾ, ਉਹਨੂੰ ਹੋਰ ਚੈੱਕ ਕਰਨਾ ਸ਼ੁਰੂ ਕੀਤਾ। ਇਹ ਜਿਹੜੀ ਮੈਂ ਪ੍ਰੈਜੈਂਟੇਸ਼ਨ ਤੁਹਾਡੇ ਸਾਹਮਣੇ ਲੈ ਕੇ ਆ ਰਿਹਾ, ਆਲਮੋਸਟ ਮੈਨੂੰ 8 ਸਾਲ ਕੰਪਲੀਟ ਹੋ ਚੁੱਕੇ ਨੇ ਇਹਦੇ ਉੱਪਰ ਰਿਸਰਚ ਕਰਦੇ, ਦਿਨ ਰਾਤ ਲੱਗੇ ਹੋਏ ਆ ਵੀ ਜਦੋਂ ਇਹ ਗੱਲ ਲੱਭਣੀ ਸ਼ੁਰੂ ਹੋਈ ਕਿ ਸਾਡੇ ਨਾਲ ਹੋਇਆ ਕੀ ਹੈ। ਸਾਹਿਬ ਉਹ ਪਤਾ ਲੱਗਿਆ ਕਿ ਜਿਹੜੇ ਉਹ 52 ਕਿਲੇ ਸੀਗੇ ਉਹ ਕਰਨਾਲ ਸ਼ਹਿਰ ਤੋਂ ਲੈ ਕੇ ਚੰਡੀਗੜ੍ਹ ਸ਼ਹਿਰ ਤੱਕ ਫੈਲੇ ਹੋਏ ਸੀਗੇ, ਕਰਨਾਲ ਸ਼ਹਿਰ ਤੋਂ ਲੈ ਕੇ ਚੰਡੀਗੜ੍ਹ ਤੱਕ, ਜਿਹਦੇ ਵਿੱਚ ਹਰਿਆਣਾ, ਜਿੱਥੇ ਮੌਜੂਦਾ ਹਰਿਆਣਾ, ਉਹਦੇ 5 ਜ਼ਿਲ੍ਹੇ ਆਉਂਦੇ, ਕਰਨਾਲ, ਕੈਥਲ, ਕੁਰਸ਼ੇਤਰ, ਅੰਬਾਲਾ, ਯਮੁਨਾਨਗਰ, ਪੰਚਕੂਲਾ ਅਤੇ ਮੌਜੂਦਾ ਚੰਡੀਗੜ੍ਹ ਤੱਕ। ਅੱਜ ਤੱਕ ਉਹ ਖਾਲਸਾ ਰਾਜ ਦੇ ਕਿਲੇ ਖੜ੍ਹੇ ਹੋਏ ਨੇ ਔਰ ਉਹ ਕਿਲੇ ਸਾਹਿਬ ਇਸ ਤਰੀਕੇ ਦੇ ਸੀਗੇ। ਹੁਣ ਇਹਨਾਂ ਦੀ ਖਾਸ ਗੱਲ ਕੀ ਹੈ, ਇਹਨਾਂ ਸਾਰਿਆਂ 52 ਕਿਲਿਆਂ ਦਾ ਜਿਹੜਾ ਆਰਕੀਟੈਕਚਰਲ ਸਟਰਕਚਰ ਹੈ, ਨਾਨਕ ਸ਼ਾਹ ਇੱਟਾਂ ਨਾਲ ਤਿਆਰ ਕੀਤੇ ਗਏ, ਇਹ ਗਨ ਪਾਊਡਰ ਅਨੇਬਲ ਫੋਰਟਸ ਨੇ, ਇਹ ਮਸਕਟਸ ਵਾਲੇ ਫੋਰਟ ਸੀਗੇ। ਇਹਦੇ ਵਿੱਚੋਂ ਇੱਕ ਆਦਮੀ 3 ਬੰਦੂਕਾਂ ਰੱਖ ਕੇ ਇਕੱਠਾ ਫਾਇਰ ਕਰ ਸਕਦਾ ਸੀਗਾ। ਇਹ 52 ਕਿਲੇ ਖਾਲਸਾ ਰਾਜ ਦੇ ਤਿਆਰ ਕੀਤੇ ਗਏ। 52 ਕਿਲੇ ਕਿੰਨੇ ਤਿਆਰ ਕੀਤੇ ਸਭ? ਜਰਨੈਲ ਬੰਦਾ ਸਿੰਘ ਬਹਾਦਰ ਕੋਲ ਤਾਂ ਕੋਈ ਟਾਈਮ ਨਹੀਂ ਸੀਗਾ, ਇੱਕ ਇੱਕ ਕਿਲਾ ਬਣਾਉਣ 'ਚ 15-15, 20-20 ਸਾਲ ਲੱਗ ਜਾਂਦੇ ਨੇ, ਐਡੀ ਵੱਡੀ ਕਿਲਾਬੰਦੀ ਕਿੰਨੇ ਕੀਤੀ? ਮੌਕੇ ਦੇ ਲਿਖਾਰੀ ਕਹਿ ਰਹੇ ਨੇ ਮੁਗਲਾਂ ਦੇ ਕਿਲੇ ਨਹੀਂ ਹੈ। ਆ ਇੱਕ ਹੋਰ ਕਿਲਾ ਸਾਹਿਬ, ਹੁਣ ਆ ਜਿਹੜੀਆਂ ਇਹਨਾਂ 52 ਕਿਲਿਆਂ 'ਚੋਂ 24 ਕਿਲੇ ਅੱਜ ਤੱਕ ਖੜ੍ਹੇ ਨੇ, ਜੋ ਮੈਂ ਗਗਨਦੀਪ ਸਿੰਘ ਝੂਠ ਬੋਲ ਸਕਦਾ ਜੀ, ਕਿਤਾਬਾਂ ਵੀ ਝੂਠ ਬੋਲ ਸਕਦੀਆਂ ਨੇ, ਪਰ ਜਿਹੜੇ ਆਹ ਗਰਾਊਂਡ 'ਤੇ ਖੜ੍ਹੇ ਹੋਏ ਐਵੀਡੈਂਸਿਸ ਅਤੇ ਉਹ ਇੰਟੈਲੀਜੈਂਸ ਰਿਪੋਰਟਸ, ਜੋ ਬਾਦਸ਼ਾਹ ਦੇ ਅਖਬਾਰ, ਜੋ ਅਖਬਾਰ ਜੋ ਬਾਦਸ਼ਾਹ ਦਰਬਾਰ 'ਚ ਪੜ੍ਹ ਕੇ ਸੁਣਾਈ ਗਈ, ਜੋ ਨੈਸ਼ਨਲ ਆਰਕਾਈਵ 'ਚ ਪਈਆਂ, ਪੰਜਾਬੀ ਯੂਨੀਵਰਸਿਟੀ ਪਟਿਆਲੇ ਨੇ ਵੀ ਉਹਨੂੰ ਟਰਾਂਸਲੇਟ ਕੀਤਾ, ਉਹ ਕਿੱਥੇ ਝੂਠ ਬੋਲ ਰਹੀਆਂ ਜੀ? ਉਹ ਬੈਟਲ ਲੜ ਰਹੀਆਂ ਨੇ। ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਸਾਰਿਆਂ ਕਿਲਿਆਂ ਦੇ ਡਿਜ਼ਾਈਨ ਇੱਕੋ ਜਿਹੇ ਨੇ, ਇਹ ਸਾਰੇ ਮਸਕਟਸ ਔਰ ਗਨ ਪਾਊਡਰ ਅਨੇਬਲਡ ਫੋਰਟਸ ਨੇ। ਹੁਣ ਆ ਲਾਹੜਪੁਰ ਦਾ ਕਿਲਾ, ਜੋ ਸਡੌਰਾ, ਜੋ ਇਲਾਕਾ ਆਪਣੇ ਸੁਣਿਆ ਹੀ ਹੋਏਗਾ ਸਡੌਰਾ, ਜੋ ਕਿ ਪੀਰ ਬੁੱਧੂ ਸ਼ਾਹ ਜੀ ਵਾਸਤੇ ਮਸ਼ਹੂਰ ਹੈ, ਮੈਂ ਪੂਰੀ ਗੱਲ ਅੱਗੇ ਵੀ ਦੱਸਾਂਗਾ ਤੁਹਾਨੂੰ ਕਿ ਸਾਹਿਬ ਸਡੌਰੇ ਤੋਂ ਇਹ ਤਕਰੀਬਨ 4 ਕਿਲੋਮੀਟਰ ਦੂਰੀ ਦਾ ਕਿਲਾ ਹੈ ਲਾਹੜਪੁਰ, ਅਤੇ ਇਤਿਹਾਸਕਾਰ ਲਿਖਦੇ ਨੇ ਕਿ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ 14 ਦਿਨ ਇਸ ਕਿਲੇ 'ਚ ਰੁਕੇ, 14 ਦਿਨ ਪੌਂਟਾ ਸਾਹਿਬ ਤੋਂ ਵਾਪਸ ਆਉਂਦੇ ਹੋਏ ਇਸ ਇਲਾਕੇ 'ਚ 14 ਦਿਨ ਰੁਕੇ ਇਸ ਕਿਲੇ 'ਚ, ਜੋ ਕਿ ਖਾਲਸਾ ਰਾਜ ਦਾ ਕਿਲਾ ਜਰਨੈਲ ਬੰਦਾ ਸਿੰਘ ਬਹਾਦਰ ਨੇ ਮੁਗਲ ਫੌਜ ਦੇ ਖਿਲਾਫ ਵਰਤਿਆ। ਇੱਕ ਕਿਲੇ 'ਚ ਆ ਵੀ ਐਵੀਡੈਂਸ ਮਿਲਦੇ ਨੇ। ਜਿਹੜਾ ਐਪੀ ਸੈਂਟਰ ਹੈ, ਜੋ ਸ਼ੁਰੂ 'ਚ ਮੈਂ ਤੁਹਾਨੂੰ ਦਿਖਾਇਆ ਸੀਗਾ, ਉਹਦਾ ਐਪੀ ਸੈਂਟਰ ਦਾ ਘੇਰਾ 50 ਕਿਲੋਮੀਟਰ ਦਾ ਹੈ ਜੀ।
7000 ਏਕੜ ਦੀ ਕਿਲਾਬੰਦੀ ਸਭ ਲੁਕੋ ਦਿੱਤੀ ਗਈ, ਬਿਲਕੁਲ ਟੈਕਨੀਕ ਨਾਲ ਲੁਕੋ ਦਿੱਤੀ ਗਈ, ਸਿਸਟਮ ਨਾਲ ਜੀ। ਹੁਣ ਕਿਲਾ ਸੀਗਾ, ਜੇ ਖਾਲਸੇ ਰਹਿੰਦੇ ਸੀਗੇ ਤਾਂ ਚੱਕੀਆਂ, ਕੋਲੂ, ਮਾਠ ਆਹ ਚੀਜ਼ਾਂ ਵੀ ਹੋਣੀ, ਜਿਵੇਂ ਇਹ ਜੰਗਲ 'ਚ ਵਿਖਰੀਆਂ ਪਈਆਂ ਸਭ। ਇਹ ਕੁਛ ਮੈਂ ਚੱਕ ਕੇ ਲੈ ਕੇ, ਮੈਂ ਡਰਾਇੰਗ ਰੂਮ ਦੀ ਫੋਟੋ ਹੈ, ਔਰ ਇਹ ਪਹਾੜੀਆਂ ਤੋਂ ਅਸੀਂ ਚੱਕ ਚੱਕ ਕੇ ਲੈ ਕੇ ਤਾਂ ਕਿ ਮਿਊਜ਼ੀਅਮ 'ਚ ਡਿਸਪਲੇ ਕੀਤੀਆਂ ਜਾ ਸਕਣ ਕਿ ਆਹ ਬੇਸਿਕਲੀ ਜਿਹੜੇ ਆਰਟੀਫੈਕਟਸ ਹੈ ਵਿਚ ਵਾਜ਼ ਯੂਜ਼ਡ ਬਾਏ ਦਾ ਸਿੱਖ ਫੋਰਸਿਸ ਡਿਊਰਿੰਗ ਦਿਸ ਟਾਈਮ, ਵਿਚ ਹੈਜ਼ ਨੋਟ ਬੀਨ ਕਲੈਕਟਡ ਸੋ ਫਾਰ। ਆਹ ਕੁਛ ਹੋਰ ਵੀ ਚੀਜ਼ਾਂ ਜਿਹੜੀਆਂ ਅੰਦਰ ਜੰਗਲ 'ਚੋਂ ਮਿਲੀਆਂ, ਜੋ ਕਿ ਤੁਸੀਂ ਦੇਖ ਸਕਦੇ ਹੋ। ਇੱਕ ਤੋਪ ਦਾ ਗੋਲਾ ਵੀ ਮਿਲਿਆ ਜੀ। ਆ ਜਿਹੜਾ ਤੁਸੀਂ ਬਿਲਕੁਲ ਐਕਸਟ੍ਰੀਮ ਲੈਫਟ ਸਾਈਡ ਦੇਖ ਰਹੇ ਹੋ, ਇਹ ਅਲੋਇਸ ਨੇ। ਇਹ ਅਲੋਇਸ ਕੀ ਨੇ ਕਿ ਉੱਥੇ ਭੱਠੀਆਂ ਲਾਈਆਂ ਗਈਆਂ, ਉੱਥੇ ਬੜੇ ਵੱਡੇ ਪੱਧਰ 'ਤੇ ਮੈਟਲਸ ਪਈਆਂ, ਮੈਟਲ ਡਿਟੈਕਟਰਸ ਅਸੀਂ ਯੂਜ਼ ਕਰਕੇ ਇਹ ਅਲੋਇਸ ਲੱਭੇ, ਜਿਹੜੇ ਹਥਿਆਰਾਂ ਬਣਾਉਣ ਦੀਆਂ ਫੈਕਟਰੀਆਂ ਖਾਲਸਾ ਰਾਜ ਦੇ ਕਿਲਿਆਂ 'ਚ ਸੀਗੀਆਂ, ਹਥਿਆਰਾਂ ਬਣਾਉਣ ਦੀਆਂ ਫੈਕਟਰੀਆਂ, ਇਹ ਉਹ ਅਲੋਇਸ ਨੇ ਜਿਹੜੇ ਯੂਜ਼ ਕਰ ਰਹੇ ਸੀਗੇ ਵੈਪਨ ਮੇਕਿੰਗ ਵਾਸਤੇ। ਐਵੀਡੈਂਸਿਸ ਗਰਾਊਂਡ 'ਤੇ ਪਏ ਹੋਏ ਨੇ, ਰਿਫਲੈਕਸ਼ਨ ਪਰਸ਼ੀਅਨ ਸੋਰਸਿਸ ਦੇ ਵਿੱਚ ਵੀ ਨੇ, ਲੇਕਿਨ ਦੋਨਾਂ ਨੂੰ ਸਿੰਕਰੋਨਾਈਜ਼ ਨਹੀਂ ਕੀਤਾ ਗਿਆ ਕਿ ਮਾਮਲਾ ਹੈ ਕੀ ਹੈ ਸਾਹਿਬ। ਮੁਗਲਾਂ ਨੇ ਸਾਡੀ ਹਿਸਟਰੀ ਕਿਉਂ ਲਿਖਣੀ ਸੀਗੀ, ਅੰਗਰੇਜ਼ਾਂ ਨੇ ਕਿਉਂ ਲਿਖਣੀ ਸੀਗੀ, ਉਹਨਾਂ ਦੇ ਢਿੱਡ 'ਚ ਕੀ ਦਰਦ ਸੀਗੀ, ਆਪਾਂ ਤਾਂ ਆਪ ਹੀ ਲੱਭਣੀ ਸੀ ਨਾ ਜੀ। ਸਾਡੀ ਸਾਨੂੰ ਮਾਰ ਕਿੱਥੇ ਪੈ ਗਈ ਕਿ ਅਸੀਂ ਜਿਹੜੇ ਆਰਕਿਓਲੋਜੀਕਲ ਐਵੀਡੈਂਸਿਸ ਪਏ ਹੋਏ ਸੀਗੇ, ਅਸੀਂ ਆਪਣੇ ਕਲਾਸ 'ਚ ਬੱਚੇ ਮਤਲਬ 8ਵੀਂ 9ਵੀਂ ਦੇ ਕਲਾਸ 'ਚ ਨਾ ਹਿਸਟਰੀ ਦੀ ਬੁੱਕ ਖੋਲ੍ਹ ਕੇ ਦੇਖਿਓ, ਉਹ ਕਹਿੰਦਾ ਆਰਕਿਓਲੋਜੀ ਇਜ਼ ਦਾ ਬਿਗੈਸਟ ਸੋਰਸ ਆਫ ਹਿਸਟਰੀ, ਬਿਗੈਸਟ ਸੋਰਸ ਆਫ ਹਿਸਟਰੀ। ਉਹ ਕਹਿੰਦੇ ਕਿੰਨੀ ਬਿਗੈਸਟ ਸੋਰਸ ਹੈ, ਕਹਿੰਦੇ 80% ਤੁਹਾਨੂੰ ਉੱਚੋਂ ਗਿਆਨ ਪਤਾ ਲੱਗੇਗਾ ਕਿ ਤੁਹਾਡੇ ਨਾਲ ਹੋਇਆ ਕੀ। ਮੋਹਨ ਜਡਾਰੋ ਜੋ 3000 ਸਾਲ ਪਹਿਲੇ ਹੋਇਆ, ਇੰਡਸ ਵੈਲੀ ਸਿਵਲਾਈਜੇਸ਼ਨ, ਅਗਲਿਆਂ ਨੇ ਸਿਰਫ ਐਕਸਕਾਵੇਸ਼ਨ ਦੇ ਬੇਸ 'ਤੇ ਉਹਨੂੰ ਲਿਖਤਾ। ਆਪ ਸਾਹਿਬ ਤੁਹਾਡਾ ਤਾਂ 300 ਸਾਲ ਪੁਰਾਣੀ ਗੱਲ ਸੀਗੀ। ਇਹਦੇ ਬਹੁਤ ਸਾਰੇ ਐਵੀਡੈਂਸਿਸ ਪਏ ਹੋਏ ਨੇ। ਆਹ ਪੱਥਰ ਦੇ ਚੂਨੇ ਲਈ ਚਨਾਈ ਦਾ ਮਲਬਾ ਜੋ ਜੰਗਲ 'ਚ ਤੋੜ ਤੋੜ ਕੇ ਸੁੱਟਿਆ ਹੋਇਆ, ਬਹੁਤ ਸਾਰਾ ਜੰਗਲ 'ਚ ਮਿਲਦਾ, ਤਹਿਸ ਨਹਿਸ ਕੀਤਾ ਗਿਆ। ਜਿਹੜੇ ਉੱਥੇ ਗੁੱਜਰ ਮੁਸਲਮਾਨਾਂ ਦੇ ਪਿੰਡ ਵਸਾਏ ਗਏ, ਉਹਨਾਂ ਨੂੰ ਕਿਹਾ ਗਿਆ ਕਿ ਇਸ ਕਿਲ੍ਹੇ ਦੇ ਨੀਹਾਂ 'ਚ ਖਜ਼ਾਨੇ ਨੇ ਜੋ ਜਰਨੈਲ ਬੰਦਾ ਸਿੰਘ ਬਹਾਦਰ ਨੇ ਲੁੱਟੇ, ਤੁਸੀਂ ਪਾੜੋ ਤੁਹਾਨੂੰ ਖਜ਼ਾਨਾ ਮਿਲੇਗਾ। ਇੱਥੇ ਕਹਿੰਦੇ 36 ਬਾਦਸ਼ਾਹੀਆਂ ਦਾ ਖਜ਼ਾਨਾ, ਉੱਥੇ ਫੋਕਲੋਰ ਮਸ਼ਹੂਰ ਹੈ। ਉਹ ਅੱਜ ਤੱਕ ਲੋਕ ਉਹਨਾਂ ਨੀਹਾਂ ਨੂੰ ਪਾੜਦੇ ਨੇ ਅੱਜ ਤੱਕ। ਦੇ ਸਾਹਿਬ ਸਾਨੂੰ ਇਹ ਪਤਾ ਹੀ ਨਹੀਂ ਕਿ ਸਾਡਾ ਖਾਲਸਾ ਰਾਜ ਸਥਾਪਿਤ ਹੋਇਆ ਅਤੇ ਉਹਦੀ ਰਾਜਧਾਨੀ ਕੀ ਸੀ, ਜਿੱਥੇ ਇੱਕ ਵੀ ਖਾਲਸਾ ਅੱਜ ਦੀ ਤਰੀਕ 'ਚ ਨਹੀਂ ਬੈਠਿਆ। ਇਹ ਚੌਂਕੀਆਂ, ਹੁਣ ਇਸ ਤਰੀਕੇ ਦੀ ਸੇਮ ਚੌਂਕੀ ਨਾਹਨ ਗੁਰਦੁਆਰਾ ਸਾਹਿਬ ਜੋ ਕਿ ਲੋਹਗੜ੍ਹ ਤੋਂ 20 ਕਿਲੋਮੀਟਰ ਦੂਰੀ 'ਤੇ ਹੈ, ਉੱਥੇ ਪ੍ਰੈਜੈਂਟ ਹੈ। ਸ਼ੀਸ਼ੇ ਜੜਾ ਕੇ ਰੱਖੀ, ਸਿਖਲੀ ਘਰਾਂ ਦੀ ਸੇਵਾ ਸੰਭਾਲ ਹੈਗੀ ਹੈ। 2 ਚੌਂਕੀਆਂ ਮੇਰੇ ਕੋਲ ਵੀ ਹੈ, ਮੈਂ ਗਿਆ ਉਹ 'ਤੇ, ਕਹਿੰਦੇ ਗੁਰੂ ਨਾਨਕ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਆਏ ਸੀਗੇ, ਕਹਿੰਦੇ ਇਸ 'ਤੇ ਬੈਠ, ਜੋ ਉਹਨਾਂ ਦੇ ਫੋਕਲੋਰਸ ਨੇ, ਕਹਿੰਦੇ ਬੈਠਦੇ ਸੀਗੇ, ਅਸੀਂ ਸ਼ੀਸ਼ੇ ਜੜਾ ਕੇ ਰੱਖੀਆਂ ਅਤੇ 2 ਜੰਗਲ 'ਚ ਮੈਨੂੰ ਹੀ ਮਿਲੀਆਂ ਜੀ, ਸੇਮ ਚੌਂਕੀਆਂ। ਟੋਏ ਫੈਕਟਰੀ ਮਿਲੀ ਜੀ। ਆਹ ਜਿਹੜਾ ਮੁਸਲਮਾਨ ਹੈ ਇਨ, ਫਿਰ ਮੈਂ ਤਾਂ ਜੰਗਲ 'ਚ ਫਿਰ ਕੇ ਤੰਗ ਹੋ ਗਿਆ, ਅਸੀਂ ਫਿਰ ਇਹਨਾਂ ਮੁਸਲਮਾਨਾਂ ਨੂੰ ਹੀ ਹਾਇਰ ਕੀਤਾ। ਮੈਂ ਕਿਹਾ ਵੀ ਤੁਸੀਂ ਸਾਨੂੰ ਲੱਭ ਦਿਓ, ਅਸੀਂ ਤੁਹਾਨੂੰ ਕੁਛ ਪੈਸੇ ਦੇ ਦਿੰਦੇ ਹਾਂ, ਸਾਨੂੰ ਆਰਕਿਓਲੋਜੀਕਲ ਐਵੀਡੈਂਸਿਸ ਲੱਭ ਦਿਓ। ਇਹਨਾਂ ਲੋਕਾਂ ਨੇ ਫਿਰ ਸਾਨੂੰ ਖੂਬ ਕਿਲਾਬੰਦੀ ਉੱਥੇ ਜੰਗਲ 'ਚ ਲੱਭ ਕੇ ਦਿੱਤੀ, ਜਿਹਦੀ ਮੈਂ ਫੋਟੋਗ੍ਰਾਫੀ ਤੁਹਾਡੇ ਸਾਹਮਣੇ ਪੇਸ਼ ਵੀ ਕਰ ਰਿਹਾ। ਸਾਹਿਬ ਇਸ ਤੋਂ ਪਹਿਲੇ ਕੀ ਹੋਇਆ ਕਿ ਮੈਨੂੰ ਇਹ ਤਾਂ ਗੱਲ ਸਮਝ ਆ ਗਈ ਕਿ ਬਹੁਤ ਵੱਡੀ ਗੱਲ ਹੈ ਜੋ ਤਰੀਕੇ ਨਾਲ ਲੁਕੋ ਦਿੱਤੀ ਗਈ, ਬਹੁਤ ਵੱਡੀ ਗੱਲ।
ਇੱਕ ਯਮੁਨਾਨਗਰ ਦੀ ਸੰਗਤ ਨੇ ਇੱਕ ਟਰੱਸਟ ਫੋਰਮ ਕੀਤਾ ਤਾਂ ਕਿ ਇਸ ਦੀ ਇੱਕ ਟੈਕਨੀਕਲ ਸਟੱਡੀ ਕੰਡਕਟ ਕੀਤੀ ਜਾ ਸਕੇ, ਕਿਉਂਕਿ ਮੈਂ ਤਾਂ ਇੱਕ ਆਰਕਿਓਲੋਜਿਸਟ ਵੀ ਨਹੀਂ ਸੀ, ਹਿਸਟੋਰੀਅਨ ਵੀ ਨਹੀਂ ਸੀਗਾ। ਅਤੇ ਟੈਕਨੀਕਲ ਸਟੱਡੀ ਜਦੋਂ ਕੰਡਕਟ ਕੀਤੀ ਗਈ, ਉਹ 'ਚੋਂ ਨਾ ਟਾਈਮ ਮੋਸ਼ਨ ਸਟੱਡੀ ਕੰਡਕਟ ਕੀਤੀ 2017 ਦੇ ਵਿੱਚ, ਜਿੰਨੇ ਕੁ ਸਾਡੇ ਕੋਲ ਆਰਕਿਓਲੋਜੀਕਲ ਐਵੀਡੈਂਸ ਪਏ ਹੋਏ ਸੀਗੇ, ਉਹਦੇ ਵਿੱਚ ਇਹ ਆਇਆ ਟਾਈਮ ਮੋਸ਼ਨ ਸਟੱਡੀ ਦੇ ਵਿੱਚ ਕਿ ਜਿੰਨੀ ਕੁ ਕਿਲਾਬੰਦੀ ਤੁਸੀਂ ਦਿਖਾ ਰਹੇ ਹੋ, ਇਹ ਕੋਈ ਇੱਕ ਦਿਨ 'ਚ ਤਿਆਰ ਨਹੀਂ ਹੋਈ। ਕਹਿੰਦੇ ਇਹ 'ਚ ਘੱਟ ਤੋਂ ਘੱਟ ਵੀ 80-90 ਸਾਲ ਦਾ ਟਾਈਮ ਲੱਗਿਆ ਹੋਇਆ, ਘੱਟ ਤੋਂ ਘੱਟ ਵੀ 80-90 ਸਾਲ ਦਾ ਟਾਈਮ। 1710 'ਚ 80 ਸਾਲ ਮਾਈਨਸ ਕੀਤੇ ਅਤੇ ਸਮਾਂ ਆ ਗਿਆ 1630 ਦਾ, ਸਿੱਖ ਕੌਮ ਦੇ ਆਗੂ ਨੂੰ ਗੁਰੂ ਹਰਗੋਬਿੰਦ ਸਾਹਿਬ। ਹੁਣ ਗੁਰੂ ਹਰਗੋਬਿੰਦ ਸਾਹਿਬ 1621 ਦੇ ਵਿੱਚ ਗਵਾਲੀਅਰ ਦੀ ਜੇਲ੍ਹ ਤੋਂ ਛੁੱਟ ਕੇ ਆਉਂਦੇ, ਪੋਲੀਟੀਕਲ ਜੇਲ੍ਹ ਹੈ, ਪੋਲੀਟੀਕਲ ਜੇਲ੍ਹ ਹੈ। ਤਿੰਨ ਪੋਲੀਟੀਕਲ ਜੇਲ੍ਹ ਸੀਗੀਆਂ, ਇੱਕ ਰਣਥੰਬੋਰ, ਇੱਕ ਗਵਾਲੀਅਰ ਅਤੇ ਇੱਕ ਰੋਹਤਾਸ ਜੋ ਕਿ ਪਾਕਿਸਤਾਨ ਦੇ ਵਿੱਚ ਮੌਜੂਦ ਹੈ। 1624 ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਆਪਣਾ ਜਿਹੜਾ ਹੈੱਡਕੁਆਟਰ ਹੈ ਉਹ ਸ਼ਿਫਟ ਕਰ ਦਿੰਦੇ ਨੇ ਕੀਰਤਪੁਰ ਸਾਹਿਬ, ਦਰਬਾਰ ਸਾਹਿਬ ਤੋਂ ਕੀਰਤਪੁਰ ਦੀਆਂ ਪਹਾੜੀਆਂ ਦੇ ਵਿੱਚ ਸ਼ਿਫਟ ਹੋ ਜਾਂਦਾ। ਇਤਿਹਾਸਿਕ ਸਰੋਤ ਇਹ ਗੱਲ ਦੱਸਦੇ ਨੇ ਕਿ ਇਸੀ ਟਾਈਮ ਦੇ ਦੌਰਾਨ ਨਾਹਨ ਦੇ ਵਿੱਚ ਜੋ ਕਿਲ੍ਹਾ ਹੈ ਗੋਬਿੰਦਗੜ੍ਹ, ਉਹਦਾ ਨੀਂਹ ਪੱਥਰ 6ਵੇਂ ਪਾਤਸ਼ਾਹ ਰੱਖਦੇ ਨੇ। ਹੁਣ ਨਾਹਨ ਸਾਡੇ ਵਾਸਤੇ ਕਿਉਂ ਇੰਪੋਰਟੈਂਟ ਹੈ? ਭਾਈ ਮਨੀ ਸਿੰਘ ਜੀ ਦਾ ਨਾਮ ਆਪ ਸਭ ਨੇ ਸੁਣਿਆ ਹੀ ਹੋਏਗਾ ਜੀ। ਭਾਈ ਮਨੀ ਸਿੰਘ ਜੀ ਦੇ ਵੱਡੇ ਵਡੇਰੇ ਨਾਹਨ ਦੇ ਰਹਿਣ ਵਾਲੇ ਸੀਗੇ ਜੀ, ਜੋ ਕਿ ਖਾਲਸਾ ਰਾਜਧਾਨੀ ਤੋਂ 20 ਕਿਲੋਮੀਟਰ ਦੂਰੀ 'ਤੇ। ਭਾਈ ਮਨੀ ਸਿੰਘ ਜੀ ਦੇ ਫਾਦਰ ਭਾਈ ਮਾਈ ਦਾਸ ਦਾ ਬਰਥ ਪਲੇਸ ਹੈ ਨਾਹਨ। ਹੁਣ ਇਹ ਕੜੀਆਂ ਆਪਸ 'ਚ ਜੁੜਨੀਆਂ ਸ਼ੁਰੂ ਹੋ ਗਈਆਂ ਕਿ ਨਾਹਨ ਪੌਂਟਾ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ, ਥੱਲੇ ਸਡੌਰਾ ਪੀਰ ਬੁੱਧੂ ਸ਼ਾਹ ਜੀ ਦਾ। ਹੁਣ ਗੱਲ ਇੱਕ ਹੋਰ ਬੜੀ ਅਚੰਬੇ ਦੀ ਨਿਕਲ ਕੇ ਆਈ, ਕਿਉਂਕਿ ਅਸੀਂ 80 ਸਾਲ ਦੀ ਹਿਸਟਰੀ ਇੱਥੋਂ ਦੀ ਕਨੈਕਟ ਕਰਨੀ ਸ਼ੁਰੂ ਕੀਤੀ ਸਾਹਿਬ। ਬੜੀ ਅਚੰਬੇ ਦੀ ਗੱਲ ਨਿਕਲ ਕੇ ਆਈ, ਬਹੁਤ ਅਚੰਬੇ ਦੀ। 7ਵੇਂ ਪਾਤਸ਼ਾਹ 17 ਸਾਲ ਗੁਰੂ ਰਹੇ ਅਤੇ 13 ਸਾਲ ਇਹਨਾਂ ਲੋਹਗੜ੍ਹ ਦੀਆਂ ਪਹਾੜੀਆਂ 'ਚ ਰਹੇ 2200 ਘੋੜ ਸਵਾਰਾਂ ਦੇ ਨਾਲ। 1645 ਤੋਂ ਲੈ ਕੇ 1658 ਤੱਕ ਸਾਡੀ ਸਿੱਖ ਹਿਸਟਰੀ ਚੁੱਪ ਬੈਠੀ ਹੈ। ਸਾਨੂੰ ਇਹ ਸੋਚਣਾ ਪਏਗਾ, 2 ਮਿੰਟ ਦਾ ਟਾਈਮ ਹੈ, ਪਲੀਜ਼ ਮੈਂ ਡਿਸਟਰਬ ਹੁੰਦਾ। ਸਾਨੂੰ ਇਹ ਸੋਚਣਾ ਪਏਗਾ, ਬੜਾ ਗੰਭੀਰ ਵਿਸ਼ੇ ਹੈ, ਕਿ ਜਿੱਥੇ ਗੁਰੂ ਸਾਹਿਬ ਇੱਕ ਦਿਨ ਵੀ ਆਏ ਸੀ ਗੁਰਦੁਆਰੇ ਬਣਾ ਤੇ, ਜਿੱਥੇ ਗੁਰੂ ਸਾਹਿਬ 2200 ਘੋੜ ਸਵਾਰਾਂ ਦੇ ਨਾਲ ਜਿੱਥੇ ਰਹੇ, ਸਾਨੂੰ ਉਹ ਜਗ੍ਹਾ ਦਾ ਕਿਉਂ ਨਹੀਂ ਪਤਾ ਜੀ? 13 ਸਾਲ 2200 ਘੋੜ ਸਵਾਰਾਂ ਨਾਲ 1645 ਤੋਂ ਲੈ ਕੇ 1658 ਤੱਕ। ਡਾਕੂਮੈਂਟ ਦਾ ਨਾਮ ਹੈ ਦਬਿਸਤਾਨ ਮਾਜ਼ਿਦ ਜ਼ੁਲਫਕਾਰ ਅਰਦਸਤਾਨੀ, ਇਹਦੇ ਬਾਰੇ ਜ਼ਿਕਰ ਕਰਦਾ ਹੈ। ਔਰ SGPC ਸਾਰੀਆਂ ਸੰਸਥਾਵਾਂ ਜਿੰਨੀਆਂ ਗੁਰੂ ਹਰ ਰਾਏ ਸਾਹਿਬ 'ਤੇ ਕਿਤਾਬਾਂ ਛਪੀਆਂ ਹਿਸਟੋਰੀਕਲ, ਉਹ ਸਾਰੀਆਂ ਉਸ ਡਾਕੂਮੈਂਟ ਜ਼ਿਕਰ ਕਰਦੀਆਂ। ਪਰ 13 ਸਾਲ ਗਏ 2200 ਘੋੜ ਸਵਾਰਾਂ ਦੇ ਨਾਲ, ਕਿੱਥੇ ਨੇ? ਔਰ ਜੇ ਤੁਸੀਂ ਟੈਕਨੀਕਲੀ ਗੱਲ ਦੇਖੋ, ਜ਼ਿਲ੍ਹਾ ਯਮੁਨਾਨਗਰ ਦੀ ਜੋ ਪੁਲਿਸ ਫੋਰਸ ਹੈ ਉਹ 700 ਔਰ ਨਾਹਨ ਦੀ 700, ਅੰਬਾਲੇ ਦੀ 700, ਤਿੰਨ ਜ਼ਿਲ੍ਹਿਆਂ ਦੀ ਫੋਰਸ ਦੇ ਨਾਲ, ਤਿੰਨ ਜ਼ਿਲ੍ਹਿਆਂ ਦੇ ਫੋਰਸ ਦੇ ਬਰਾਬਰ ਗੁਰੂ ਹਰ ਰਾਏ ਸਾਹਿਬ ਇਹਨਾਂ ਲੋਹਗੜ੍ਹ ਦੀਆਂ ਪਹਾੜੀਆਂ 'ਚ ਪ੍ਰੈਜੈਂਟ ਨੇ। ਸਭ ਸੋਚਣਾ ਪਏਗਾ ਕਿ ਆਹ ਹੌਲ ਭਰ ਗਿਆ, ਅਸੀਂ 200-300-400 ਬੰਦੇ ਬੈਠੇ ਹੋਣਗੇ ਅਤੇ 2200 ਘੋੜ ਸਵਾਰ
13 ਸਾਲ ਰੁਕ ਰਹੇ, ਕੋਈ ਜਗ੍ਹਾ ਵੱਡੀ ਹੋਏਗੀ, ਮਿਸ਼ਨ ਕੋਈ ਵੱਡਾ ਹੋਏਗਾ। ਗੱਲ ਇੱਥੋਂ ਦੀ ਵੱਡੇ ਪੱਧਰ 'ਤੇ ਤੁਰ ਗਈ। ਮੈਂ ਰਿਪੀਟ ਕਰਦਾ, 1645 ਤੋਂ ਲੈ ਕੇ 1658 ਤੱਕ, 58 'ਚ ਔਰੰਗਜ਼ੇਬ ਬਾਦਸ਼ਾਹ ਬਣਦਾ ਹੈ, ਅਤੇ ਜਦੋਂ ਪਤਾ ਲੱਗਦਾ ਕਿ ਦਾਰਾ ਸ਼ਿਕੋ ਦਾ ਲੜਾਈ ਸ਼ੁਰੂ ਹੋ ਗਈ ਹੈਗੀ ਔਰੰਗਜ਼ੇਬ ਨਾਲ, ਤਦ ਗੁਰੂ ਸਾਹਿਬ ਦਾਰਾ ਸ਼ਿਕੋ ਦੀ ਮਦਦ ਵਾਸਤੇ ਆਪ ਬਾਹਰ ਆਉਂਦੇ ਨੇ ਇਸ ਇਲਾਕੇ 'ਚੋਂ। ਅੱਜ ਤੱਕ ਉਹ ਜਗ੍ਹਾ ਨਹੀਂ ਲੱਭੀ ਗਈ, ਉਹ ਜਗ੍ਹਾ ਮਿਲ ਗਈ ਕਿੱਥੇ ਹੈ। 1645 ਤੋਂ ਲੈ ਕੇ 1658 ਤੱਕ, ਤਾਂ 52 ਵਿੱਚ ਹੀ ਆਏਗਾ ਨਾ ਜੀ, ਅਤੇ 52 ਦੇ ਵਿੱਚ ਅੱਠਵੀਂ ਪਾਤਸ਼ਾਹੀ ਦਾ ਪ੍ਰਕਾਸ਼ ਹੋਇਆ, ਜਦੋਂ ਮਾਤਾ ਪਿਤਾ ਲੋਹਗੜ੍ਹ ਦੀਆਂ ਪਹਾੜੀਆਂ 'ਚ ਬੈਠੇ ਨੇ, ਅਤੇ ਬੱਚਾ ਕਿੱਥੇ ਪੈਦਾ ਹੋਇਆ ਹੋਏਗਾ ਜੀ। ਮਾਫ਼ ਕਰਨਾ, ਮੈਂ ਚੀਜ਼ਾਂ ਲੱਭਣ ਨਹੀਂ ਗਿਆ ਸੀਗਾ ਜੀ, ਮੈਂ ਤਾਂ ਜਰਨੈਲ ਬੰਦਾ ਸਿੰਘ ਬਹਾਦਰ ਦੁਆਰੇ ਲੱਭ ਰਿਹਾ ਸੀਗਾ, ਪਰ ਆ ਤਾਂ ਪਈਆਂ ਸਾਹਮਣੇ, ਕਿਆ ਆਪਾਂ ਨੂੰ ਇਗਨੋਰ ਕਰ ਦੇਣੀਆਂ ਚਾਹੀਦੀਆਂ। ਕਬੀਰ ਸਾਹਿਬ ਦਾ ਸ਼ਲੋਕ ਆਉਂਦਾ ਭਗਤ ਕਬੀਰ ਸਾਹਿਬ ਦਾ, ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ, ਮਾਤਾ ਪਿਤਾ ਲੋਹਗੜ੍ਹ ਦੀਆਂ ਪਹਾੜੀਆਂ 'ਚ ਬੈਠੇ ਨੇ, ਬੱਚਾ ਦੂਰ ਕਿੱਦਾਂ ਪੈਦਾ ਹੋ ਗਿਆ? ਇਹਦਾ ਸਵਾਲ ਮੈਂ ਵੀ ਪੁੱਛਣ ਵਾਲਾ, ਮੈਂ ਵੀ ਪੁੱਛ ਰਿਹਾ ਇਤਿਹਾਸਕਾਰਾਂ ਨੂੰ, ਦੱਸੋ ਸਹੀ, ਮੈਨੂੰ ਐਕਸਪਲੇਨ ਕਰ ਦਿਉ। ਪ੍ਰੈਜੈਂਟੇਸ਼ਨ ਉਹ ਹੋ ਗਈ ਹੈ ਆਪਣਾ, ਹਾਂ ਓਕੇ। 9ਵੇਂ ਪਾਤਸ਼ਾਹ ਦੀਆਂ 7-8 ਵਿਜ਼ਿਟ ਲੋਹਗੜ੍ਹ ਦੀ ਪਹਾੜੀਆਂ 'ਚ, 9ਵੇਂ ਪਾਤਸ਼ਾਹ ਦੀਆਂ 7-8 ਵਿਜ਼ਿਟ, ਅਤੇ ਮੰਜੀਆਂ ਸਥਾਪਿਤ ਨੇ 9ਵੇਂ ਪਾਤਸ਼ਾਹ ਦੀਆਂ। ਸਭ ਸਮਝਣਾ ਪਏਗਾ ਨਾ, ਖਾਲਸਾ ਰਾਜ ਦੇ ਇਲਾਕੇ 'ਚ 9ਵੇਂ ਪਾਤਸ਼ਾਹ ਹੀ ਕਰ ਰਹੇ ਨੇ। 9ਵੇਂ ਪਾਤਸ਼ਾਹ ਨੇ ਆਪਣਾ ਜਿਹੜਾ ਹੈੱਡਕੁਆਟਰ ਹੈ ਸਿੱਖੀ ਦਾ, ਉਹ ਸ਼ਿਫਟ ਕੀਤਾ ਤਰਨਤਾਰਨ ਸਾਹਿਬ। ਤਰਨਤਾਰਨ ਸਾਹਿਬ ਤੋਂ ਹੀ ਅਰੈਸਟ ਹੋਏ ਪਹਿਲੀ ਵਾਰੀ ਗੁਰੂ ਤੇਗ ਬਹਾਦਰ ਸਾਹਿਬ। ਕਿਉਂ ਇੱਥੇ ਘੁੰਮ ਰਹੇ ਨੇ ਜੀ? ਅਤੇ ਤੁਹਾਨੂੰ ਇੱਕ ਹੋਰ ਇੰਟਰਸਟਿੰਗ ਗੱਲ ਦੱਸ ਦਿੰਦਾ, ਜਿਹੜੇ 52 ਕਿਲ੍ਹਿਆਂ ਦਾ ਘੇਰਾ ਹੈ ਅੰਬਾਲੇ ਤੋਂ ਲੈ ਕੇ ਚੰਡੀਗੜ੍ਹ ਸਾਰੇ ਇਲਾਕੇ 'ਚ, ਜਿਹੜਾ ਸਹੁਰਾ ਪਿੰਡ ਹੈ ਗੁਰੂ ਤੇਗ ਬਹਾਦਰ ਸਾਹਿਬ ਦਾ ਲਖਨੌਰ ਸਾਹਿਬ, ਉਹ ਵੀ ਇਹਨਾਂ 52 ਕਿਲ੍ਹਿਆਂ ਦੇ ਵਿੱਚ ਹੈ। ਸਾਹਿਬ ਸੋਚਣਾ ਪਏਗਾ ਸਹੁਰਾ ਪਿੰਡ ਵੀ ਇੱਥੇ ਕਿਉਂ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਨਾਨਕਾ ਪਿੰਡ ਅਤੇ ਆਲੇ ਦੁਆਲੇ ਖਾਲਸਾ ਰਾਜ ਦੇ ਕਿਲ੍ਹੇ। ਗੱਲ ਕੁਛ ਹੋਰ ਹੈ ਜੋ ਸਾਨੂੰ ਦੱਸੀ ਨਹੀਂ ਗਈ। ਖੂਹ ਨੇ ਮਿਲੇ ਜੀ, ਖੂਹ ਕੁਛ ਖੂਹ ਮਿਲੇ। ਆ ਗੁਰੂ ਸਾਹਿਬ ਦੇ ਵਿਜ਼ਿਟ, ਜੋ ਅਲੱਗ ਅਲੱਗ ਕਲਰਸ ਦੇ ਵਿੱਚ ਮੈਂ ਕੋਸ਼ਿਸ਼ ਕੀਤੀ ਹੈ ਵੀ ਗੁਰੂ ਤੇਗ ਬਹਾਦਰ ਸਾਹਿਬ ਦੇ ਕਈ ਵਿਜ਼ਿਟਸ ਨੇ ਇਸ ਇਲਾਕੇ 'ਚ, ਔਰ ਕਿਉਂ ਵਾਰ ਵਾਰ ਆ ਰਹੇ ਨੇ। ਜਮਰੇੜੀ ਸਾਹਿਬ ਉਸ ਇਲਾਕੇ ਦੇ ਵਿੱਚ, ਮੰਜੀ ਸਾਹਿਬ ਹੈਗਾ ਗੁਰੂ ਤੇਗ ਬਹਾਦਰ ਸਾਹਿਬ ਦੀ, ਸੁੱਡਲ ਸਾਹਿਬ, ਬੰਨੀ ਬਦਰਪੁਰ, ਬੁੜੀਆ ਤਾਜੇ ਵਾਲਾ, ਇਹ ਪੰਜ ਤਾਂ ਮੰਜੀਆਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਸਥਾਪਿਤ, ਪੰਜ ਮੰਜੀਆਂ। ਕੁਛ ਤਾਂ ਗੱਲ ਰਹੀ ਹੋਏਗੀ ਕਿ ਵਾਰ ਵਾਰ ਗੁਰੂ ਸਾਹਿਬ ਕਿਉਂ ਆ ਰਹੇ ਨੇ ਜੀ ਇਸ ਇਲਾਕੇ 'ਚ। ਸਾਹਿਬ ਇਸ ਫੋਟੋ 'ਚ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਹੋ ਗਈ ਹੈ, ਅਤੇ ਭਾਈ ਲੱਖੀ ਸ਼ਾਹ ਵਣਜਾਰੇ ਹੋਣੀ ਅਤੇ ਭਾਈ ਜੈਤਾ ਜੀ ਦਾ ਸੀਸ ਲੈ ਕੇ ਆ ਗਏ, ਅਤੇ ਭਾਈ ਲੱਖੀ ਸ਼ਾਹ ਵਣਜਾਰੇ ਹੋਣਾ ਨੇ ਉਹਨਾਂ ਦੇ ਗੁਰੂ ਤੇਗ ਬਹਾਦਰ ਸਾਹਿਬ ਦਾ 1675 'ਚ ਸੰਸਕਾਰ ਕਰਨ ਵਾਸਤੇ ਆਪਣੀ ਝੌਂਪੜੀ ਨੂੰ ਝੌਂਪੜੀ ਕਿਹਦੀ ਹੁੰਦੀ ਹੈ? ਗਰੀਬ ਆਦਮੀ ਦੀ। ਮੈਂ ਇਸ ਕਰਕੇ ਥੋੜ੍ਹੀ ਗੱਲ ਦੱਸਣਾ ਚਾਹ ਰਿਹਾ ਭਾਈ ਲੱਖੀ ਸ਼ਾਹ ਵਣਜਾਰਾ ਕਿਉਂ ਵਿੱਚ ਆ ਗਿਆ, ਕਿਉਂਕਿ ਜਦੋਂ ਮੈਂ ਇੱਕ ਦਿਨ ਪਹਾੜੀ ਤੋਂ ਥੱਲੇ ਉਤਰ ਕੇ ਆ ਰਿਹਾ ਸੀਗਾ
ਅਤੇ ਉੱਥੇ ਖੂਹ ਮਿਲਿਆ ਪੱਥਰ ਅਤੇ ਚੂਨੇ ਦੀ ਚਿਨਾਈ ਦਾ, ਵਿੱਚ ਪਲੇਟ ਲੱਗੀ ਹੋਈ ਸੀ, ਲੱਖੀ ਸ਼ਾਹ ਵਣਜਾਰੇ ਦਾ ਨਾਮ ਲਿਖਿਆ ਹੋਇਆ ਸੀਗਾ, ਲੱਖੀ ਸ਼ਾਹ ਵਣਜਾਰੇ ਦਾ ਨਾਮ। ਮੈਂ ਬੋਲਿਆ ਯਾਰ ਲੱਖੀ ਸ਼ਾਹ ਵਣਜਾਰਾ ਕੀ ਕਰ ਰਿਹਾ ਇੱਥੇ, ਮਤਲਬ ਇੱਕਦਮ ਨਵਾਂ ਪਰ ਹੈ ਸਿੱਖੀ ਦਾ ਕਰੈਕਟਰ, ਪਰ ਹੈ ਉਸ ਇਲਾਕੇ 'ਚ, ਉਹਨਾਂ ਦੀ ਆਰਕਿਓਲੋਜੀਕਲ ਐਵੀਡੈਂਸ ਪਏ ਨੇ। ਹੁਣ ਗੱਲ ਲੱਖੀ ਸ਼ਾਹ ਵਣਜਾਰੇ ਦੇ ਪਿੱਛੇ ਪਿੱਛੇ ਤੁਰ ਪਈ, ਕਿਉਂਕਿ ਮੈਂ ਉੱਥੇ ਅਸਿਸਟੈਂਟ ਕਲੈਕਟਰ ਸੀਗਾ ਅਤੇ ਮੈਂ ਪਟਵਾਰੀ ਸੱਦੇ, ਮੈਂ ਜਾ ਕੇ ਬੋਲਿਆ ਕਿ ਪਟਵਾਰੀ ਜੀ, ਜਿੰਨੇ ਆਪਣੇ ਜ਼ਿਲ੍ਹਾ ਯਮੁਨਾਨਗਰ ਦੇ ਵਿੱਚ ਲੱਖੀ ਸ਼ਾਹ ਵਣਜਾਰੇ ਤੋਂ ਰਿਲੇਟਡ ਰੈਵਨਿਊ ਰਿਕਾਰਡ ਹੈ, ਤਾਂ ਜਾਂ ਹੋਰ ਉਹਨਾਂ ਦੀ ਗੱਲਾਂ ਨੇ ਸਾਨੂੰ ਪਤਾ ਲੱਗੇ, ਅਤੇ ਪਤਾ ਲੱਗਿਆ ਕਿ ਇਸ ਇਲਾਕੇ ਦੇ ਵਿੱਚ 55 ਖੂਹ ਲੱਖੀ ਸ਼ਾਹ ਵਣਜਾਰੇ ਲੈ 55 ਖੂਹ। ਅਤੇ ਮੈਂ ਸਾਹਿਬ ਇੱਕ ਗੱਲ ਹੋਰ ਤੁਹਾਨੂੰ ਦੱਸਣਾ ਚਾਹੁੰਦਾ, ਇੱਕ ਖੂਹ ਨੂੰ ਲਾਉਣ ਦੀ ਕੀਮਤ 500 ਰੁਪਈਆ ਗਜ਼ਟੀਅਰ ਦੇ ਮੁਤਾਬਿਕ ਉਸ ਟਾਈਮ 'ਤੇ, ਔਰ ਏਕੜ ਦੀ ਕੀਮਤ 1 ਰੁਪਈਆ, ਯਾਨੀ ਕਿ 500 ਏਕੜ ਜ਼ਮੀਨ ਹੋਏਗੀ ਤਾਂ ਖੂਹ ਲੱਗੇਗਾ, ਅਤੇ ਕੋਈ ਝੋਂਪੜੀ ਵਾਲਾ ਬੰਦਾ ਤਾਂ ਨਹੀਂ ਲਾ ਸਕਦਾ ਸਾਹਿਬ। ਅਤੇ ਜਦੋਂ ਰੈਵਨਿਊ ਰਿਕਾਰਡ ਚੈੱਕ ਕੀਤਾ, ਪਤਾ ਲੱਗਿਆ ਲੱਖੀ ਸ਼ਾਹ ਵਣਜਾਰਾ ਹਿੰਦੁਸਤਾਨ ਦੇ ਸਭ ਤੋਂ ਅਮੀਰ ਆਦਮੀਆਂ 'ਚੋਂ ਸ਼ੁਮਾਰ ਸੀ। 1580 'ਚ ਜਨਮ ਹੋਇਆ, ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦਾ ਉਹਨਾਂ ਧੜ ਚੱਕਿਆ ਅਤੇ ਉਹਦੀ ਉਮਰ 95 ਸਾਲ ਸੀ, 95 ਈਅਰਸ। ਦੇਖੋ ਸ਼ੂਰਵੀਰ ਯੋਧੇ ਦਾ ਕੰਮ। ਔਰ ਇਸ ਪਰਿਵਾਰ ਦੇ ਘੱਟ ਤੋਂ ਘੱਟ 10 ਮੈਂਬਰ ਹੋਰ ਸ਼ਹੀਦ ਨੇ। ਭਾਈ ਮਨੀ ਸਿੰਘ ਦਾ ਸਹੁਰਾ, ਭਾਈ ਮਨੀ ਸਿੰਘ ਜੀ ਦੇ ਸਹੁਰੇ ਮੱਖਣ ਸ਼ਾਹ, ਭਾਈ ਮੱਖਣ ਸ਼ਾਹ ਲਮਾਣੇ ਦਾ ਸਾਂਡੂ, 50,000 ਗੱਡੀਆਂ ਦੇ 4 ਟਾਂਡੇ ਸੀ, 4.5 ਲੱਖ ਇੰਪਲੋਈ ਇਹਨਾਂ ਕੋਲ ਕੰਮ ਕਰਦੇ, 4.5 ਲੱਖ ਇੰਪਲੋਈ। ਦਿੱਲੀ ਸ਼ਹਿਰ ਦੇ ਵਿੱਚ 1793 ਏਕੜ ਜ਼ਮੀਨ ਅੱਜ ਵੀ ਲੱਖੀ ਸ਼ਾਹ ਵਣਜਾਰੇ ਦੇ ਨਾਮ ਖੜੀ ਹੈ, 1793। ਜਿਹੜਾ ਇੰਡੀਆ ਗੇਟ ਦਾ ਇਲਾਕਾ, ਮਾਲਚਾ ਮਹਿਲ, 12 ਖੰਬਾ, ਨਰੇਲਾ। ਹੁਣ ਅੰਗਰੇਜ਼ਾਂ ਨੇ ਕੀ ਕੀਤਾ, ਅੰਗਰੇਜ਼ਾਂ ਨੇ ਜਿਹੜੀ ਦਿੱਲੀ ਵਸਾਈ ਉਹ 99 ਸਾਲ ਦੇ ਪੱਟੇ 'ਤੇ ਵਸਾਈ, ਉਹ 'ਚ ਮਾਲਕ ਦਾ ਖਾਨਾ ਚੇਂਜ ਨਹੀਂ ਕੀਤਾ। ਇਸ ਜ਼ਮੀਨ ਦੇ ਐਵਜ਼ 'ਚ ਉਹਨਾਂ ਨੇ 400 ਕਿੱਲਾ ਜ਼ਮੀਨ ਬੀਗੜ ਪਿੰਡ ਫਤਿਹਾਬਾਦ 'ਚ ਦੇ ਦਿੱਤੀ। ਹੁਣ ਗੱਲ ਖਿਲਰਨ ਲੱਗ ਗਈ, ਮਸਲਾ ਕੇਵਲ ਖਾਲਸਾ ਰਾਜਧਾਨੀ ਤੱਕ ਸੀਮਿਤ ਨਹੀਂ ਹੈ, ਗੱਲ ਹੋਰ ਦੂਰ ਤੱਕ ਜਾਣਾ ਸ਼ੁਰੂ ਹੋ ਗਿਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਥੋਂ 400 ਏਕੜ ਦਾ ਠੇਕਾ ਲੈ ਕੇ ਆਉਂਦੀ ਹੈ ਅਤੇ ਇਹ ਲਿਖਦੀ ਹੈ ਕਿ ਗੁਰੂ ਦਾ ਗਰੀਬ ਬੜਾ ਸਿੱਖ ਸੀਗਾ ਜਿਹਨੇ ਆਪਣੀ ਝੋਂਪੜੀ ਨੂੰ ਅੱਗ ਲਾ ਲਈ। ਲੇਕਿਨ ਸਾਹਿਬ, ਉਸ ਪਰਿਵਾਰ ਦਾ ਇੱਕ ਵੀ ਜੀ ਨਹੀਂ ਬਚਿਆ ਜੋ ਉਸ ਪ੍ਰੋਪਰਟੀ ਨੂੰ ਸੰਭਾਲ, ਸਭ ਨੇ ਸ਼ਹੀਦੀਆਂ ਲਿੱਤੀਆਂ, ਸਭ ਨੇ ਸ਼ਹੀਦੀਆਂ। 55 ਖੂਹ ਮਿਲੇ ਜੀ ਸਾਹਿਬ, ਆ ਖੂਹ 'ਚ ਪਲੇਟਾਂ ਲੱਗੀਆਂ ਨੇ। ਔਰ ਜੇ ਮੈਂ ਹੋਰ ਗੱਲ ਕਰਾਂਗਾ ਤਾਂ ਹੋਰ ਕਿਉਂਕਿ ਗੱਲ ਹੋਰ ਕੌਂਟਰੋਵਰਸ਼ੀਅਲ ਆ ਗਈ। ਜਿਹੜਾ ਟਾਈਮ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਪੌਰੇ 'ਚ ਦਿਖਾ ਰਹੇ ਹਾਂ, ਇਹ 'ਚ ਫਾਰਸੀ 'ਚ ਲਿਖਿਆ ਹੋਇਆ ਕਿ ਭਾਈ ਤੇਗ ਬਹਾਦਰ ਅਤੇ ਭਾਈ ਲੱਖੀ ਸ਼ਾਹ ਵਣਜਾਰੇ ਨੇ ਖੂਹ ਲਾਇਆ, ਔਰ ਸੰਨ ਵੀ ਲਿਖਿਆ 1650 ਦੇ ਨੇੜੇ ਤੇੜੇ ਦਾ ਸੰਨ ਹੈ। ਪਰ ਅਸੀਂ ਤਾਂ 26 ਸਾਲ 9 ਮਹੀਨੇ 13 ਦਿਨ ਪੌਰੇ 'ਚ ਦਿਖਾਇਆ ਹੋਇਆ, ਖੂਹ 'ਚ ਆ ਪਲੇਟਾਂ ਕੀ ਕਹਿ ਰਹੀਆਂ ਨੇ ਜੀ। ਫਿਰ ਥੋੜ੍ਹੀ ਜਿਹੀ ਗੱਲ ਸਮਝ ਆਈ ਕਿ ਗੁਰੂ ਤੇਗ ਬਹਾਦਰ ਸਾਹਿਬ ਦਾ ਨਾਮ ਤਿਆਗਮਲ ਸੀਗਾ। 15 ਸਾਲ ਜਦੋਂ ਤੇਗ ਦਾ ਜੌਹਰ ਦਿਖਾਇਆ ਤਾਂ 6ਵੇਂ ਪਾਤਸ਼ਾਹ ਨੇ ਤਿਆਗਮਲ ਤੋਂ ਉਹਨਾਂ ਨਾਮ ਰੱਖਿਆ ਤੇਗ ਬਹਾਦਰ, ਅਤੇ ਤੇਗ ਬਹਾਦਰ ਵਾਲੇ ਕੰਮ ਚੱਲ ਰਹੇ ਨੇ ਸਾਹਿਬ। ਲੇਕਿਨ ਕਿਉਂਕਿ ਜਿਹੜੀ ਚੀਜ਼ ਸਾਡੇ ਕੋਲ ਮਿਸਿੰਗ ਸੀਗੀ, ਉਹਨੂੰ ਅਸੀਂ ਵੈਕਿਊਮ ਨੂੰ ਭਰਨ ਵਾਸਤੇ ਇੱਧਰ ਉੱਧਰ ਦੀ ਹਿਸਟਰੀ ਲਿਖਤੀ। ਐਕਚੁਅਲ ਗੱਲ ਇਹ ਹੈ, ਐਕਚੁਅਲ ਸੱਚ ਇਹ ਹੈ ਸਾਹਿਬ, ਇਹ ਰੈਵਨਿਊ ਰਿਕਾਰਡ ਹੈ ਉਸ ਟਾਈਮ ਦਾ। ਇਸ ਨਕਸ਼ੇ ਮਿਲ ਗਏ ਪਟਵਾਰੀਆਂ ਦੇ, ਉਸ ਟਾਈਮ 'ਤੇ ਮਲਕੀਅਤ ਮਿਲ ਗਈ ਲੱਖੀ ਸ਼ਾਹ ਵਣਜਾਰੇ ਦੀ।
ਹੁਣ ਸਾਡੇ ਜਿਹੜੇ ਇਤਿਹਾਸਕਾਰ ਨੇ ਉਹ ਲਿਖਦੇ ਨੇ ਫਾਰਸੀ ਦੇ ਸਰੋਤ, ਠੀਕ ਹੈ ਜੀ, ਜਾਂ ਸੈਕੰਡਰੀ ਐਵੀਡੈਂਸਿਸ, ਦੋ ਚੀਜ਼ਾਂ 'ਤੇ ਚੱਲ ਰਹੇ ਨੇ ਸਿੱਖ ਇਤਿਹਾਸਕਾਰ, ਨਾ ਤਾਂ ਆਰਕਿਓਲੋਜੀ ਦਾ ਪਤਾ, ਰੈਵਨਿਊ ਰਿਕਾਰਡਸ ਦਾ ਨਹੀਂ ਪਤਾ, ਟਾਈਪੋਟਮੀ ਆਫ ਵਿਲੇਜਸ ਦਾ ਕੋਈ ਗਿਆਨ ਨਹੀਂ ਹੈ, ਸਿੱਖ ਸੈਟਲਮੈਂਟਸ ਮੈਨੂਅਲ ਨਹੀਂ ਦੇਖੇ ਗਏ, ਕਿਉਂਕਿ ਮਹਾਭਾਰਤ ਦੀ ਹਿਸਟਰੀ ਥੋੜ੍ਹੀ ਨਾ ਚੱਲ ਰਹੀ ਹੈ, 300 ਸਾਲ ਪੁਰਾਣੀ ਗੱਲ ਹੈ, ਔਰ ਸਾਡੇ ਰਿਕਾਰਡ 'ਚ ਰਿਫਲੈਕਸ਼ਨ ਹੈ। ਹੁਣ ਲੱਕੀ ਸ਼ਾਹ ਵਣਜਾਰੇ ਦੇ ਨਾਮ ਤੋਂ ਸਰਾਏ ਵਣਜਾਰਾ ਪਿੰਡ ਹੈ ਫਤਿਹਗੜ੍ਹ ਸਾਹਿਬ ਤੋਂ 10 ਕਿਲੋਮੀਟਰ ਪਹਿਲੇ ਮਹਿਲ ਖੜਿਆ ਲੱਕੀ ਸ਼ਾਹ ਵਣਜਾਰੇ ਦਾ। ਮੇਰੇ ਵਰਗਾ ਕੋਈ ਨਲਾਇਕ ਆਦਮੀ ਲਾ ਗਿਆ ਪੋਸਟਰ ਕਿ ਕਾਰ ਸੇਵਾ ਕਰਾਂਗੇ ਪਹੁੰਚਾਵਾਂ ਗਿਰਨ ਵਾਲਾ, ਪਿੰਡ ਦਾ ਨਾਮ ਸਰਾਏ ਵਣਜਾਰਾ, ਕਿਲ੍ਹਾ ਖੜਿਆ ਲੱਕੀ ਸ਼ਾਹ ਵਣਜਾਰੇ ਦਾ ਕਿਲ੍ਹਾ। ਦਿੱਲੀ ਸ਼ਹਿਰ ਦੇ ਵਿੱਚ ਜਿਹਨੂੰ ਅਸੀਂ ਝੌਂਪੜੀ ਕਹਿ ਰਹੇ ਹਾਂ, ਆਹ ਮਾਲਚਾ ਮਹਿਲ ਇਹ ਖੜਿਆ, ਇਹ ਇਸਰੋ ਸਟੇਸ਼ਨ ਜਿਹਦੇ ਅੰਬੈਸੀਆਂ ਨੇ, ਅੰਬੈਸੀਆਂ ਜਿਹੜੇ ਪੰਜ ਵੱਡੇ ਪਿੰਡ ਸੀ ਉਹਦਾ ਨਾਮ ਸੀ ਨਰੇਲਾ, ਰਾਇਸੀਨਾ, ਬਾਰਾਖੰਬਾ ਔਰ ਮਾਲਚਾ, ਇਸ ਤਰੀਕੇ ਦੇ ਪਿੰਡ ਸੀਗੇ, ਅਤੇ ਮਾਲਚਾ ਦੇ ਵਿੱਚ ਭਾਈ ਲੱਕੀ ਸ਼ਾਹ ਵਣਜਾਰੇ ਦਾ ਮਹਿਲ ਖੜਿਆ। ਅੱਜ ਇੰਦਰਾ ਗਾਂਧੀ ਨੇ ਇਹ ਮਹਿਲ ਅਵਧ ਦੇ ਨਵਾਬ ਨੂੰ ਦੇ ਦਿੱਤਾ ਸੀ 5-7 ਸਾਲ ਪਹਿਲੇ, ਉਹ ਵੀ ਮਰ ਗਿਆ। ਜਦੋਂ ਮੈਂ ਲਾਸਟ ਟਾਈਮ ਫੋਟੋ ਖਿੱਚਣ ਗਿਆ ਸੀਗਾ ਉਹ ਫੋਟੋ ਨਹੀਂ ਖਿੱਚਣ ਦਿੰਦਾ ਸੀ, ਉਸ ਤੋਂ ਬਾਅਦ ਸਾਲ ਬਾਅਦ ਪਤਾ ਲੱਗ ਗਿਆ ਵੀ ਉਹ ਵੀ ਮਰ ਗਿਆ, ਹੁਣੇ ਖਾਲੀ ਪਿਆ। ਲੱਕੀ ਸਰਾਏ ਬਿਹਾਰ ਦੇ ਵਿੱਚ ਇੱਕ ਪੂਰਾ ਜ਼ਿਲ੍ਹਾ ਲੱਕੀ ਸ਼ਾਹ ਵਣਜਾਰੇ ਦੇ ਨਾਮ ਤੋਂ। ਸਭ ਟਰੇਡ ਰੂਟਸ ਨੇ, ਇੱਕ ਟਰੇਡ ਰੂਟ ਚੱਲਦਾ ਹੈਗਾ ਆਪਣਾ ਬਿਹਾਰ ਤੋਂ ਉਹ ਜਾਂਦਾ ਗੁਜਰਾਤ ਤੱਕ, ਇੱਕ ਟਰੇਡ ਰੂਟ ਚੱਲਦਾ ਦਿੱਲੀ ਤੋਂ ਉਹ ਜਾਂਦਾ ਗੁਜਰਾਤ ਤੱਕ। ਹਰ ਟਰੇਡ ਰੂਟ 'ਤੇ 10 ਕਿਲੋਮੀਟਰ ਬਾਅਦ ਲੱਕੀ ਸ਼ਾਹ ਵਣਜਾਰੇ ਦੀ ਰਾਜਸ਼ਾਹੀ ਛੱਤਰੀ ਖੜੀ ਹੈ, ਅਤੇ ਰਿਕਾਰਡ ਇਹ ਵੀ ਕਹਿੰਦਾ ਕਿ ਹਿੰਦੁਸਤਾਨ ਦੇ 14-15 ਰਾਜੇ ਲੱਕੀ ਸ਼ਾਹ ਵਣਜਾਰੇ ਹੁਣਾਂ ਕੋਲ ਗਿਰਵੀ ਸੀਗੇ। ਇਹ ਰਾਜਸ਼ਾਹੀਆਂ ਛੱਤਰੀਆਂ ਲਾਉਣ ਦਾ ਅਧਿਕਾਰ ਸਿਰਫ ਵਣਜਾਰਿਆਂ ਕੋਲ ਸੀਗਾ ਜੀ। ਆ ਬੌਲੀਆਂ ਜੀ, ਇੱਕ ਬੌਲੀ ਨੂੰ ਲਾਉਣ ਦੀ ਕੀਮਤ 5,000 ਰੁਪਏ। ਜਿੱਥੇ ਰਾਜਸ਼ਾਹੀਆਂ ਛੱਤਰੀਆਂ ਰਸਤੇ 'ਚ ਲੱਗੀਆਂ ਨੇ ਉੱਥੇ ਲੱਕੀ ਸ਼ਾਹ ਵਣਜਾਰੇ ਦੀਆਂ ਬੌਲੀਆਂ ਵੀ ਲੱਗੀਆਂ ਨੇ ਸਾਹਿਬ। ਇਹ ਕੁਰਸ਼ੇਤਰ ਜਿਹੜਾ 52 ਕਿਲ੍ਹਿਆਂ ਦਾ ਘੇਰਾ ਦੱਸ ਰਿਹਾ, ਉਹਦੇ ਵਿੱਚ ਲੱਕੀ ਸ਼ਾਹ ਵਣਜਾਰੇ ਦੀ ਬੌਲੀ, ਅੰਡਰਗਰਾਊਂਡ ਕਿਲ੍ਹਾ, ਟਨਲਸ, ਇਹ ਸਾਰੀਆਂ ਪ੍ਰੈਜੈਂਟ ਹੈ, ਸਾਰੀਆਂ ਪ੍ਰੈਜੈਂਟ ਮੌਕੇ ਦੇ ਉੱਪਰ। ਇਹ ਗਵਾਹੀ ਦੇ ਰਹੀਆਂ ਨੇ ਕਿ ਸਾਡਾ ਖਾਲਸਾ ਰਾਜ ਸਥਾਪਿਤ ਹੋਇਆ, ਬੇਸ਼ੱਕ ਤੋੜ ਦਿੱਤਾ ਗਿਆ ਸਿਸਟਮ, ਤਹਿਸ ਨਹਿਸ ਕਰ ਦਿੱਤਾ ਗਿਆ, ਸ਼ਰੈਡ ਕਰ ਦਿੱਤਾ ਗਿਆ, ਲੇਕਿਨ ਗੱਲਾਂ ਤਾਂ ਬਾਹਰ ਆ ਹੀ ਜਾਂਦੀਆਂ ਨੇ ਜੇ ਅਸੀਂ ਲੱਭਣ ਲੱਗੀਏ ਤਾਂ ਜੀ। ਹਾਂਸੀ ਦਾ ਕਿਲ੍ਹਾ ਹਿਸਾਰ ਦੇ ਵਿੱਚ ਜਗ੍ਹਾ ਹੈ ਹਾਂਸੀ, ਇਹ ਹਰਿਆਣੇ ਦੇ ਵਿੱਚ ਇੱਕ ਟਰੇਡ ਰੂਟ ਹੈਗਾ ਦਿੱਲੀ ਤੋਂ ਪਾਕਪਟਨ, ਪਾਕਪਟਨ 'ਚ ਬਾਬਾ ਫਰੀਦ ਜੀ ਰਹਿਣ ਵਾਲੇ ਸੀਗੇ, ਗੁਰੂ ਨਾਨਕ ਪਾਤਸ਼ਾਹ ਇਸ ਟਰੇਡ ਰੂਟ ਦੇ ਉੱਪਰ 5.5 ਮਹੀਨੇ ਰਹੇ, 5.5 ਮਹੀਨੇ ਹਾਂਸੀ ਦਾ ਰਾਜਾ ਜਗਤ ਰਾਏ ਗੁਰੂ ਨਾਨਕ ਪਾਤਸ਼ਾਹ ਦਾ ਸਿੱਖ ਬਣ ਗਿਆ ਸੀਗਾ ਜੀ। ਗੁਰੂ ਨਾਨਕ ਪਾਤਸ਼ਾਹ ਸਿੱਖ ਬਣ ਗਏ ਸੀ। ਗੁਰੂ ਨਾਨਕ ਪਾਤਸ਼ਾਹ 1502 ਦੇ ਵਿੱਚ ਜਦੋਂ ਗਏ ਨੇ ਕੁਰਸ਼ੇਤਰ, ਅਤੇ ਹਾਂਸੀ ਦਾ ਰਾਜਾ ਵੀ ਨਾਲ ਗਿਆ, ਇਹ ਹਿਸਟੋਰੀਕਲ ਰਿਕਾਰਡ ਹੈ। ਇਸ ਇਲਾਕੇ 'ਚ ਗੁਰੂ ਨਾਨਕ ਪਾਤਸ਼ਾਹ ਉੱਧਰ ਗਏ ਨੇ, ਅਤੇ ਅੱਜ ਜਿੱਥੇ ਟੋਮ ਬਣਾਇਆ ਗਜ਼ਟੀਅਰ ਸਰਕਾਰੀ ਰਿਕਾਰਡ 'ਚ, ਇਸ ਕਿਲ੍ਹੇ ਦਾ ਮਾਲਕ ਕੌਣ ਹੈ? ਲੱਕੀ ਸ਼ਾਹ ਵਣਜਾਰਾ। ਸਾਫ ਸੋਚਣਾ ਪਏਗਾ ਕਿ ਕੌਣ ਹੈ ਆਦਮੀ, ਕੀ ਕਨੈਕਸ਼ਨ ਹੈ ਇਹਦੇ ਨਾਲ ਸਾਡੇ ਨਾਲ। ਮੱਧਿਆ ਪ੍ਰਦੇਸ਼ ਸਾਗਰ ਡਿਸਟ੍ਰਿਕਟ 'ਚ 400 ਏਕੜ ਦੀ ਝੀਲ ਹੈ, ਨੈੱਟ 'ਤੇ ਦੇਖ ਸਕਦੇ ਹੋ, ਇਹ ਸਾਰੀਆਂ ਚੀਜ਼ਾਂ ਨੈੱਟ 'ਤੇ ਅਵੇਲੇਬਲ ਹੈ। ਅੱਜ ਕੱਲ੍ਹ ਗੂਗਲ ਇੱਕ ਰੈਵੋਲਿਊਸ਼ਨ ਵਾਂਗ ਚੀਜ਼ਾਂ ਮਿਲ ਜਾਂਦੀਆਂ। 400 ਏਕੜ ਦੀ ਝੀਲ ਲੱਕੀ ਸ਼ਾਹ ਵਣਜਾਰੇ ਨੇ ਤਿਆਰ ਕਰਾਈ ਸਾਗਰ ਡਿਸਟ੍ਰਿਕਟ 'ਚ, ਝੀਲ ਦਾ ਨਾਮ ਲੱਕੀ ਸ਼ਾਹ ਵਣਜਾਰਾ ਝੀਲ।
ਹੁਣ ਜੀ ਮੇਰੇ ਸਾਥੀ ਸੀ ਜਰਨੈਲ ਸਿੰਘ ਜੀ, ਕਿਉਂਕਿ ਮੈਂ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜ੍ਹੀ ਨਹੀਂ, ਅਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਵਣਜਾਰਿਆਂ ਦਾ ਬੜਾ ਜ਼ਿਕਰ ਆ ਰਿਹਾ ਖਾਲਸਾ ਰਾਜ ਦੇ ਨੇੜੇ ਨੇੜੇ, ਜਰਨੈਲ ਬੰਦਾ ਸਿੰਘ ਬਹਾਦਰ ਨਾਲ ਵੀ ਜਿਹੜੇ ਮੇਨ ਜਰਨੈਲ ਚੱਲ ਰਹੇ ਨੇ, ਅਤੇ ਲਾਸਟ ਜਿਸ ਦਿਨ 17 ਜਰਨੈਲ ਸ਼ਹੀਦ ਹੋ ਰਹੇ ਨੇ ਅਤੇ 16 ਵਣਜਾਰੇ ਨੇ, ਕੌਣ ਨੇ ਇਹ ਵਣਜਾਰੇ? ਅਤੇ ਇੱਕ ਸਰੋਤ ਜੋ ਸਾਡੇ ਵਾਸਤੇ ਸਿਰਮੌਰ ਹੈ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਉਹ ਠਾਸਰਾ ਲਿੱਤਾ ਗਿਆ। ਇਹ 63 ਗਲਤ ਲਿਖੇ ਹੋਏ ਨੇ, 78 ਸ਼ਲੋਕ ਜੋ ਕਿ ਰੈਫਰੈਂਸ ਕਰਦੇ ਨੇ ਵਣਜਾਰਿਆਂ ਦਾ, ਡਿਫਰੈਂਟ ਕੰਟੈਸਟ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਪਹਿਲੇ ਪੈਰੇ ਰਹਿਣ ਕੇ ਵਣਜਾਰਿਆਂ ਮਿੱਤਰਾ, ਹੁਕਮ ਪਿਆ ਗਰਵਾਸ, ਸਖੀਓ ਸਹੇਲੜੀਓ ਮੇਰਾ ਪਿਰ ਵਣਜਾਰਾ ਰਾਮ। ਪਹਿਲੀ ਪਾਤਸ਼ਾਹੀ ਵਣਜਾਰਿਆਂ ਜ਼ਿਕਰ ਕਰ ਰਹੀ ਹੈ, ਦੂਸਰੀ ਪਾਤਸ਼ਾਹੀ ਵਣਜਾਰਿਆਂ ਜ਼ਿਕਰ ਕਰ ਰਹੀ ਹੈ, ਤੀਸਰੀ ਪਾਤਸ਼ਾਹੀ ਵਣਜਾਰਿਆਂ ਜ਼ਿਕਰ ਕਰ ਰਹੀ, ਚੌਥੀ ਪਾਤਸ਼ਾਹੀ ਜਿੰਨੀ ਬਾਣੀ ਲਿਖ ਰਹੀ ਹੈ ਉਹਦਾ ਸਿਰਲੇਖ ਹੀ ਵਣਜਾਰਾ ਬਾਣੀ ਹੈ। ਪੰਜਵੀਂ ਪਾਤਸ਼ਾਹੀ ਵਣਜਾਰਿਆਂ ਜ਼ਿਕਰ ਕਰ ਰਹੀ ਹੈ, ਅਤੇ ਭਗਤ ਰਵਿਦਾਸ ਜੀ ਕਹਿੰਦੇ ਨੇ, ਘਟਿਆ ਵਗ ਡੂੰਗਰ ਗੜਾ ਇੱਕ ਨਿਰਗੁਣ ਬੈਲ ਹਮਾਰ, ਰਮਈਏ ਸੋ ਇੱਕ ਬੇਨਤੀ ਮੇਰੀ ਪੂੰਜੀ ਰੱਖੋ ਮੁਰਾਰ, ਕਹੋ ਵਣਜਾਰੋ ਰਾਮ ਕੋ ਮੇਰਾ ਟਾਂਡਾ ਲਾਧਿਓ ਜਾਇ ਰੇ, ਹੋ ਵਣਜਾਰੋ ਰਾਮ ਕੋ ਸਹਿਜ ਕਰੂ ਅਪਾਰ, ਮੈਂ ਰਾਮ ਨਾਮ ਤੋਂ ਲੱਗ ਗਿਆ ਇਹ ਭਿੱਖ ਲੱਗ ਗਈ ਸੰਸਾਰ। ਕਬੀਰ ਸਾਹਿਬ ਹੋਰ ਵੀ ਗੱਲ ਗਹਿਰਾਈ, ਹੁਣ ਟਾਂਡਿਆਂ ਦਾ ਜ਼ਿਕਰ ਆ ਗਿਆ, ਇਹ ਟਾਂਡੇ ਹੀ ਸਾਰੇ ਖਾਲਸਾ ਰਾਜ ਵਾਸਤੇ ਕੰਮ ਕਰ ਰਹੇ ਸੀਗੇ, ਔਰ ਇਹ ਸਾਰੀ ਰਸਦ ਔਰ ਇੱਥੇ ਹਥਿਆਰ ਲੈ ਕੇ ਆ ਰਹੇ ਸੀਗੇ। ਗੁਰੂ ਗ੍ਰੰਥ ਸਾਹਿਬ 'ਚ 2 ਵਾਰੀ ਟਾਂਡਿਆਂ ਦਾ ਜ਼ਿਕਰ ਆਇਆ, ਚਲੋ ਵਣਜਾਰੋ ਹਾਥ ਝਾੜ, ਭਗਤ ਕਬੀਰ ਸਾਹਿਬ ਕਹਿੰਦੇ ਨੇ, ਚਲੋ ਵਣਜਾਰੋ ਹਾਥ ਝਾੜ, ਪੂੰਜੀ ਹਰਨੀ ਬਣਜ ਟੂਟ, ਦੈ ਦਿਸ ਟਾਂਡੋ ਗਏ ਉਹ ਫੁੱਟ। ਕਬੀਰ ਸਾਹਿਬ ਹੋਰ ਵੀ ਐਕਸਪਲੇਨ ਕਰਦੇ ਨੇ, ਨਾਇਕ ਏਕ ਵਣਜਾਰੇ ਪਾਂਚ, ਵਣਜਾਰੇ ਸੰਤ ਨਾਨਕਾ ਪ੍ਰਭ ਸ਼ਾਹ ਮੀਤਾ, ਸੰਤਾਂ ਵਾਂਗ ਬਿਹੇਵ ਕਰ ਰਹੇ ਨੇ ਵਣਜਾਰੇ, ਸੰਤ ਅਨੰਤ ਮੇ ਅੰਤਰ ਨਾਹੀਂ, ਵਣਜ ਕਰੋ ਵਣਜਾਰਿਓ ਵਖਰ ਲਿਓ ਸਵਾਲ, ਤੈਸੀ ਵਸਤ ਵਸਾਈਏ ਜੈਸੀ ਨਿੱਪੇ ਨਾਲ, ਵਣਜਾਰੇ ਸਿੱਖ ਆਉਣ ਦੇ ਸ਼ਬਦ ਲਗਾਵਣ ਹਾਰ, ਮੈਂ ਵਣਜਾਰਨ ਰਾਮ ਕੀ ਤੇਰਾ ਨਾਮ ਕਰੂ ਅਪਾਰ ਜੀ। ਬਾਕੀ ਤਾਂ ਬਹੁਤ ਸ਼ਲੋਕ ਨੇ ਜੀ, ਔਰ ਹੁਣ ਭਾਈ ਲੱਖੀ ਸ਼ਾਹ ਵਣਜਾਰੇ ਨੂੰ ਲੋਹਗੜ ਦੇ ਕੋਲ ਇਸ ਤਰੀਕੇ ਦੀਆਂ ਮਜ਼ਾਰਾਂ ਬਣਾ ਕੇ ਪੀਰ ਬਣਾ ਦਿੱਤਾ ਗਿਆ, ਔਰ ਸਰਕਾਰੀ ਗਜ਼ਟੀਅਰ ਦੇ ਵਿੱਚ, ਸਰਕਾਰੀ ਗਜ਼ਟੀਅਰ ਦੇ ਵਿੱਚ ਕੁਤਬੂਦੀਨ ਲਿਖ ਦਿੱਤਾ ਗਿਆ। ਸਭ ਆਪਾਂ ਆਪਣੇ ਬਜ਼ੁਰਗ ਨੂੰ ਨਹੀਂ ਸੰਭਾਲਿਆ, ਵਿਰਸੇ ਨੂੰ ਨਹੀਂ ਸੰਭਾਲਿਆ, ਅਤੇ ਸਾਡਾ ਜਿਹੜਾ ਵਿਰਸਾ ਸੀਗਾ ਇਸ ਤਰੀਕੇ ਨਾਲ ਰੋਲਿਆ ਜੀ। ਦਸਵੇਂ ਨਾਨਕ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ 4 ਸਾਲ ਪਾਉਂਟਾ ਸਾਹਿਬ ਰਹੇ ਜੀ, 1685-1689। ਹੁਣ ਮੈਂ ਬਚਪਨ ਤੋਂ ਪਾਉਂਟਾ ਸਾਹਿਬ ਜਾ ਰਿਹਾ ਸੀਗਾ ਜੀ, ਅਤੇ ਅਲਟੀਮੇਟਲੀ ਇਸ ਵਾਰ ਥੋੜ੍ਹਾ ਜਿਹਾ ਪਹਿਲੇ ਜਾਣਾ ਜੀ, ਯਮੁਨਾ ਦੇਖ ਲੈਣੀ, ਲੰਗਰ ਛੱਕ ਲੈਣਾ, ਇੱਧਰ ਉੱਧਰ ਘੁੰਮ ਲੈਣਾ, ਖੇਡ ਲੈਣਾ, ਵਾਪਸ ਆ ਜਾਣਾ, ਪਰ ਇਸ ਵਾਰ ਕਾਪੀ ਪੈਨਸਲ ਨਾਲ ਲੈ ਕੇ ਗਿਆ। ਇਹ ਗੱਲ ਸਮਝਣ ਤੋਂ ਬਾਅਦ ਮੈਂ ਪੁੱਛਿਆ ਪ੍ਰਬੰਧਕ ਵੀਰਾਂ ਨੂੰ, ਮੈਂ ਕਿਹਾ ਜੀ ਥੋੜ੍ਹਾ ਜਿਹਾ ਮੈਨੂੰ ਐਕਸਪਲੇਨ ਕਰਿਓ ਕਿ 4 ਸਾਲ ਗੁਰੂ ਸਾਹਿਬ ਨੇ ਕੀਤਾ ਕੀ ਹੈ। ਕਹਿੰਦੇ ਜੀ ਇੱਕ ਦਿਨ 52 ਦਾ ਕਵੀ ਦਰਬਾਰ ਲੱਗੇ ਸੀਗੇ ਜੀ। ਮੈਂ ਕਿਹਾ ਓਕੇ, ਆਹ ਦੇਖੋ ਜੀ ਕਿਤੇ ਲੱਗੇ ਕੇਵਲੇ, ਮੈਂ 52 ਦਿਨ, ਮੈਂ ਕਿਹਾ ਇੱਕ ਦਿਨ ਦਾ ਲੱਗੇ ਹੋਣਗੇ, 52 ਦਿਨ ਨੋਟ ਕਰ ਲਏ ਜੀ। ਇੱਕ ਦਿਨ ਤਾਂ ਕਹਿੰਦੇ ਗੁਰੂ ਸਾਹਿਬ ਨੇ ਸ਼ੇਰ ਮਾਰਿਆ ਸੀਗਾ, ਮੈਂ ਕਿਹਾ 53 ਦਿਨ। ਇੱਕ ਦਿਨ ਭੰਗਾਣੀ ਦਾ ਯੁੱਧ ਹੋਇਆ, ਮੈਂ 54 ਦਿਨ।
ਕਹਿੰਦਾ ਬਾਕੀ ਸਾਨੂੰ ਨਹੀਂ ਪਤਾ, ਕਿਸ਼ਤੀ 'ਚ ਬੈਠ ਕੇ ਚੱਲ ਜਾ, ਕਈ ਦਿਨ ਬਾਅਦ ਮੁੜ ਕੇ ਆਉਂਦੇ ਸੀਗੇ। ਸਭ ਕੁਛ ਤਾਂ ਸੋਚਣਾ ਪਏਗਾ, 4 ਸਾਲ ਰਹੇ ਨੇ ਜਿੱਥੋਂ ਸਿਰਫ 15-20 ਕਿਲੋਮੀਟਰ ਦੂਰੀ 'ਤੇ ਖਾਲਸਾ ਰਾਜ ਦੀ ਤਿਆਰੀ ਹੋ ਰਹੀ ਹੈ। ਵਿਵੇਕ ਬੁੱਧ ਤਾਂ ਸਾਨੂੰ ਸਭ ਨੇ ਦਿੱਤੀ ਪਰਮਾਤਮਾ ਨੇ, ਇਸ਼ਾਰਾ ਕਿੱਧਰ ਜਾ ਰਿਹਾ ਸਾਹਿਬ, ਵੀ ਸਾਰੇ ਗੁਰੂ ਸਾਹਿਬ ਇਸ ਇਲਾਕੇ 'ਚ ਕਿਉਂ ਪ੍ਰੈਜੈਂਟ ਨੇ। ਪੰਗਾਣੀ ਦਾ ਯੁੱਧ ਆਪ ਸਭ ਨੂੰ ਪਤਾ ਹੀ ਹੈ, ਮਸ਼ਹੂਰ ਹੋਇਆ। ਹੁਣ ਆਉਂਦੇ ਪੀਰ ਬੁੱਧੂ ਸ਼ਾਹ ਜੀ ਦੇ। ਪੀਰ ਬੁੱਧੂ ਸ਼ਾਹ ਜੀ ਦੇ ਜੋ ਸਾਨੂੰ ਇਤਿਹਾਸਕਾਰ ਪ੍ਰਚਾਰਿਆ ਜਾਂਦਾ ਕਿ 2 ਪੁੱਤਰਾਂ ਦੀ ਸ਼ਹੀਦੀ ਹੋਈ ਪੰਗਾਣੀ ਦੇ ਯੁੱਧ ਦੇ ਵਿੱਚ, ਜਦੋਂ ਉਹਨਾਂ ਨੇ 500 ਪਠਾਨ ਰਿਕਰੂਟ ਕਰਾਏ ਸੀ, ਜੋ ਜਿੰਨਾ ਕੁ ਇਤਿਹਾਸ ਲਿਖਿਆ ਹੋਇਆ, ਔਰ ਜਦੋਂ ਪੰਗਾਣੀ ਦਾ ਯੁੱਧ ਹੋਇਆ ਤਾਂ ਪਠਾਨ ਦੌੜ ਗਏ ਅਤੇ ਪੀਰ ਬੁੱਧੂ ਸ਼ਾਹ 700 ਮਰੀਦਾਂ ਨਾਲ ਪੰਗਾਣੀ ਯੁੱਧ 'ਚ ਪਹੁੰਚੇ ਅਤੇ ਇੱਕ ਭਤੀਜੇ ਦੀ ਸ਼ਹੀਦੀ ਹੋਈ। ਇਸ ਤਰੀਕੇ ਨਾਲ 2-4 ਗੱਲਾਂ ਆ ਜਾਂਦੀਆਂ। ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੀਰ ਬੁੱਧੂ ਸ਼ਾਹ ਨੂੰ ਖੁਸ਼ ਹੋ ਕੇ ਇੱਕ ਕੰਘਾ ਦਿੱਤਾ, ਔਰ ਕੰਘੇ 'ਚ ਕੇਸ ਸੀਗੇ। ਦੈਟਸ ਆਲ, ਇੰਨੀ ਕੁ ਹਿਸਟਰੀ ਪਤਾ। ਪਰ ਮੈਨੂੰ ਲੱਗਿਆ ਨਹੀਂ ਇਹ ਤਾਂ ਗੱਲ ਨਹੀਂ ਖਤਮ ਹੋਏਗੀ ਜੀ ਸਾਹਿਬ। ਕੌਣ ਹੈ ਪੀਰ ਬੁੱਧੂ ਸ਼ਾਹ, ਔਰ ਕਿਆ ਕਿਆ ਜ਼ਰੂਰਤ ਸੀਗੀ ਦੀ ਸ਼ਹੀਦੀ ਦੇਣ ਦੀ? 2 ਪੁੱਤਰਾਂ ਦੀ ਸ਼ਹੀਦੀ, ਇੱਕ ਭਤੀਜੇ ਦੀ ਸ਼ਹੀਦੀ, ਔਰ ਜਦੋਂ ਰਿਕਾਰਡ ਚੈੱਕ ਕੀਤਾ ਤਾਂ ਪਿਤਾ ਦੀ ਸ਼ਹੀਦੀ। ਇੱਕ ਪਰਿਵਾਰ ਦੇ 4-4 ਜੀ ਸ਼ਹੀਦ ਹੋ ਜਾਣ, ਕੋਈ ਤਾਂ ਗੱਲ ਵੱਡੀ ਰਹੀ ਹੋਏਗੀ। ਔਰ ਖਾਲਸਾ ਰਾਜ ਤੋਂ ਜਸਟ 15-20 ਕਿਲੋਮੀਟਰ 'ਤੇ ਸਡੋਰਾ ਸਾਹਿਬ ਮੁਹੰਮਦ ਸਾਫੀ ਵਾਹਿਦ ਲਿਖਦਾ ਹੈ 1738 'ਚ, ਜੋ ਬੰਦਾ ਸਿੰਘ ਬਹਾਦਰ ਦਾ ਆਈ ਵਿਟਨੈਸ ਇਸ ਬੈਟਲ ਦਾ, ਉਹ ਕਹਿੰਦਾ ਸਡੋਰਾ ਦੂਜਾ ਕਾਬਾ ਹੈ। ਸਡੋਰਾ ਦੂਜਾ ਕਾਬਾ ਹੈ, ਮੈਂ ਨਹੀਂ ਕਹਿ ਰਿਹਾ, ਉਹ ਸਰੋਤ ਕਹਿ ਰਿਹਾ, ਮੁਸਲਮਾਨ ਲਿਖ ਰਿਹਾ ਜੋ ਬਾਦਸ਼ਾਹ ਦੀ ਦਰਬਾਰ ਦੇ ਵਿੱਚ ਬੈਠਾ ਹੈ। ਸਾਹਿਬ ਛੋਟੀ ਗੱਲ ਨਹੀਂ ਹੈ। ਉਹ ਕਹਿੰਦੇ ਤਜਾਰਤ ਜਿਹੜੀ ਹੈਗੀ ਹੈ, ਜਿਹੜੇ ਹਿੰਦੁਸਤਾਨ ਦੇ ਜਿਹੜੇ ਮੁਸਲਮਾਨ ਨੇ ਉਹ ਕਾਬਾ ਜਾਣਾ ਬੰਦ ਕਰ ਗਏ ਨੇ ਅਤੇ ਉਹ ਤਜਾਰਤ ਕਰਨ ਵਾਸਤੇ ਸਡੋਰੇ ਆਉਂਦੇ ਨੇ। ਸਮਝਣਾ ਪਿਆ ਜੀ ਇਹ ਗੱਲ ਹੈ ਕੀ ਬੇਸਿਕਲੀ। ਜਦੋਂ ਪੀਰ ਬੁੱਧੂ ਸ਼ਾਹ ਨੂੰ ਦੇਖਿਆ ਸਾਹਿਬ, ਪੀਰ ਬੁੱਧੂ ਸ਼ਾਹ ਦਾ ਪੁੱਤਰ ਸੈਯਦ ਅਸ਼ਰਫ ਸੈਯਦ ਮੁਹੰਮਦ ਸ਼ਾਹ, ਪਿਤਾ ਦਾ ਨਾਮ ਸੈਯਦ ਗੁਲਾਮ ਸ਼ਾਹ, ਸ਼ਹੀਦ ਹੋਏ ਜੀ। ਅਤੇ ਜਦੋਂ ਇਹਨਾਂ ਦੇ ਪਿੱਛੇ ਜਾ ਕੇ ਦੇਖਿਆ ਅਤੇ ਪਤਾ ਲੱਗਿਆ ਕਿ ਜੀ ਜਿਹੜੇ ਇਹਨਾਂ ਦੇ ਵੱਡੇ ਵਡੇਰੇ ਸ਼ਾਹ ਅਬਦੁਲ ਵਾਹਿਬ, ਸ਼ਾਹ ਅਬਦੁਲ ਵਾਹਿਬ, ਇਹ ਗੁਰੂ ਨਾਨਕ ਸਾਹਿਬ ਦੇ ਪਿੱਛੇ ਚੱਲ ਕੇ ਮੱਕੇ ਮਦੀਨੇ ਤੋਂ ਇੱਥੇ ਪਹੁੰਚੇ ਜੀ, ਸ਼ਾਹ ਅਬਦੁਲ ਵਾਹਿਬ। ਅਤੇ ਸ਼ਾਹ ਅਬਦੁਲ ਵਾਹਿਬ ਦਾ ਜੋ ਲੀਨੀਅਜ ਹੈ ਉਹ ਹੈ ਫਾਤਿਮਾ ਬਿੰਟ। ਹਾਂਜੀ ਟਾਈਮ ਸ਼ੋਰਟ ਹੈ ਜੀ, ਥੋੜ੍ਹਾ ਮੈਨੂੰ ਕੰਪਲੀਟ ਕਰਨਾ ਪੈਣਾ ਪਲੀਜ਼, ਕਿਉਂਕਿ ਹੁਣ ਇਹ ਵਿੱਚ ਛੱਡਿਆ ਹੀ ਨਹੀਂ ਜਾ ਸਕਦਾ, ਤੁਸੀਂ ਬੈਠੋ ਆਰਾਮ ਨਾਲ, ਠੀਕ ਹੈ ਜੀ। ਹਾਂਜੀ, ਅਤੇ ਬੇਸਿਕਲੀ ਟਾਈਮ ਦੀ ਹੁਣ ਦੀ ਪਰਵਾਹ ਨਾ ਕਰੋ ਜੀ, ਇਹ ਗੱਲ ਬਾਰ ਬਾਰ ਕਿਸੇ ਨੇ ਦੱਸਣੀ ਵੀ ਨਹੀਂ ਹੈ, ਔਰ ਇਹ ਗੱਲ ਨੇੜੇ ਪਹੁੰਚੀ ਹੋਈ ਹੈ। ਗੁਰੂ ਨਾਨਕ ਪਾਤਸ਼ਾਹ ਜਦੋਂ ਮੱਕੇ ਮਦੀਨੇ ਗਏ ਨੇ ਅਤੇ ਕਾਬੇ ਦਾ ਹੈੱਡ ਕਾਜ਼ੀ ਰੁਕਮਉਦੀਨ ਸਿੱਖ ਬਣ ਗਿਆ ਜੀ, ਸਾਨੂੰ ਇਹ ਗੱਲ ਦਾ ਨਹੀਂ ਪਤਾ। ਸਾਡੀ ਕੌਮ ਦਾ ਜੋ ਪਹਿਲਾ ਸ਼ਹੀਦ ਹੈ ਨਾ ਜੀ, ਉਹ ਰੁਕਮਉਦੀਨ ਹੋਇਆ ਜੀ। ਰੁਕਮਉਦੀਨ ਨੂੰ ਜਦੋਂ ਹੈੱਡ ਕਾਜ਼ੀ ਕਾਬੇ ਦਾ ਸਿੱਖ ਬਣ ਗਿਆ, ਹੈੱਡ ਕਾਜ਼ੀ ਕਾਬੇ ਦਾ ਸਿੱਖ ਬਣ ਗਿਆ,
ਗੁਰੂ ਨਾਨਕ ਪਾਤਸ਼ਾਹ ਡੇਢ ਸਾਲ ਇਸ ਇਲਾਕੇ 'ਚ ਰਹੇ, ਜਿੱਥੇ ਪਹਿਲੇ ਗਏ ਇਜਿਪਟ, ਇਜਿਪਟ ਜਗ੍ਹਾ ਪੈਂਦੀ ਹੈ ਕੈਰੋ, ਕੈਰੋ ਦੇ ਵਿੱਚ ਟਾਂਡਾ, ਜਿੱਥੇ ਪੀਰ ਜਲਾਲੂਦੀਨ ਨਾਲ ਡਿਬੇਟ ਹੋਈ। ਪੀਰ ਜਲਾਲੂਦੀਨ ਜੋ ਕਿ ਮੈਂਟਰ ਹੈ ਓਟੋਮਨ ਅੰਪਾਇਰ ਦਾ, ਓਟੋਮਨ ਅੰਪਾਇਰ ਦਾ ਰਾਜਾ ਸੀ ਸ਼ਾਹ ਸਲੀਮ ਫਸਟ, ਦੋਨੋਂ ਦੇਖ ਰਹੇ ਨੇ ਗੁਰੂ ਨਾਨਕ ਪਾਤਸ਼ਾਹ ਨੂੰ। ਓਟੋਮਨ ਅੰਪਾਇਰ ਦੇ ਰਾਜਾ ਸ਼ਾਹ ਸਲੀਮ ਫਸਟ ਨੇ ਵੀ ਗੁਰੂ ਨਾਨਕ ਪਾਤਸ਼ਾਹ ਨੂੰ ਨਤਮਸਤਕ ਹੋਇਆ। ਇਹ ਰਿਕਾਰਡ ਦੀ ਗੱਲ ਹੈ ਸਭ। ਅਤੇ ਜਿਹੜਾ ਪੀਰ ਜਲਾਲੂਦੀਨ ਹੈ, ਮਿਸਰ ਦਾ ਪੀਰ ਹੈ, ਸੂਫੀ ਪੀਰ, ਉਹ ਜਾ ਕੇ ਥਨੇਸਰ ਗਿਆ ਕੁਰਸ਼ੇਤਰ ਦੇ ਵਿੱਚ, ਉਹਦੀ ਮਜ਼ਾਰ ਖੜੀ ਅੱਜ ਵੀ। ਉਹਦੀ ਜੇ ਇਹਨਾਂ ਪੀਰਾਂ ਬਾਰੇ ਗੱਲ ਕਰਨੀ ਹੋਏ ਤਾਂ ਦੋ ਦਿਨ ਦਾ ਟਾਈਮ ਲੱਗੇਗਾ ਜੀ, ਵੱਡੀ ਗੱਲ ਹੈ। ਕਿਉਂ ਗੁਰੂ ਨਾਨਕ ਪਾਤਸ਼ਾਹ ਜਦੋਂ ਵਾਪਸ ਆਏ ਨੇ ਤਾਂ ਸਾਹਿਬ 100 ਖਲੀਫੇ, 4 ਵੱਡੇ ਪੀਰ ਅਤੇ 1,00,000 ਮੁਰੀਦ ਆਏ, ਜੋ ਕਿ ਹਿੰਦੁਸਤਾਨ 'ਚ ਕਸ਼ਮੀਰ ਤੋਂ ਲੈ ਕੇ, ਤੁਹਾਡੇ ਜੰਮੂ ਦੇ ਇਲਾਕੇ ਤੋਂ ਵੀ ਕਸ਼ਮੀਰ ਤੋਂ ਲੈ ਕੇ ਅਤੇ ਕੰਨਿਆਕੁਮਾਰੀ ਤੱਕ ਫੈਲ ਕੇ। ਗੁਰੂ ਨਾਨਕ ਪਾਤਸ਼ਾਹ ਜੋ ਕਿ ਭਾਈ ਗੁਰਦਾਸ ਜੀ ਵੀ ਜ਼ਿਕਰ ਕਰਦੇ ਨੇ, ਮੈਂ ਰੁਕਮੁਦੀਨ ਦੀ ਗੱਲ ਦੱਸਦਾ ਜੀ। ਰੁਕਮੁਦੀਨ ਨੂੰ ਕਿਹਾ ਜੀ ਵਾਪਸ ਚੱਲ, ਤੂੰ ਹੈੱਡ ਕਾਜ਼ੀ ਹੈ, ਸਾਡੇ ਹੈੱਡ ਕਾਜ਼ੀ ਹੈ ਕਾਬੇ ਦਾ, ਅਤੇ ਮੁਸਲਮਾਨ ਕੀਤੇ ਵਾਪਸ ਚੱਲ। ਉਹਨੂੰ 7 ਸਜ਼ਾਵਾਂ ਦਿੱਤੀਆਂ ਗਈਆਂ, ਅਤੇ 7ਵੀਂ ਸਜ਼ਾ, 6ਵੀਂ ਸਜ਼ਾ ਨੂੰ ਰੇਤ 'ਚ ਪੁੱਠਾ ਟੰਗਿਆ ਹੁੰਦਾ ਰੁਕਮੁਦੀਨ ਨੂੰ। ਉਹ ਕਹਿੰਦਾ ਜਿਹੜਾ ਉੱਥੋਂ ਦਾ ਅਮੀਰ ਹੈ, ਉਹ ਕਹਿੰਦਾ ਕਿ ਆਪਣਾ ਕਲਮ ਮੰਗਾਓ ਔਰ ਦਵਾਤ ਪਾ ਕੇ ਸਾਈਨ ਕਰਾਓ ਬਕਾਇਦਾ ਇਹਦੇ, ਕਿ ਵਾਪਸ ਆ ਗਿਆ ਮੁਸਲਮਾਨ ਕਿੱਤੇ 'ਚ। ਅਤੇ ਜਦੋਂ ਰੁਕਮੁਦੀਨ ਨੂੰ ਰੇਤ 'ਚੋਂ ਬਾਹਰ ਕੱਢਿਆ ਜਾਂਦਾ, ਕਹਿੰਦਾ ਹਾਂ ਵੀ ਕੀ ਗੱਲ ਹੈ? ਤਾਂ ਰੁਕਮੁਦੀਨ ਕਹਿੰਦਾ ਨੋਟ ਕਰੋ ਜੀ, ਅਰਬੀ 'ਚ ਬੋਲਦਾ, ਕਹਿੰਦਾ ਰੁਬਿਆਨ ਕਿਤਾਬੇ ਇਲ ਇਮਾਮ ਹਜ਼ਰਤ ਨਾਨਕ ਮਮ, ਕਹਿੰਦਾ ਜੋ ਇਲਾਹੀ ਬਾਣੀ ਗੁਰੂ ਨਾਨਕ ਦੇ ਗਿਆ ਹੁਣ ਇੱਦਾਂ ਹੀ ਜਾਵਾਂਗੇ ਜੀ। ਅਤੇ ਉਹ ਪਹਿਲਾ ਸ਼ਹੀਦ ਬੰਦਾ ਰੁਕਮੁਦੀਨ ਅਤੇ ਗੁਰੂ ਨਾਨਕ ਪਾਤਸ਼ਾਹ। ਉਹ ਤੋਂ ਬਾਅਦ ਜਾਂਦੇ ਨੇ ਬਗਦਾਦ, ਔਰ ਤੁਹਾਨੂੰ ਹੋਰ ਦੱਸਦਾ ਜਿੱਥੇ ਲੜਾਈ ਚੱਲ ਰਹੀ ਹੈ ਨਾ ਇਸ ਟਾਈਮ ਇਜ਼ਰਾਈਲ ਅਤੇ ਫਿਲਸਤੀਨ ਦੀ, ਕੈਪੀਟਲ ਇਬਰਾਹਿਮ ਫੇਸ ਦੀ ਹੈਗੀ ਹੈ ਜੈਰੂਸਲਮ, ਗੁਰੂ ਨਾਨਕ ਪਾਤਸ਼ਾਹ ਦੇ ਨਾਲ ਬਾਬਾ ਫਰੀਦ ਜੀ ਵੀ ਨਾਲ ਨੇ, ਅਤੇ ਉੱਥੇ ਜਾ ਕੇ ਇੱਕ ਧਰਮਸਾਲ ਸਥਾਪਿਤ ਕੀਤੀ ਜਾਂਦੀ ਜਿਹਨੂੰ ਕਹਿੰਦੇ ਅਲ ਹਿੰਦ ਸਰਾਹ, ਜੋ ਕਿ ਨੈੱਟ 'ਤੇ ਸਰਚ ਕਰੋ ਅੱਜ ਖੜ੍ਹੀ ਹੈ, ਅੱਜ ਤੱਕ ਉਹ ਅਲ ਹਿੰਦ ਸਰਾਹ ਖੜ੍ਹੀ ਹੈ, ਜੋ ਇਸ ਗੱਲ ਦੀ ਗਵਾਹੀ ਦੇ ਰਹੀ ਕਿ ਸਿੱਖ ਪ੍ਰਚਾਰ ਕੇਂਦਰ ਜੈਰੂਸਲਮ 'ਚ ਵੀ ਸੀਗਾ। ਉਸ ਤੋਂ ਬਾਅਦ ਬਗਦਾਦ ਗਏ, ਅਤੇ ਬਗਦਾਦ ਦੇ ਪੀਰ ਦਸਤਗੀਰ ਨਾਲ ਡਿਬੇਟ ਹੋਈ, ਅਤੇ ਪੀਰ ਦਸਤਗੀਰ ਸੈਯਦ ਇੱਕ ਅਕੀਲ ਗਿਲਾਨੀ ਕਾਦਰੀ, ਜੋ ਮੌਕੇ ਦਾ ਬੈਠਿਆ ਹੋਇਆ ਸੀਗਾ, ਇਹ 12ਵੀਂ ਸ਼ਤਾਬਦੀ ਦੀ ਗੱਦੀ ਸੀਗੀ, ਜਿਹਦਾ ਸੈਯਦ ਅਬਦੁਲ ਗਿਲਾਨੀ ਕਾਦਰੀ ਨੇ 12ਵੀਂ ਸ਼ਤਾਬਦੀ ਸ਼ੁਰੂ ਕੀਤਾ, ਅਤੇ 16ਵੀਂ ਸ਼ਤਾਬਦੀ ਦਾ ਜੋ ਉਹਦਾ ਸਮਕਾਲੀ, ਗੁਰੂ ਨਾਨਕ ਪਾਤਸ਼ਾਹ ਦਾ ਜੋ ਸਮਕਾਲੀ ਸੀਗਾ, ਜੋ ਪੀਰ ਬੈਠਾ ਹੋਇਆ, ਉਹ ਦਸਤਗੀਰ ਨਾਲ ਡਿਬੇਟ ਹੋਈ, ਅਤੇ ਪੀਰ ਦਸਤਗੀਰ ਆਪ ਚੱਲ ਕੇ ਸਡੌਰੇ ਆਇਆ, ਅਤੇ ਜਿਹੜੇ ਪੀਰ ਦੇ ਪੁੱਤਰ ਦੇ ਗੁਰੂ ਨਾਨਕ ਪਾਤਸ਼ਾਹ ਨੇ ਹੱਥ ਰੱਖਿਆ, ਉਹਦਾ ਨਾਮ ਸੀਗਾ ਸ਼ਾਹ ਖੁਮੇਸ਼ ਕਾਦਰੀ। ਭਾਈ ਗੁਰਦਾਸ ਜੀ ਉਸ ਪੀਰ ਦੇ ਬੇਟੇ ਦਾ ਜ਼ਿਕਰ ਕਰਦੇ ਨੇ, ਅਤੇ ਸਾਰੇ ਪੀਰ ਸਡੌਰੇ ਆ ਕੇ ਵੱਸ ਗਏ ਸਭ। ਸ਼ਾਹ ਖੁਮੇਸ਼ ਕਾਦਰੀ ਦਾ ਅੱਜ ਤੱਕ ਉੱਥੇ ਮੌਕੇ ਦੇ ਉੱਪਰ ਮਕਬਰਾ ਸਡੌਰੇ ਖੜਿਆ ਹੋਇਆ, ਅਤੇ ਪੀਰ ਦਸਤਗੀਰ ਦਾ ਇੱਕ ਵੰਸ਼ਜ ਬੈਠਿਆ ਕਸ਼ਮੀਰ 'ਚ, ਨੈੱਟ 'ਤੇ ਸਰਚ ਕਰ ਲਓ ਜੀ, ਅਤੇ ਇੱਕ ਜਾ ਕੇ ਬੈਠਿਆ ਹੈਦਰਾਬਾਦ, ਜਿਹਨੇ ਗੁਰੂ ਨਾਨਕ ਪਾਤਸ਼ਾਹ ਦੇ ਮਿਸ਼ਨ 'ਤੇ ਜਿਹੜੇ 100 ਖਲੀਫੇ ਚੱਲ ਕੇ ਆਏ ਉਹ ਸਾਰਿਆਂ ਨੂੰ ਦਸਤਗੀਰ ਕਵਾਇਆ। ਸਾਈ ਮੀਆਂ ਮੀਰ ਵੀ ਉਸੀ ਪਰਿਵਾਰ 'ਚੋਂ ਹੈ, ਅਤੇ ਪੀਰ ਭੀਖਣ ਸ਼ਾਹ ਵੀ ਉਸੀ ਪਰਿਵਾਰ 'ਚੋਂ ਹੈ। ਅਤੇ ਜਦੋਂ ਜਰਨੈਲ ਬੰਦਾ ਸਿੰਘ ਬਹਾਦਰ ਪਹੁੰਚਦੇ ਨੇ, ਅਤੇ ਇਹੀ ਦਸਤਗੀਰ ਦਾ ਪਰਿਵਾਰ ਜਰਨੈਲ ਬੰਦਾ ਸਿੰਘ ਬਹਾਦਰ ਨੂੰ 5,000 ਜਿਹੜੇ ਮੁਸਲਮਾਨ ਫੌਜੀ ਦਿੰਦੇ ਨੇ, ਇਹ ਉਹੀ ਸੂਫੀ ਨੇ ਸਾਹਿਬ।
ਸਮਾਣੇ ਦੇ ਕਿਲੇ 'ਤੇ ਜਦੋਂ ਹਮਲਾ ਕਰਦੇ ਨੇ ਜਰਨੈਲ ਬੰਦਾ ਸਿੰਘ ਬਹਾਦਰ ਸਾਹਿਬ, ਸਮਝਣ ਵਾਲੀ ਗੱਲ ਹੈ। ਬਾਬਰ 10,000 ਦੀ ਫੌਜ ਲੈ ਕੇ ਆਇਆ 1527 'ਚ। ਕਿਸੇ ਵੀ ਇਸ ਇਲਾਕੇ ਦੇ ਵਿੱਚ ਹਿੰਮਤ ਨਹੀਂ ਸੀ ਹਿੰਦੁਸਤਾਨ ਦੇ ਵਿੱਚ ਵੀ ਉਹਨੂੰ ਰੋਕ ਲੈਣ। ਉਹਨੇ 10,000 ਦੀ ਫੌਜ ਨਾਲ 7 ਕਰੋੜ ਹਿੰਦੁਸਤਾਨੀ ਨੱਪੇ, 7 ਕਰੋੜ 10,000 ਦੀ ਫੌਜ ਨਾਲ। ਅਤੇ ਲਗਭਗ 200 ਸਾਲ ਬਾਅਦ ਜਰਨੈਲ ਬੰਦਾ ਸਿੰਘ ਬਹਾਦਰ ਸਮਾਣੇ 'ਤੇ ਅਟੈਕ ਕਰਦਾ। ਸੈਯਦ ਮੁਸਲਮਾਨ ਬੈਠੇ ਨੇ, 22 ਉਮਲਾ ਸਾਹਿਬ, ਕਈ ਕਿਲੇ ਨੇ, 10,000 ਹੀ ਸੈਯਦ ਬੈਠੇ ਨੇ। 6 ਘੰਟੇ 'ਚ ਜਰਨੈਲ ਬੰਦਾ ਸਿੰਘ ਬਹਾਦਰ ਉੱਥੇ ਉਹਨਾਂ ਸੈਯਦ ਮੁਸਲਮਾਨਾਂ ਦਾ ਕਤਲ ਕਰ ਦਿੰਦਾ। ਸਾਹਿਬ, ਬਿਨਾਂ ਤਿਆਰੀ ਤੋਂ ਕੁਛ ਨਹੀਂ ਹੋਇਆ। ਉਹ ਤੋਂ ਪਹਿਲੇ ਕਿਲਾ ਪੈਂਦਾ ਹੈ ਗੜੀ ਨਜ਼ੀਰ, ਜੋ ਕਿ ਪੀਰ ਭੀਖਣ ਸ਼ਾਹ ਨਾਲ ਕਨੈਕਟਡ ਹੈ। ਮੈਂ ਪੀਰ ਭੀਖਣ ਸ਼ਾਹ ਦੀ ਗੱਲ ਦੱਸਦਾ, ਕੁਛ ਕਹਾਣੀਆਂ ਬਣਾ ਰੱਖੀਆਂ ਨੇ ਸਿੱਖ ਇਤਿਹਾਸਕਾਰਾਂ ਨੇ ਕਿ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਆਗਮਨ ਹੋਇਆ ਅਤੇ ਉਹ ਤੋਂ ਬਾਅਦ ਪ੍ਰਕਾਸ਼ ਤੋਂ ਪੀਰ ਭੀਖਣ ਸ਼ਾਹ 2 ਕੁੱਜੇ ਲੈ ਕੇ ਪਟਨਾ ਸਾਹਿਬ ਚਲੇ ਗਏ, ਵੀ ਹਿੰਦੂ ਵੱਡਾ ਕਿ ਮੁਸਲਮਾਨ, ਇਸ ਤਰੀਕੇ ਦੀ ਸਟੋਰੀਆਂ ਬਣਾਈਆਂ। ਲੇਕਿਨ ਪੀਰ ਭੀਖਣ ਸ਼ਾਹ ਦੀ ਜਿਹੜੀ ਬੇਟੀ ਹੈ ਉਹ ਪਟਨੇ ਵਾਲੇ ਪਾਸੇ ਵਿਆਹੀ ਹੋਈ ਸੀਗੀ, ਅਤੇ ਜਿਹੜਾ ਸ਼ਾਹ ਹੁਮੇਸ਼ ਕਾਦਰੀ ਹੈ ਉਹਨੇ ਬੰਗਾਲ ਅਤੇ ਬਿਹਾਰ ਦੇ ਵਿੱਚ ਬੜਾ ਵੱਡਾ ਸੈਂਟਰ ਸੀ, ਵਾਰ ਵਾਰ ਜਾਂਦੇ ਹੋਏ ਇਹਨਾਂ ਦੇ ਲਿੰਕ ਇਸਟੈਬਲਿਸ਼ ਸੀਗੇ। ਇਹ ਸਾਰੇ ਚੀਜ਼ਾਂ ਆਪਸ 'ਚ ਇੰਟਰਕਨੈਕਟਡ ਹੈ। ਅਤੇ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਹੋਇਆ ਉਹ ਕਿਲਾ ਵੀ ਸਾਲਸ ਰਾਏ ਜੌਹਰੀ ਦਾ ਸੀਗਾ ਜੀ, ਜੋ ਗੁਰੂ ਨਾਨਕ ਪਾਤਸ਼ਾਹ ਦਾ ਉਸ ਟਾਈਮ ਦਾ ਰਾਜਾ ਸੀ ਜੋ ਸਿੱਖ ਬਣ ਗਿਆ। ਉੱਥੇ ਹੀ ਗੁਰੂ ਤੇਗ ਬਹਾਦਰ ਸਾਹਿਬ ਨੇ ਪਰਿਵਾਰ ਨੂੰ ਛੱਡ ਕੇ ਗਏ ਸੀਗੇ। ਇਹ ਮੁਹੰਮਦ ਸਾਹਿਬ ਦੀ ਬਲੱਡ ਲਾਈਨ ਜਿਹੜੀ ਕਾਬੇ ਤੋਂ ਅਜੇ ਇੱਕ ਗੱਡੀ ਖੜੀ ਹੈ, ਉਹਦਾ ਨੰਬਰ ਹੈ 8715। ਕਾਇੰਡਲੀ ਉਹਨੂੰ ਥੋੜ੍ਹਾ ਸਾਈਡ 'ਤੇ ਕਰ ਲਓ, JK02AV, ਕਾਇੰਡਲੀ ਪਲੀਜ਼ ਸਾਈਡ 'ਤੇ ਕਰ ਲਓ ਤਾਂ ਗੱਡੀਆਂ ਨਿਕਲ ਜਾਣ। ਸੋਰੀ। ਅੱਛਾ ਜੀ, ਕਿ ਬੇਸਿਕਲੀ ਇਹ ਸਾਰੇ ਪੀਰ ਜੋ ਕਿ ਮੁਹੰਮਦ ਸਾਹਿਬ ਦੀ ਬਲੱਡ ਲਾਈਨ ਸੀਗੇ, ਇਹ ਗੁਰੂ ਨਾਨਕ ਪਾਤਸ਼ਾਹ ਚੱਲ ਕੇ ਇੱਥੇ ਆ ਗਏ। ਅਤੇ ਇੱਥੇ ਜੋ ਵਸਾਉਣ ਦਾ ਉਹਨਾਂ ਦੀ ਡਿਊਟੀ ਲੱਗੀ, ਰਿਕਾਰਡ ਦੀ ਗੱਲ ਦੱਸ ਰਿਹਾ ਭਗਤ ਸਤਨਾਮ ਜੀ ਦੀ ਜੀ। ਪਾਉਂਟਾ ਸਾਹਿਬ 27 ਕਿਲੇ ਖਾਲਸਾ ਰਾਜ ਦੇ ਸਤਾਰੇ ਗਏ, ਜੋ ਅੱਜ ਮੌਜੂਦ ਨਹੀਂ ਹੈ, ਉਹ ਭਗਤ ਸੈਨ ਜੀ ਨੇ ਸਾਰੇ ਰਿਕਾਰਡ ਮਿਲ ਗਿਆ। ਜਿਹੜੇ 35 ਮਹਾਂਪੁਰਸ਼ ਗੁਰੂ ਗ੍ਰੰਥ ਸਾਹਿਬ 'ਚ ਵਿਰਾਜਮਾਨ ਨੇ ਉਹ ਗੁਰੂ ਨਾਨਕ ਪਾਤਸ਼ਾਹ ਨਾਲ ਕੰਮ ਕਰ ਰਹੇ ਨੇ। ਮੈਂ ਹੋਰ ਵੀ ਅੱਗੇ ਗੱਲ ਦੱਸਦਾ ਜੀ। ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਪਹੁੰਚੇ ਸਡੌਰਾ ਪੀਰ ਬੁੱਧੂ ਸ਼ਾਹ ਨੂੰ ਮਿਲਣ ਵਾਸਤੇ, ਅਚੰਬੇ ਦੀ ਗੱਲ ਇਹ ਹੈ ਕਿ ਅੱਜ ਤੱਕ ਇਤਿਹਾਸਕਾਰ ਇਹ ਨਹੀਂ ਦੱਸ ਸਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਡੌਰਾ ਕਦੀ ਗਏ ਕਿ ਨਹੀਂ ਗਏ, ਕਿਉਂਕਿ ਪਾਉਂਟਾ ਸਾਹਿਬ ਉੱਤੋਂ ਵਾਪਸ ਅਨੰਦਪੁਰ ਸਾਹਿਬ ਜਾਣ ਦਾ ਰਸਤਾ ਹੀ ਸਡੌਰੇ ਤੋਂ ਜਾਂਦਾ ਸੀਗਾ। ਅਤੇ ਪੀਰ ਬੁੱਧੂ ਸ਼ਾਹ, ਭਾਈ ਕਾਹਨ ਸਿੰਘ ਨਾਭਾ ਲਿਖਦਾ, ਪੀਰ ਬੁੱਧੂ ਸ਼ਾਹ ਮੁਹੰਮਦ ਖਲੀਫਾ 4, ਜੋ ਕਿ ਰੋਮ ਇਟਲੀ ਦਾ ਰਾਜਾ ਹੈ ਓਟੋਮਨ ਦਾ, ਜੋ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਮਕਾਲੀ ਹੈ, ਪੀਰ ਬੁੱਧੂ ਸ਼ਾਹ ਉਹਨਾਂ ਦੇ ਚਰਨਾਂ 'ਚ ਮੁਹੰਮਦ ਖਲੀਫਾ 4 ਦੀ ਭੇਜੀ ਹੋਈ ਕਿਰਪਾਨ ਰੱਖਦੇ ਨੇ। ਅਤੇ ਕਿਰਪਾਨ ਰੱਖਣ ਦਾ ਮਤਲਬ ਇਹ ਹੈ ਕਿ ਮੇਰੀ ਜਿਹੜੀ ਸ਼ਕਤੀ ਹੈ, ਮੇਰਾ ਜੋ ਰਾਜਪਾਠ ਹੈ, ਉਹ 10ਵੇਂ ਨਾਨਕ ਨੂੰ ਸਮਰਪਿਤ ਹੈ। ਲਓ ਜੀ, ਆਹ ਬੰਦਾ ਸਿੰਘ ਬਹਾਦਰ ਦਾ ਗੁਰਦੁਆਰਾ ਸਾਹਿਬ ਹੈਗੇ ਆ ਜੀ। ਜਰਨੈਲ ਬੰਦਾ ਸਿੰਘ ਬਹਾਦਰ ਦੇ ਗੁਰਦੁਆਰੇ ਨਾਲ ਖਾਲਸਾ ਰਾਜ ਦਾ ਵੀ ਕਿਲਾ ਖੜਿਆ ਹੋਇਆ। ਇੱਕ ਹੀ ਬੁਰਜ ਰਹਿ ਗਏ, ਬਾਕੀ ਤੋੜ ਦਿੱਤਾ, ਮੈਂ ਰਸ਼ ਕਰਦਾ। ਲਓ ਜੀ, ਇੱਕ ਤੁਹਾਨੂੰ ਹਿਸਟਰੀ ਦੀ ਗੱਲ ਦੱਸਦਾ ਛੋਟੀ ਜੀ। ਆਹ ਸਲਾਈਡ ਨੂੰ ਬੜੇ ਧਿਆਨ ਨਾਲ ਦੇਖਿਓ। ਇਹ ਸਲਾਈਡ ਹੈਗੀ ਤਰਾਵੜੀ ਕਰਨਾਲ, ਖਾਲਸਾ ਰਾਜ ਦੇ 52 ਕਿਲਿਆਂ 'ਚੋਂ ਦਾ ਪੋਰਸ਼ਨ ਹੈ। ਅਤੇ ਮੈਂ ਜਦੋਂ ਜੁਆਇੰਟ ਕਮਿਸ਼ਨਰ ਕਰਨਾਲ ਸੀਗਾ ਅਤੇ ਮੇਰੀ ਡਿਊਟੀ ਲੱਗੀ ਹੈ, ਤਰਾਵੜੀ ਇੱਕ ਛੋਟਾ ਜਿਹਾ ਕਸਬਾ,
ਅਤੇ ਮੈਂ ਵੈਸੇ ਘੁੰਮਣ ਲੱਗ ਗਿਆ, ਡਿਊਟੀ ਕਰ ਹੀ ਰਿਹਾ ਸੀਗਾ। ਮੈਂ ਪੁੱਛ ਲਿਆ ਲੋਕਾਂ ਨੂੰ ਕਿਲ੍ਹਾ ਕਿਹੜਾ, ਕਹਿੰਦੇ ਪ੍ਰਿਥਵੀ ਰਾਜ ਚੌਹਾਨ ਦਾ, ਕਿਉਂਕਿ ਜਿਹਦੇ ਮੂੰਹ 'ਚੋਂ ਜੋ ਆਉਂਦਾ ਬੋਲੀ ਜਾਂਦਾ ਔਰ ਲੋਕ ਮੰਨਦੇ ਵੀ ਨੇ। ਅਤੇ ਮੈਂ ਜਦੋਂ ਗਿਆ ਤਾਂ ਮੈਂ ਇੱਟਾਂ ਲੱਗੀਆਂ ਨਾਨਕਸ਼ਾਹੀ, ਇੱਟਾਂ ਲੱਗੀਆਂ ਨਾਨਕਸ਼ਾਹੀ। ਅਤੇ ਜਿਹੜਾ ਇਹਦਾ ਆਰਕਿਓਲੋਜੀਕਲ ਸਟਰਕਚਰ ਹੈ ਅਤੇ ਆਰਕੀਟੈਕਚਰ ਹੈ, ਉਹ ਸ਼ਾਹਜਹਾਂ ਪੀਰੀਅਡ ਦਾ। ਜਦੋਂ ਰਿਕਾਰਡ ਚੈੱਕ ਕੀਤਾ ਤਾਂ ਕਿਲ੍ਹਾ ਨਿਕਲਿਆ ਸ਼ਾਹ ਅਬਦੁਲ ਵਾਹਿਬ ਦਾ, ਜੋ ਕਿ ਪੀਰ ਬੁੱਧੂ ਸ਼ਾਹ ਦਾ ਵੱਡਾ ਵਡੇਰਾ, ਉਹਦੇ ਪਟਵਾਰੀ ਦੇ ਰਿਕਾਰਡ 'ਚੋਂ ਮਾਲਕ ਹੈ। ਠੀਕ ਹੈ, ਇਸ ਕਿਲ੍ਹੇ ਨਾਲ ਇਹ ਗੁਰਦੁਆਰਾ ਸਾਹਿਬ ਦੇਖ ਰਹੇ ਹੋ ਭਾਈ, ਇਸ ਗੁਰਦੁਆਰਾ ਨਾਮ ਹੈ ਸ਼ੀਸ਼ ਗੰਜ। ਭਾਈ ਜੈਤਾ ਜੀ ਨੇ 5 ਰਾਤਾਂ 'ਚੋਂ 1 ਰਾਤ ਇੱਥੇ ਕੱਟੀ ਹੈ ਸਾਹਿਬ। ਕਿਲ੍ਹੇ ਦੇ ਨਾਲ ਦੀਵਾਰ ਟੱਚ ਹੁੰਦੀ ਹੈ, ਅਸੀਂ ਸਾਹਮਣੇ ਪਈ ਹੋਈ ਚੀਜ਼ ਨਹੀਂ ਨਜ਼ਰ ਆ ਰਹੀ, ਪਰ ਥੋੜ੍ਹਾ ਜਿਹਾ ਹਲਕਾ ਜਿਹਾ ਤਾਂ ਚੈੱਕ ਕਰਨਾ ਹੀ ਪਏਗਾ। ਕਿਉਂ ਅਸੀਂ ਮਤਲਬ ਅਜਿਹੇ ਕਿਲ੍ਹਾ ਕਿਸੇ ਹੋਰ ਦਾ ਹੁੰਦਾ ਤਾਂ ਭਾਈ ਜੈਤਾ ਜੀ 1 ਰਾਤ ਇੱਥੇ ਕੱਟਦੇ ਸੀਗੇ। ਮਤਲਬ ਜਸਟ ਇੱਕ ਤੁਹਾਨੂੰ ਦਿਖਾਉਣ ਵਾਸਤੇ ਕਿ ਕਿੱਦਾਂ ਹਿਸਟਰੀ ਨੂੰ ਮਲੀਆਮੇਟ ਕਰ ਦਿੱਤਾ ਗਿਆ। ਲੋਹਗੜ੍ਹ ਹਿੰਦੁਸਤਾਨ ਦੀ ਧਰਤੀ 'ਤੇ ਘੱਟ ਸੋ ਘੱਟ 60 ਲੋਹਗੜ੍ਹ ਨੇ, 60। ਦਰਬਾਰ ਸਾਹਿਬ ਦੀ ਰਾਖੀ ਵਾਸਤੇ, ਅੰਮ੍ਰਿਤਸਰ ਦੀ ਰਾਖੀ ਵਾਸਤੇ ਕਿਲ੍ਹਾ ਤਿਆਰ ਕਰਾਇਆ, ਉਹਦਾ ਨਾਮ ਸੀ ਲੋਹਗੜ੍ਹ। ਆਨੰਦਪੁਰ ਸਾਹਿਬ ਕਿਲ੍ਹਾ ਤਿਆਰ ਹੋਇਆ, ਉਹਦਾ ਨਾਮ ਸੀ ਲੋਹਗੜ੍ਹ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿੱਥੇ ਔਰੰਗਜ਼ੇਬ ਨੂੰ ਚਿੱਠੀ ਲਿਖੀ, ਦੀਨਾ ਕਾਂਗੜ ਲੋਹਗੜ੍ਹ, ਖਾਲਸਾ ਰਾਜਧਾਨੀ ਬਣ ਗਈ ਲੋਹਗੜ੍ਹ। ਸਭ ਸੋਚਣਾ ਤਾਂ ਪਏਗਾ ਵੀ ਆਹ 70 ਕਿਲ੍ਹਿਆਂ ਦਾ ਕੀ ਜਾਲ ਹੈ, ਕਿੱਥੋਂ ਆ ਰਹੇ ਨੇ। ਦਰਬਾਰ ਸਾਹਿਬ ਜੋ ਕਿ ਸਿੱਖੀ ਦਾ ਕੇਂਦਰ ਬਿੰਦੂ ਹੈ, ਉਹਦੀ ਰਾਖੀ ਵਾਸਤੇ ਵੀ ਲੋਹਗੜ੍ਹ, ਅਤੇ ਬਾਕੀ ਦੇ ਜਿਹੜੇ ਗੁਰੂ ਸਾਹਿਬ 1624 ਜਿਸ ਜਗ੍ਹਾ ਆਪਣਾ ਟਾਈਮ ਗੁਜ਼ਾਰ ਰਹੇ ਨੇ, 6ਵੇਂ ਪਾਤਸ਼ਾਹ ਲੈ ਕੇ 10ਵੀਂ ਪਾਤਸ਼ਾਹੀ ਤੱਕ ਅਨੰਦਪੁਰ ਸਾਹਿਬ, ਉੱਥੇ ਵੀ ਕਿਲ੍ਹਿਆ ਨਾਮ ਲੋਹਗੜ੍ਹ, ਔਰ ਜਿੱਥੇ ਜਰਨੈਲ ਬੰਦਾ ਸਿੰਘ ਬਹਾਦਰ ਵੀ ਜਗ੍ਹਾ ਹੈ ਲੋਹਗੜ੍ਹ। ਅਤੇ ਇਹ ਸਾਰੇ ਲੋਹਗੜ੍ਹ ਆਪਸ 'ਚ ਇੰਟਰਕਨੈਕਟਡ ਹੈ, ਲੇਕਿਨ ਰਿਸਰਚ ਨਹੀਂ ਹੋਈ। ਮਹਾਰਾਸ਼ਟਰ 'ਚ ਇਕੱਲੇ 15 ਲੋਹਗੜ੍ਹ ਨੇ, ਨੰਦੇੜ ਤੋਂ ਅਗਲੇ ਕਿਲ੍ਹੇ ਦਾ ਨਾਮ ਵੀ ਲੋਹਗੜ੍ਹ, ਬੰਬੇ ਦੇ ਕੋਲ ਅਗਲੇ ਕਿਲ੍ਹੇ ਦਾ ਨਾਮ ਵੀ ਲੋਹਗੜ੍ਹ, ਪਰਤਪੁਰ ਵੀ ਕਿਲ੍ਹੇ ਨਾਮ ਲੋਹਗੜ੍ਹ, ਵੈਸਟ ਬੰਗਾਲ ਦੇ ਵਿੱਚ ਵੀ ਕਿਲ੍ਹੇ ਨਾਮ ਲੋਹਗੜ੍ਹ ਦੇ ਐਵੀਡੈਂਸ ਭਗਤ ਜੈਦੇਵ ਜੀ ਨਾਲ ਜੁੜ ਰਹੇ ਨੇ। ਹੁਣ ਜਰਨੈਲ ਬੰਦਾ ਸਿੰਘ ਬਹਾਦਰ ਨੂੰ ਕਹਿ ਦਿੱਤਾ ਗਿਆ ਜੀ, ਅਚਾਨਕ ਚੱਲਿਆ, 5 ਤੀਰ ਦਿੱਤੇ ਗੁਰੂ ਸਾਹਿਬ ਨੇ ਔਰ ਮੁਗਲਾਂ ਨਾਲ ਲੜ ਪਏ ਜੀ। ਹੁਣ ਮੁਗਲ ਕੋਈ ਗਲੀਆਂ 'ਚ ਲੜਦੇ ਹੋਏ ਗੁੰਡੇ ਤਾਂ ਨਹੀਂ ਸੀ ਜੀ, ਜਿਹਨਾਂ ਕੋਲ 25% ਵਰਲਡ ਦੀ ਇਕੋਨਮੀ ਸੀ, ਆ US ਕੋਲ ਵੀ ਇੰਨੀ ਇਕੋਨਮੀ ਨਹੀਂ ਹੈ, ਅਤੇ 1/3 ਉਹਨਾਂ ਕੋਲ ਆਰਮੀ ਖੜ੍ਹੀ ਸੀਗੀ ਜੀ। ਜਰਨੈਲ ਬੰਦਾ ਸਿੰਘ ਬਹਾਦਰ ਨੇ 6 ਸਾਲਾਂ ਦੀ ਲੜਾਈ ਦੇ ਵਿੱਚ ਮੁਗਲ ਰਾਜ ਦੀਆਂ ਜੜ੍ਹਾਂ ਪੁੱਟਤੀਆਂ ਜੀ, ਬਿਨਾਂ ਤਿਆਰੀ ਤੋਂ। ਮੁਗਲ ਰਾਜ ਜਿਹੜਾ ਦੁਨੀਆ ਦਾ 3 ਗਨਪਾਊਡਰ ਐਮਪਾਇਰ ਸੀ, ਓਟੋਮਨ, ਸਫਾਵਿਦ ਔਰ ਮੁਗਲਸ, ਜੋ ਦੁਨੀਆ ਦਾ ਸਭ ਤੋਂ ਪਾਵਰਫੁੱਲ ਐਮਪਾਇਰ ਸੀਗਾ, ਜਿਹਦਾ ਸੂਰਜ ਨੂੰ ਡੁੱਬਣ ਨੂੰ ਤਿਆਰ ਸੀਗਾ, 6 ਸਾਲਾਂ ਜੜ੍ਹਾਂ ਪੁੱਟੀਆਂ ਗਈਆਂ। ਇਹ ਇਤਿਹਾਸਿਕ ਸਰੋਤ ਕਹਿੰਦੇ ਨੇ, ਪਰ ਕਿੱਡੀ ਵੱਡੀ ਤਿਆਰੀ ਸੀਗੀ, ਕਿਹਨੇ ਕਰਾਈ ਉਹ ਤਿਆਰੀ? ਸਭ ਤੋਂ ਪਹਿਲੇ ਜਰਨੈਲ ਬੰਦਾ ਸਿੰਘ ਬਹਾਦਰ ਬਾਰੇ ਦੱਸਦਾ ਜੀ, ਹਲੀਮੀ ਰਾਜ ਦੀ ਸਥਾਪਨਾ ਇਹਨਾਂ ਨੇ ਕੀਤੀ, ਖੇਤੀ ਕਿਸਾਨੀ ਕਰਨ ਵਾਲੇ ਲੋਕਾਂ ਨੂੰ ਮਾਲਕਾਨਾ ਹੱਕ ਦਿੱਤੇ, ਬੀਬੀਆਂ ਨੂੰ ਬੰਦਿਆਂ ਦੇ ਬਰਾਬਰ ਦਾ ਅਧਿਕਾਰ ਦਿੱਤਾ, ਜਾਤੀ ਪਾਤੀ ਪ੍ਰਥਾ ਖਤਮ ਕੀਤੀ। ਆਪਣੇ ਜਰਨੈਲ ਜਿਹਨੂੰ ਛੋਟੀ ਜਾਤੀ ਦੇ ਕਹਿੰਦੇ ਸੀਗੇ ਲੋਕ, ਆਪਣੀ ਫੌਜ ਦੇ ਵਿੱਚ ਜਰਨੈਲ ਥਾਪੇ, ਉਹਨਾਂ ਲੜਾਈਆਂ ਲੜੀਆਂ। ਅਤੇ ਚੌਥੀ ਗੱਲ ਇਹਨਾਂ ਨੇ ਕਹੀ ਕਿ ਰਾਜ ਸੱਤਾ ਦੇ ਵਿੱਚ ਸਭ ਦਾ ਬਰਾਬਰ ਦਾ ਅਧਿਕਾਰ ਹੈ। ਜੰਗੇ ਸਤੂਨ ਤਿਆਰ ਹੋਈ ਜੀ, ਜੰਗੇ ਸਤੂਨ
ਵੀ ਇੱਥੋਂ ਖਾਲਸਾ ਰਾਜ ਹੈ। ਫਾਰਸੀ ਦੇ ਸਰੋਤ ਕਹਿ ਰਹੇ ਨੇ ਵੀ ਮੀਨਾਰ ਤਿਆਰ ਹੋਈ, ਯੂਨੀਵਰਸਿਟੀ ਦੀਆਂ ਕਿਤਾਬਾਂ ਨੇ ਛਾਪੇ, ਕਿੱਥੇ ਨੇ ਉਹ ਲੱਭ ਲੀਜੀ ਜਾ ਕੇ। ਇਹਨਾਂ 6 ਜ਼ਿਲ੍ਹਿਆਂ ਦੇ ਵਿੱਚ ਹੀ ਕੁਰਸ਼ੇਤਰ ਸ਼ਹਿਰ 'ਚ ਖੜ੍ਹੀ ਹੈ ਚੰਗੇ ਸਤੂਨ। ਇੱਕ ਫਾਰਸੀ ਦਾ ਸਰੋਤ ਮਿਲਿਆ ਜੀ, ਹੁਣ ਜੰਮੂ ਨਾਲ ਕਿੱਦਾਂ ਕਨੈਕਸ਼ਨਸ ਹੈ। ਅਖਬਾਰੇ ਦਰਬਾਰੇ ਮੌਲਾ ਇਹ ਗੱਲ ਕਹਿੰਦਾ ਕਿ ਜਰਨੈਲ ਬੰਦਾ ਸਿੰਘ ਬਹਾਦਰ ਦਾ ਅਟੈਕ ਜੰਮੂ ਤੋਂ ਲੈ ਕੇ ਬਰੇਲੀ ਤੱਕ ਹੈ, ਜੰਮੂ ਤੋਂ ਲੈ ਕੇ ਬਰੇਲੀ ਤੱਕ। ਬਾਰ ਬਾਰ ਕਹਿ ਰਹੇ ਨੇ ਜੰਮੂ ਤੋਂ ਲੈ ਕੇ ਬਰੇਲੀ ਤੱਕ ਦਾ ਜੋ ਏਰੀਆ ਹੈ ਟੋਟਲ 600 ਕਿਲੋਮੀਟਰ ਹੈ, ਜਿਹਨਾਂ ਪਹਾੜਾਂ ਦੇ ਰਸਤੇ ਹੀ ਪਹੁੰਚਣਾ ਹੈ। ਔਰ ਜਰਨੈਲ ਬੰਦਾ ਸਿੰਘ ਬਹਾਦਰ ਜੰਮੂ ਵੀ ਪ੍ਰੈਜੈਂਟ ਹੈ ਅਤੇ ਬਰੇਲੀ ਵੀ ਪ੍ਰੈਜੈਂਟ ਹੈ, ਅਤੇ ਤਕਰੀਬਨ 300 ਕਿਲੋਮੀਟਰ ਦੀ ਚੌੜਾਈ ਹੈ ਇਸ ਅਟੈਕ ਦੀ, 300 ਕਿਲੋਮੀਟਰ ਦੀ ਅਟੈਕ ਦੀ ਚੌੜਾਈ। ਇਹ ਫਾਰਸੀ ਦੇ ਸਰੋਤ ਕਹਿ ਰਹੇ ਨੇ। ਸਾਫ ਸਮਝਣਾ ਪਏਗਾ ਨਾ ਕਿ ਤਿਆਰੀ ਕਿੱਦਾਂ ਹੋਈ। ਇਹ ਖਾਲਸਾ ਰਾਜ ਦੇ ਕਿਲੇ 400 ਤੋਂ ਵੱਧ ਕਿਲੇ ਜੰਮੂ ਤੋਂ ਲੈ ਕੇ ਬਰੇਲੀ ਤੱਕ ਅੱਜ ਤੱਕ ਖੜ੍ਹੇ ਨੇ, ਅੱਜ ਤੱਕ ਖੜ੍ਹੇ ਨੇ ਜੰਗਲਾਂ 'ਚ, ਜੋ ਖਾਲਸਾ ਰਾਜ ਦੀ ਗਵਾਹੀ ਦੇ ਰਹੇ ਨੇ ਅੱਜ ਤੱਕ, ਜਿਨ੍ਹਾਂ ਦੀ ਭਾਲ ਨਹੀਂ ਕੀਤੀ ਗਈ। ਔਰ ਸਭ ਦਾ ਆਰਕਿਓਲੋਜੀਕਲ ਡਿਜ਼ਾਈਨ ਸੇਮ, ਆਰਕੀਟੈਕਚਰਲ ਡਿਜ਼ਾਈਨ ਸੇਮ, ਔਰ ਸਾਰਿਆਂ ਦੇ ਗੁਰੂ ਨਾਨਕ ਸਾਹਿਬ ਦੀ ਵਿਜ਼ਿਟ ਹੈ। ਹੁਣ ਆਪਾਂ ਚੰਡੀਗੜ੍ਹ, ਮੈਂ ਚੰਡੀਗੜ੍ਹ ਹੀ ਰਹਿੰਦਾ, ਬਚਪਨ ਤੋਂ ਚੰਡੀਗੜ੍ਹ ਰਿਹਾ, ਲੇਕਿਨ ਸਾਨੂੰ ਪਤਾ ਹੀ ਨਹੀਂ ਚੰਡੀਗੜ੍ਹ 'ਚ ਵੀ ਖਾਲਸਾ ਰਾਜ ਦਾ ਬੜੈਲ 'ਚ ਕਿਲ੍ਹਾ ਹੈ, ਮੋਰਨੀ 'ਚ ਕਿਲ੍ਹਾ, ਗੁਰਦੁਆਰਾ ਭਾਈ ਮੱਖਣ ਨਾਡੂ ਸ਼ਾਹ ਲਬਾਣੇ ਦਾ। ਓਕੇ ਜਲਦੀ ਕਰਿਓ, ਜਲਦੀ ਕਰ ਦਿੰਦਾ, ਚਲੋ ਸੋਰੀ ਮੈਂ ਟਾਈਮ ਜ਼ਿਆਦਾ ਲੈ ਗਿਆ। ਆਹ ਮਨੀ ਮਾਜਰਾ ਕਿਲ੍ਹਾ ਹੈ ਭਾਈ ਮਨੀ ਸਿੰਘ ਜੀ ਦਾ, ਜਿਹਦਾ ਇੱਕ ਇੱਕ ਕਿਲ੍ਹੇ ਨੂੰ ਡਿਫਾਈਨ ਕਰਨਾ ਨਾ ਹਿਸਟਰੀ, ਇਹ ਬੜਾ ਟਾਈਮ ਦੀ ਗੱਲ ਹੈ। ਆਹ ਮਨੀ ਮਾਜਰੇ ਦਾ ਕਿਲ੍ਹਾ 'ਚੋਂ ਸੁਰੰਗ ਨਿਕਲ ਕੇ ਜਾਂਦੀ ਹੈ, ਮਿਲ ਗਈ ਉਹ ਸੁਰੰਗ, ਔਰ ਜਾ ਕੇ ਗੁਰੂ ਨਾਨਕ ਪਾਤਸ਼ਾਹ ਦੇ ਗੁਰਦੁਆਰੇ ਨਿਕਲਦੀ ਹੈ, ਨੇੜੇ 2 ਕਿਲੋਮੀਟਰ ਦੂਰ ਪੌੜੀ ਸਾਹਿਬ 'ਚ। ਇਹ ਭਾਈ ਮਨੀ ਸਿੰਘ ਜੀ ਦਾ ਵਸਾਇਆ ਹੋਇਆ ਪਿੰਡ, ਅਤੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਪੌਂਟਾ ਸਾਹਿਬ ਤੋਂ ਵਾਪਸ ਆਏ ਅਤੇ ਰਾਮ ਰਾਏ ਨਾਲ ਮੁਲਾਕਾਤ ਕੀਤੀ, ਰਾਮ ਰਾਏ ਨੂੰ ਔਰੰਗਜ਼ੇਬ ਦੇ ਅਹਿਲਕਾਰਾਂ ਨੇ ਮਾਰਤਾ, ਅਤੇ ਉਹਨਾਂ ਦੀ ਜਿਹੜੀ ਵਾਈਫ ਸੀਗੀ ਰਾਜ ਕੌਰ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਇਸੀ ਕਿਲ੍ਹੇ 'ਚ ਲਿਆ ਕੇ ਉਹਨੂੰ ਵਸਾਉਂਦੇ ਨੇ। ਅਬਦੁਲ ਖਵਾਜਾ ਜੋ ਕਿ ਡੈੱਡ ਬੋਡੀ, ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਹੋ ਜਾਂਦੀ ਹੈ ਅਤੇ ਡੈੱਡ ਬੋਡੀ ਨੂੰ ਰਿਪਲੇਸ ਕੀਤਾ ਜਾਂਦਾ, ਉਹ ਅਬਦੁਲ ਖਵਾਜਾ ਜੋ ਕਿ ਕੋਤਵਾਲ ਹੈਗਾ ਚਾਂਦਨੀ ਚੌਂਕ ਦਾ, ਉਹ ਕਰਵਾ ਕੇ ਦਿੰਦਾ, ਆਪਣੀ ਨੌਕਰੀ ਤੋਂ ਰਿਜ਼ਾਈਨ ਕਰਦਾ, ਉਹ ਵੀ ਇਸ ਕਿਲ੍ਹੇ 'ਚ ਆ ਕੇ ਵਸਦਾ, ਇਹ ਰਿਕਾਰਡ ਕਹਿ ਰਿਹਾ। 2 ਮੰਜੀ ਸਾਹਿਬ ਮਨੀ ਮਾਜਰੇ 'ਚ, ਸਾਹਿਬ ਇਹ ਕਿਲ੍ਹੇ ਵੈਸੇ ਨਹੀਂ ਉਸਾਰੇ ਗਏ। ਇਸ ਤਰੀਕੇ ਦੇ ਬਹੁਤ ਸਾਰੇ ਕਿਲ੍ਹੇ ਨੇ। ਇਹ ਬੰਦਾ ਸਿੰਘ ਬਹਾਦਰ ਦੀਆਂ ਫੌਜਾਂ ਨਿਕਲਦੀਆਂ ਸੀਗੀਆਂ ਇਹ ਸਾਰੇ ਕਿਲ੍ਹੇ 'ਚੋਂ, ਸਿਕਿਉਰਿਟੀ ਕਲੀਅਰ, ਇਹਦਾ ਸਭ ਦਾ ਡਿਜ਼ਾਈਨ ਸੇਮ ਹੈ। ਲੈਫਟੀਨੈਂਟ ਕਰਨਲ ਮੈਲਕਮ ਕਹਿੰਦਾ ਜੀ, ਇਫ ਦਾ ਬਹਾਦੁਰ ਸ਼ਾਹ ਹੈਜ਼ ਨੋਟ ਕੁਇਟਡ ਦਾ ਦੱਖਣ ਵਿਚ ਹੀ ਡਿਡ ਇਨ AD 1710 ਮਾਰਚ ਟੂਵਰਡਸ ਪੰਜਾਬ ਵਿਦ ਆਲ ਆਫ ਹਿਜ਼ ਇੰਪੀਰੀਅਲ ਫੋਰਸਿਸ, ਦੇਰ ਇਜ਼ ਐਵਰੀ ਰੀਜ਼ਨ ਟੂ ਥਿੰਕ ਦੈਟ ਦਾ ਹੋਲ ਆਫ ਦਾ ਹਿੰਦੁਸਤਾਨ ਵੁੱਡ ਹੈਵ ਬੀਨ ਸਬਡਿਊਡ ਬਾਏ ਦਾ ਸਿੱਖਸ, ਯਾਨੀ ਕਿ ਪੂਰੇ ਹਿੰਦੁਸਤਾਨ 'ਤੇ ਖਾਲਸਾ ਰਾਜ ਦੀ ਤਿਆਰੀ ਹੋ ਗਈ ਸੀਗੀ। ਸਾਹਿਬ ਹੋਰ ਮੌਕੇ ਦੇ ਆਈ ਵਿਟਨੈਸ ਇਹ ਗੱਲ ਕਹਿ ਰਹੇ ਨੇ, ਬਿਨਾਂ ਤਿਆਰ, ਔਰ ਉਹ ਕਹਿੰਦੇ ਬਹਾਦਰ ਸ਼ਾਹ ਨੂੰ ਸਾਰੀ ਫੌਜ ਲੈ ਕੇ ਪਹੁੰਚਣਾ ਪਿਆ ਪੰਜਾਬ, ਨਹੀਂ ਤਾਂ ਰੁਕਦੇ ਹੀ ਨਾ। ਸਿੱਕੇ ਜਾਰੀ ਕੀਤੇ ਗਏ ਜੀ, ਸਾਨੂੰ ਸਭ ਨੂੰ ਪਤਾ ਸਿੱਕਾ ਜਾਰੀ ਕੀਤਾ ਗਿਆ, ਸਿੱਕਾ ਜ਼ਰਬਰ ਹਰਦੋ ਆਲਮ ਫਾਜ਼ਲੇ ਸਤ ਸਾਹਿਬ ਫਤਿਹ ਗੁਰੂ ਗੋਬਿੰਦ ਸਿੰਘ ਸ਼ਹਿਨਸ਼ਾਹ ਤੇਗ ਨਾਨਕ ਵਾਹਿਆਸ, ਯਾਨੀ ਕਿ ਉਹ ਕਹਿੰਦਾ ਜਿਹੜੀਆਂ ਫਤਿਹ ਹੋਈਆਂ ਨੇ ਜਰਨੈਲ ਬੰਦਾ ਸਿੰਘ ਬਹਾਦਰ ਲਿਖਣ, ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸਾਰੇ ਗੁਰੂ ਸਾਹਿਬਾਂ ਨੂੰ ਸਮਰਪਿਤ ਹੈ, ਕਹਿੰਦੇ ਤੇਗ ਨਾਨਕ ਵਾਹਿਆਸ, ਯਾਨੀ ਕਿ ਮੇਰੇ ਹੱਥ 'ਚ ਤਲਵਾਰ ਹੈ ਗੁਰੂ ਨਾਨਕ ਪਾਤਸ਼ਾਹ ਦੀ।
ਤੇਰੇ ਨਾਨਕ ਵਾਹੇ ਅਸਤ। ਔਰ ਸਿੱਕੇ ਦੇ ਪਿੱਛੇ ਲਿਖਦੇ ਆ ਜ਼ਰਬ ਖਾਲਸਾ ਮੁਬਾਰਕ ਬਾਮਦ ਜ਼ੀਨ ਤੇ ਤਖਤ ਮੁਜ਼ੱਫਰ ਸ਼ਹਿਰ ਜੰਨਤ ਵਰਗੀ ਥਾਂ ਭਾਗਾਂ ਵਾਲਾ ਸ਼ਹਿਰ ਖਾਲਸਾ ਤਖਤ ਤੋਂ ਸਿੱਕੇ ਜਾਰੀ ਹੋਏ ਸਾਹਿਬ ਖਾਲਸਾ ਤਖਤ ਦਾ ਨਾਂ ਹੋਣਾ ਸਿੱਖ ਕੌਮ 'ਚ ਨਮੋਸ਼ੀ ਦਾ ਵਿਸ਼ੇ ਹੈ, ਨਮੋਸ਼ੀ ਦਾ ਵਿਸ਼ੇ। ਹੁਣ ਮੈਨੂੰ ਲੱਗਿਆ ਵੀ ਜੇ ਗੁਰੂ ਨਾਨਕ ਪਾਤਸ਼ਾਹ ਦੀ ਗੱਲ ਬੰਦਾ ਸਿੰਘ ਬਹਾਦਰ ਕਰ ਰਿਹਾ ਕਿ ਗੁਰੂ ਨਾਨਕ ਪਾਤਸ਼ਾਹ ਵੀ ਲੋਹਗੜ੍ਹ ਦੇ ਕੋਲ ਆਏ, ਅਤੇ ਗੁਰੂ ਨਾਨਕ ਪਾਤਸ਼ਾਹ ਤੋਂ ਲੋਹਗੜ੍ਹ ਤੋਂ ਪਹਿਲੇ 10 ਕਿਲੋਮੀਟਰ ਦੂਰ 3 ਗੁਰਦੁਆਰੇ ਇਤਿਹਾਸਿਕ ਮੌਜੂਦ ਨੇ। 3 ਗੁਰਦੁਆਰੇ ਸਾਨੂੰ ਸਮਝਣਾ ਪਏਗਾ ਅੱਜ ਵੀ ਜੰਗਲ 'ਚ ਨੇ, ਗੁਰੂ ਨਾਨਕ ਪਾਤਸ਼ਾਹ ਕਰਨ ਕੀ ਆਏ। ਅਤੇ ਹੁਣ ਇੱਥੋਂ ਗੱਲ ਜੋ ਮੇਰੇ ਤੋਂ ਪਹਿਲੇ ਭਾਈ ਸਾਹਿਬ ਬੋਲ ਰਹੇ ਸੀ, ਨਾਨਕ ਰਾਜ ਚਲਾਇਆ ਸੱਚ ਕੋਟ ਸਥਾਣੀ ਨੀਵ ਦੇ, ਉਹ ਕੋਈ ਖਿਆਲੀ ਪਲਾਓ ਨਹੀਂ ਸੀ, ਉਹ ਆਹ ਲਾਗੂ ਕੀਤਾ ਗਿਆ। ਹੁਕਮ ਹੋਆ ਮਿਹਰਬਾਨ ਦਾ ਪੇ ਕੋਈ ਨਾ ਕਿਸੇ ਰਜਾਣ ਦਾ, ਸਭ ਸੁਖਾਲੀ ਬਿਠੀ ਇਹ ਹੋਆ ਹਲੀਮੀ ਰਾਜ ਜੀਓ, ਇਹ ਹਲੀਮੀ ਰਾਜ ਦੀ ਸਥਾਪਨਾ ਹੋਈ ਜੀ। ਗੁਰੂ ਨਾਨਕ ਪਾਤਸ਼ਾਹ ਨੇ ਪਾਉਂਟਾ ਸਾਹਿਬ, ਬੁੜੀਆ, ਪਾਣੀਪਤ, ਕਰਨਾਲ, ਕੈਥਲ, ਕੁਰਸ਼ੇਤਰ, ਅੰਬਾਲਾ, ਮਨੀ ਮਾਜਰਾ ਇੱਥੇ ਆਪ ਪ੍ਰਚਾਰ ਕੇਂਦਰ ਸਥਾਪਿਤ ਕੀਤੇ। ਆਪ ਅੱਜ ਵੀ ਖੜ੍ਹੇ ਨੇ ਮੰਜੀ ਸਾਹਿਬ ਦੇ ਨਾਮ ਤੋਂ, ਅੱਜ ਵੀ ਇਸੇ ਵਿੱਚ ਹੀ ਘੇਰੇ 'ਚ 52 ਕਿਲ੍ਹੇ ਔਰ ਮੁਗਲ ਰਾਜ ਦੇ ਇਹਨਾਂ 52 ਕਿਲ੍ਹਿਆਂ 'ਚ ਕਬਰਾਂ ਬਣ ਗਈਆਂ। ਸਾਹਿਬ ਸਮਝਣਾ ਪਏਗਾ ਵੀ ਤਿਆਰੀ ਹੋਈ ਕਿੱਦਾਂ। ਦੁਨੀਆ ਦੇ 130 ਤੋਂ ਵੱਧ ਰਾਜੇ ਸਿੱਖ ਬਣ ਗਏ, 130 ਰਾਜੇ, 7 ਕਰੋੜ ਹਿੰਦੁਸਤਾਨ ਦੀ ਪਾਪੂਲੇਸ਼ਨ, 3 ਕਰੋੜ ਸਿੱਖ ਹੋ ਗਏ ਸੀ ਸਾਹਿਬ। ਅੱਜ 3 ਕਰੋੜ ਟੋਟਲ ਸਿੱਖ ਨਹੀਂ ਹੈ 150 ਕਰੋੜ 'ਚੋਂ। ਦੁਨੀਆ ਦੇ 130 ਰਾਜੇ, ਸ਼੍ਰੀਲੰਕਾ ਦਾ ਰਾਜਾ ਸ਼ਿਵਨਾਬ ਸਿੱਖ ਬਣ ਗਿਆ, ਓਟੋਮਨ ਅੰਪਾਇਰ ਦਾ ਰਾਜਾ ਸਿੱਖ ਬਣਿਆ ਜੀ। ਸਮਝਣਾ ਪਏਗਾ ਸੀ ਤਿਆਰੀ ਕੀ ਸੀਗੀ। ਵਣਜਾਰਿਆਂ ਦੇ ਵੱਡੇ ਪਰਿਵਾਰ ਸੀਗੇ ਜੀ, ਰਥੌੜ, ਚੌਹਾਨ, ਪਵਾਰ। ਭਾਈ ਮਨੀ ਸਿੰਘ ਇਸ ਪਰਿਵਾਰ 'ਚੋਂ ਸੀ, ਪਵਾਰ 'ਚੋਂ, ਯਾਦਵ 'ਚੋਂ ਲੱਖੀ ਸ਼ਾਹ ਵਣਜਾਰਾ, ਤੋਮਰ 'ਚੋਂ ਮੱਖਣ ਸ਼ਾਹ ਲਬਾਣਾ। ਭਾਈ ਮੱਖਣ ਸ਼ਾਹ ਲਬਾਣੇ ਦਾ ਤਾਂ ਕਸ਼ਮੀਰ 'ਚ ਮੁਜ਼ੱਫਰਨਗਰ ਟਾਂਡੇ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਨਾਲ ਮੁਲਾਕਾਤ ਹੋਈ, ਉਹਨਾਂ ਦੇ ਵੱਡੇ ਵਡੇਰੇ ਭਾਈ ਸੋਹਣ ਮੱਲ ਨਾਲ। ਇਹ ਰਾਜੇ ਸੀਗੇ ਅਤੇ ਗੁਰੂ ਨਾਨਕ, ਇਹਨਾਂ ਪਰਿਵਾਰਾਂ ਦੇ ਜੀ ਹੀ ਜਰਨੈਲ ਬੰਦਾ ਸਿੰਘ ਬਹਾਦਰ ਨਾਲ ਲੱਗੇ, ਜਰਨੈਲ ਬਣ ਕੇ ਸ਼ਹੀਦ ਹੋ ਰਹੇ ਨੇ। ਇਹਨਾਂ 'ਚੋਂ ਜੋ ਸਭ ਤੋਂ ਵੱਡਾ ਜਰਨੈਲ ਸੀ ਉਹ ਨਾਮ ਸੀ ਭਾਗੂ ਵਣਜਾਰਾ, ਭਗਵੰਤ ਸਿੰਘ ਬੰਗੇਸ਼ਵਰੀ ਅੰਮ੍ਰਿਤ ਸੰਚਾਰ ਤੋਂ ਬਾਅਦ ਨਾਮ ਹੋਇਆ। ਨੋਬਲਟੀ ਆਫ ਮੁਗਲ ਅੰਪਾਇਰ ਐਮ ਔਥਰ ਲਿਖਦਾ 5000 ਦਾ ਮਨਸਬਦਾਰ ਹੈ, ਅਟਕਦਾ ਰਾਜਾ। ਜਿਹੜਾ ਵਜ਼ੀਰ ਖਾਨ ਮਾਰਿਆ ਉਹ 3000 ਦਾ ਮਨਸਬਦਾਰ ਸੀਗਾ। ਸਿਰਫ 7-8 ਘੰਟਿਆਂ ਚੱਪਣਚਿੜੀ ਦੀ ਲੜਾਈ ਮੁੱਕ ਗਈ ਸੀਗੀ, ਔਰ ਇਤਿਹਾਸਕਾਰ ਲਿਖਦੇ ਨੇ ਕਿ 30000 ਮੁਗਲ ਮਾਰੇ ਗਏ ਬਿਨਾਂ ਤਿਆਰੀ ਤੋਂ ਜੀ। 30000 ਮੁਗਲ ਮਾਰਦੇ ਨੇ ਸਾਹਿਬ, ਆਪਾਂ ਬਿਲਕੁਲ ਵੀ ਫੈਕਟਸ 'ਤੇ ਨਹੀਂ ਗਏ ਔਰ ਸਾਨੂੰ ਇਹ ਗੱਲਾਂ ਸਮਝ ਨਹੀਂ ਪੈਣਗੀਆਂ ਤਿਆਰੀ ਕੀ ਕੀਤੀ ਗਈ। ਬੜੀ ਵੱਡੇ ਪੱਧਰ ਦੇ ਬਾਦਸ਼ਾਹ, 3 ਬਾਦਸ਼ਾਹ ਆਏ ਜੀ। ਬਹਾਦਰ ਸ਼ਾਹ ਤਾਂ 2 ਸਾਲਾਂ ਬਾਅਦ ਪਾਗਲ ਹੋ ਗਿਆ ਸਿੱਖਾਂ ਦੀ ਤਿਆਰੀ ਦੇਖ ਕੇ, ਉਹਦੀ ਡਿਪਰੈਸ਼ਨ 'ਚ, ਲਾਹੌਰ 'ਚ ਮੌਤ ਹੋਈ ਡਿਪਰੈਸ਼ਨ 'ਚ। ਉਹਨੇ ਕਿਹਾ ਮੁਗਲ ਰਾਜ ਗਿਆ ਪਾਗਲ ਕਰਕੇ। ਅਗਲਾ ਫਿਰ ਜਹਾਂਦਾਰ ਸ਼ਾਹ ਆਇਆ, ਉਹ ਮਰਿਆ, ਫਿਰ ਫਰਕਸੀਅਰ ਆਇਆ। ਸੋਚਣਾ ਪਏਗਾ ਕਿ 3 ਬਾਦਸ਼ਾਹ ਅਚਾਨਕ ਕਿੱਦਾਂ ਬਦਲ ਗਏ, ਕੀ ਤਿਆਰੀ ਚੱਲ ਰਹੀ ਸੀਗੀ। ਜਿਹੜੀ ਇੱਥੇ ਮੇਨ ਲੜਾਈ ਲੜੀ ਗਈ ਲੋਹਗੜ੍ਹ ਦੀ, ਉਹ ਵਣਜਾਰਿਆਂ ਨੇ, ਭੀਲ ਸਿੱਖਾਂ ਨੇ। ਹੁਣ ਭੀਲ ਕੌਣ ਹੈ? ਭੀਲ, ਕਿਉਂਕਿ ਅਸੀਂ ਭੀਲ ਹੈਗਾ ਜੀ ਕੌਡੇ ਨਾਲ ਕਨੈਕਟਡ, ਕੌਡੇ ਨੂੰ ਅਸੀਂ ਰਾਕਸ਼ਸ ਬਣਾ ਕੇ ਪੇਸ਼ ਕੀਤਾ। ਕੌਡਾ ਰਾਜਾ ਸੀਗਾ ਸੈਂਟਰਲ ਇੰਡੀਆ ਦਾ, ਇੱਥੇ ਭੀਲਾਂ ਦੇ ਪਿੰਡ ਵਸਾਏ ਗਏ, ਭੂਮੀਆਂ ਵਾਸਤੇ ਪਿੰਡ, ਜਿਹਨੂੰ ਭੂਮੀਆਂ ਚੋਰ ਕਿਹਾ ਗਿਆ, ਭੂਮੀਆਂ ਵੀ ਕਲੈਨ ਹੈ, ਉਹਨਾਂ ਪਿੰਡ ਵਸਾਏ ਗਏ। ਉਹ ਸਾਰੇ ਜੰਗਲਾਂ 'ਚ ਰਹਿਣ ਵਾਲੇ ਗੁਰੀਲਾ ਫਾਈਟਰ ਸੀਗੇ ਜਿਨ੍ਹਾਂ ਨੇ ਖਾਲਸਾ ਰਾਜ ਦੀ ਲੜਾਈ ਲੜੀ ਸਿੱਖ ਬਣ ਕੇ। ਅੱਜ ਉਹਨਾਂ ਦੇ ਡਿਸੈਂਡੈਂਟ ਪਾਉਂਟਾ ਸਾਹਿਬ ਨਾਹਨ ਰੋਡ 'ਤੇ ਬੈਠੇ ਨੇ, ਲੇਕਿਨ ਬਹੁਤ ਬੁਰੀ ਹਾਲਾਤ ਦੇ ਵਿੱਚ।
ਅਤੇ ਸਿਖਲੀ ਘਰ ਜਿਨ੍ਹਾਂ ਨੇ ਵੈਪਨਸ ਬਣਾਏ। ਲੇਕਿਨ ਇਹ ਚਾਰੋਂ ਔਰ ਪੰਜਵੇਂ ਸੂਫੀ ਅੱਜ ਇਹ ਪੰਜੋਂ ਸਿੱਖ ਕੌਮ ਦੇ ਮੇਨ ਸਟ੍ਰੀਮ ਦੇ ਹਿੱਸੇ ਨਹੀਂ ਹੈ, ਜਿਸ ਕਰਕੇ ਇੱਕ ਨਮੋਸ਼ੀ ਦਾ ਵਿਸ਼ਾ ਹੈ। ਕਿਹੜੇ ਕਿਹੜੇ ਜਰਨੈਲ ਆਏ ਜੀ, ਰਿਕਾਰਡ ਦੀ ਗੱਲ ਹੈਗੀ ਹੈ ਜੀ। ਹੁਣ ਕਿਉਂਕਿ ਮੈਂ ਰਿਕਾਰਡ ਚੈੱਕ ਕਰ ਰਿਹਾ ਸੀ ਅਤੇ ਮੱਸੇ ਰੰਗੜ ਦੀ ਹਵੇਲੀ 10 ਕਿਲੋਮੀਟਰ ਪਹਿਲੇ ਮਿਲ ਗਈ, ਕਿਉਂਕਿ ਮੈਂ ਆਪਣੇ PA ਨੂੰ ਕਿਹਾ ਵੀ ਸਾਰੇ ਪਿੰਡਾਂ ਜਿੰਨੀਆਂ ਪੁਰਾਣੀ ਬਿਲਡਿੰਗਾਂ ਦਾ ਰਿਕਾਰਡ ਇਕੱਠਾ ਕਰੋ। ਇੱਕ ਦਿਨ ਆ ਕਹਿੰਦਾ ਜੀ ਮੱਸੇ ਰੰਗੜ ਦੀ ਹਵੇਲੀ ਮਿਲੀ ਹੈ। ਮੈਂ ਕਿਹਾ ਮੱਸਾ ਰੰਗੜ ਤਾਂ ਉਹ ਇਹਨਾਂ ਨੇ 1740 ਦੇ ਵੀ ਦਰਬਾਰ ਸਾਹਿਬ ਢਾਹਤਾ ਸੀ, ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਉਹਦਾ ਸਿਰ ਵੱਢ ਕੇ ਬੁੱਢਾ ਜੋੜ ਲੈ ਗਏ ਸੀਗੇ। ਅਤੇ ਮੱਸੇ ਰੰਗੜ ਦੀ ਹਵੇਲੀ ਹੋਣ ਦਾ ਕੀ ਮਕਸਦ ਹੈ? ਅਤੇ ਮੀਤ ਪ੍ਰਧਾਨ SGPC ਦੇ ਕੰਟਰੋਲ ਸੀ, ਮੈਂ ਪੁੱਛਿਆ ਯਾਰ ਤੁਸੀਂ ਕਿਉਂ ਸੰਭਾਲੀ ਬੈਠੇ ਉਹਨੂੰ? ਕਹਿੰਦੇ ਲੋਕ ਕਹਿੰਦੇ ਮੈਂ ਮੰਨਦਾ ਨਹੀਂ। ਮੈਂ ਰਿਕਾਰਡ ਚੈੱਕ ਕਰਾਇਆ, ਰਿਕਾਰਡ ਦੇ ਵਿੱਚ ਮਲਕੀ ਹੈ ਤਲ ਉਹਦੇ। ਬਸ ਜੀ ਇੱਕ ਮਿੰਟ ਜੀ, ਬਸ ਮੈਂ ਕਰ ਰਿਹਾ। ਇੱਥੇ 85 ਪਿੰਡ ਰੰਗੜਾਂ ਦੇ ਵਸਾਏ ਗਏ, ਜਿਨ੍ਹਾਂ ਨੇ 1720 ਤੋਂ ਲੈ ਕੇ 1740 ਤੱਕ ਇੱਥੇ ਸਿੱਖਾਂ ਦਾ ਜੈਨੋਸਾਈਡ ਕੀਤਾ ਲੋਗੜ ਖਾਲਸਾ ਰਾਜਧਾਨੀ 'ਚ। ਸਾਡੇ ਇਤਿਹਾਸਕਾਰ ਅੱਜ ਤੱਕ ਇਹਨੂੰ ਮੁਕਲਿਸਗੜ੍ਹ ਦੱਸਦੇ ਨੇ। ਮੁਕਲਿਸਗੜ੍ਹ ਲੋਗੜ ਦੇ ਨਾਮ ਇੱਕ ਵੀ ਰੈਵਨਿਊ ਰਿਕਾਰਡ 'ਚ ਐਂਟਰੀ ਨਹੀਂ ਹੈ। ਮੁਕਲਿਸਗੜ੍ਹ ਨਾਮ ਦੀ ਜਿਹੜੀ ਚੀਜ਼ ਹੈਗੀ ਹੈ, ਜੋ ਅੱਜ ਤੱਕ ਸਾਡੀ 100 ਕਿਤਾਬ ਜੇ ਬੰਦਾ ਸਿੰਘ ਬਹਾਦਰ ਦੇ ਛੱਪੀਆਂ, ਉਹਨਾਂ ਨੇ ਲੋਗੜ ਨੂੰ ਮੁਕਲਿਸਗੜ੍ਹ ਲਿਖਿਆ। ਮੁਕਲਿਸਗੜ੍ਹ ਤਕਰੀਬਨ 40 ਕਿਲੋਮੀਟਰ ਦੂਰ ਉੱਤਰ ਪ੍ਰਦੇਸ਼ ਜਗ੍ਹਾ ਹੈ। ਮੁਗਲਾਂ ਦਾ ਬਣਾਇਆ ਰੰਗ ਮਹਿਲ ਹੈ, ਜਿਹਨੂੰ ਅੱਜ ਤੱਕ ਖਾਲਸਾ ਰਾਜਧਾਨੀ ਸਾਡੇ ਇਤਿਹਾਸਕਾਰ ਦੱਸਦੇ ਰਹੇ। ਆਰਕਿਓਲੋਜੀਕਲ ਸਰਵੇ ਆਫ ਇੰਡੀਆ ਦੀ ਪ੍ਰੋਟੈਕਟਿਡ ਸਾਈਟ ਹੈ, ਬਿਨਾਂ ਗਏ ਨਹੀਂ ਆਪਾਂ ਮੌਕੇ ਦੇ ਉੱਪਰ। ਔਰ ਕੀ 2 ਏਕੜ ਦੇ ਰੈਸਟ ਹਾਊਸ ਤੋਂ ਐਡੀ ਵੱਡੀ ਲੜਾਈ ਲੜੀ ਜਾ ਸਕਦੀ ਸੀਗੀ ਜੀ? ਪੋਸੀਬਲ ਹੀ ਨਹੀਂ ਜੀ। ਬੁੱਕ ਪਬਲਿਸ਼ ਹੋ ਗਈ ਜੀ, ਇਹ ਬੁੱਕ ਹੁਣ ਕੰਨੜ ਦੇ ਵਣਜਾਰਿਆਂ ਨੇ ਵੀ ਪਬਲਿਸ਼ ਕੀਤੀ। ਜੋ ਹੁਣ ਸਭ ਤੋਂ ਇੰਪੋਰਟੈਂਟ ਗੱਲ ਹੈ ਜੋ ਦੱਸਣੀ ਜ਼ਰੂਰੀ ਹੈ, ਮੈਂ ਇੱਕ ਵਣਜਾਰਿਆਂ 'ਚ ਸੰਮੇਲਨ ਸੀਗਾ, ਉਹ ਕਹਿੰਦੇ ਜਰਨੈਲ ਬੰਦਾ ਸਿੰਘ ਬਹਾਦਰ ਦਾ ਕਿਲ੍ਹਾ ਕਰਨਾਟਕਾ ਖੋਪਲ 'ਚ ਹੈ। ਮੈਂ ਜਦੋਂ ਗਿਆ ਅਤੇ ਜਾ ਕੇ ਉੱਥੇ ਰਿਕਾਰਡ ਚੈੱਕ ਕੀਤਾ ਅਤੇ ਕਿਲ੍ਹੇ ਦਾ ਨਾਮ ਬੰਦਾ ਸਿੰਘ ਬਹਾਦਰ, ਬੰਦਾ ਸਿੰਘ ਬਹਾਦਰ। ਅਸੀਂ ਪਤਾ ਨਹੀਂ ਕਿਹੜੇ ਭਰਮ ਭੁਲੇਖਿਆਂ 'ਚ ਰਹੇ। ਹੁਣ ਆਈਸੋਲੇਸ਼ਨ 'ਚ ਕੁਛ ਨਹੀਂ ਹੈ, 4 ਜਾਂ 8 ਆਂਡੇ ਨੇ, 5 ਪਿਆਰਿਆਂ 'ਚੋਂ 1 ਪਿਆਰਾ ਭਾਈ ਸਾਹਿਬ ਸਿੰਘ ਵੀ ਇਸ ਇਲਾਕੇ 'ਚੋਂ ਆ ਰਿਹਾ। ਗੁਰੂ ਨਾਨਕ ਪਾਤਸ਼ਾਹ ਦੀ ਵਿਜ਼ਿਟ ਹੈ, ਹੰਪੀ ਦਾ ਇਲਾਕਾ ਜਿੱਥੇ ਭਾਈ ਮੱਖਣ ਸ਼ਾਹ ਲਬਾਣੇ ਦਾ ਬਰਥ ਪਲੇਸ ਹੈ, ਕੁਛ ਇਤਿਹਾਸਕਾਰ ਲਿਖਦੇ ਨੇ, ਔਰ ਇੱਥੇ ਗੁਰੂ ਨਾਨਕ ਪਾਤਸ਼ਾਹ ਦੀ ਇਹਨਾਂ ਇਲਾਕਿਆਂ 'ਚ ਵਿਜ਼ਿਟ ਹੈ। ਮਸੰਤ ਥਾਪੇ ਗਏ, ਮੈਂ ਘੁੰਮਿਆ, ਮੈਂ ਕਿਹਾ ਇੱਕ ਹੋਰ ਐਵੀਡੈਂਸ ਦਿਖਾ ਦੇ, ਅਤੇ ਸ਼੍ਰੀ ਸਾਹਿਬ ਪਾ ਕੇ ਖਾਲਸੇ ਅੱਜ ਵੀ ਇਸ ਕਿਲ੍ਹੇ ਥੱਲੇ ਬੈਠੇ ਨੇ। ਅਸੀਂ ਨਾ ਹਿੰਦੀ ਬੋਲਦੇ ਨੇ, ਨਾ ਅੰਗਰੇਜ਼ੀ ਬੋਲਦੇ ਨੇ, ਨਾ ਪੰਜਾਬੀ ਬੋਲਦੇ ਨੇ, ਕੰਨੜ ਬੋਲਦੇ ਨੇ। ਕਹਿੰਦੇ ਗੁਰੂ ਨਾਨਕ ਪਾਤਸ਼ਾਹ ਟਾਈਮ ਦੇ ਬੈਠੇ ਹਾਂ, ਬੰਦਾ ਸਿੰਘ ਬਹਾਦਰ ਵਾਸਤੇ ਹਥਿਆਰ ਤਿਆਰ ਕਰਦੇ ਸੀਗੇ। ਅਸੀਂ ਬੰਦਾ ਸਿੰਘ ਬਹਾਦਰ ਦਾ ਪਿਛੋਕੜ ਕਿਹੜੀ ਕਿਹੜੀ ਗੱਲਾਂ ਨਾਲ ਜੋੜ ਛੱਡਿਆ। ਮੈਂ ਆਪਣੀ ਨਵੀਂ ਬੁੱਕ ਲੈ ਕੇ ਆ ਰਿਹਾ, ਉਹ 'ਚ ਡਿਟੇਲ 'ਚ ਸਾਰੇ ਐਵੀਡੈਂਸ ਲੈ ਕੇ ਆ ਰਿਹਾ। ਜੋ ਪੁਰਾਣੀ ਬੁੱਕ ਹੈ www.logar.com 'ਤੇ ਅਵੇਲੇਬਲ ਹੈ, ਤੁਸੀਂ ਉਹਨੂੰ ਦੇਖ ਸਕਦੇ ਹੋ। ਇਸ ਕਿਲ੍ਹੇ 'ਚ ਵੜਨ ਦਾ ਸਿਰਫ ਇੰਨਾ ਕੀ ਰਸਤਾ ਹੈ, ਅਤੇ ਸਿੱਖ ਲਈ ਘਰਾਂ ਦੇ 500 ਪਰਿਵਾਰ ਅੱਜ ਵੀ ਇਸ ਕਿਲ੍ਹੇ ਥੱਲੇ ਬੈਠੇ ਨੇ, ਅਤੇ ਇਸ ਸਾਈਡ ਦੇ ਵਿੱਚ ਇੱਕ ਮਜ਼ਾਰ ਦਸਤਗੀਰ ਦੀ ਵੀ ਹੈ। ਸਾਨੂੰ ਸਮਝਣਾ ਪਏਗਾ ਵੀ ਇਹ ਸਾਰੀ ਕੀ ਜੁਗਲਬੰਦੀ ਹੈ, ਇਹ ਕਿਆ ਕਨੈਕਟੀਵਿਟੀ ਹੈ ਜਿਹਦੇ ਨਾਲ ਇਹ ਸਾਰਾ ਕੰਮ ਚੱਲ ਰਿਹਾ। ਇਹਦਾ ਜਿਹੜਾ ਆਰਕਿਓਲੋਜੀਕਲ ਅਤੇ ਆਰਕੀਟੈਕਚਰਲ ਡਿਜ਼ਾਈਨ ਉਹੀ ਖਾਲਸਾ ਰਾਜ ਦੇ ਕਿਲ੍ਹਿਆਂ ਨਾਲ ਜੋ ਕਿ ਲੋਹਗੜ੍ਹ 'ਤੇ ਮੌਜੂਦ ਹੈ ਉਹਨਾਂ ਨਾਲ ਮਿਲਦਾ। ਇਹ ਸਿੱਖਲੀ ਘਰਾਂ ਦੇ ਪਰਿਵਾਰ ਹੈ ਜੀ, ਜੋ ਅੱਜ ਵੀ ਉਸ ਕਿਲ੍ਹੇ ਥੱਲੇ ਰਹਿੰਦੇ ਨੇ। ਗਰੀਬੀ ਦੇ ਹਾਲ 'ਚ ਅੰਗਰੇਜ਼ਾਂ ਨੇ ਇਹਨਾਂ ਨੂੰ ਕ੍ਰਿਮੀਨਲ ਟ੍ਰਾਈਬਲ ਐਕਟ 'ਚ ਪਾ ਦਿੱਤਾ ਸੀ, ਜਰਾਮ ਪੇਸ਼ਾ ਮੁਜਰਿਮ ਡਿਕਲੇਅਰ ਕਰਤਾ ਸੀਗਾ ਜੀ। ਅੱਜ ਵੀ ਇਸ ਕਿਲ੍ਹੇ ਦੇ ਨੀਚੇ ਮਾਰ ਦੇ ਮਹੀਨੇ 'ਚ 5 ਲੱਖ ਵਣਜਾਰਾ ਇਕੱਠਾ ਹੁੰਦਾ, ਜੋ ਸਾਰੀ ਰਾਤ ਗੁਰੂ ਨਾਨਕ ਪਾਤਸ਼ਾਹ ਅਤੇ ਬੰਦਾ ਸਿੰਘ ਬਹਾਦਰ ਨੂੰ ਯਾਦ ਕਰਦਾ ਹੈ। ਅਸੀਂ ਕਾਹਦੇ ਐਵੀਡੈਂਸ ਲੱਭਦੇ ਹਾਂ, ਔਰ ਕੀ ਸਾਡੇ ਅੱਜ ਤੱਕ ਇਤਿਹਾਸਕਾਰਾਂ ਨੇ ਲੱਭਿਆ? ਅੱਜ ਸਾਨੂੰ ਸਮਝਣੀਆਂ ਪੈਣਗੀਆਂ। ਇਹ ਬੁੱਕ ਮਰਾਠੀ 'ਚ ਵੀ ਪਬਲਿਸ਼ ਕੀਤੀ, ਕਿਉਂਕਿ
2 ਕਰੋੜ ਵਣਜਾਰੇ ਇਕੱਲੇ ਮਹਾਰਾਸ਼ਟਰ 'ਚ ਹੀ ਬੈਠੇ ਨੇ ਜੋ ਗੁਰੂ ਨਾਨਕ ਨਾਮ ਲੇਵਾ ਸੰਗਤ ਹੈ। ਟੋਟਲ ਵਣਜਾਰੇ ਹਿੰਦੁਸਤਾਨ 'ਚ 12 ਕਰੋੜ ਦੇ ਕਰੀਬ ਹੈ ਜੋ ਗੁਰੂ ਨਾਨਕ ਨਾਮ ਲੇਵਾ ਸੰਗਤ ਹੈ। ਆਹ ਲੋਹਗੜ੍ਹ ਦਾ ਨਕਸ਼ਾ ਜੀ, ਇਹ ਪਾਉਂਟਾ ਸਾਹਿਬ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 2007 ਦੇ ਵਿੱਚ ਇੱਥੇ ਕਿਲੇ ਦੇ ਵਿੱਚ ਜਗ੍ਹਾ ਲੈ ਲਈ, ਲੇਕਿਨ ਇੱਕ ਇੱਟ ਨਹੀਂ ਲਾਈ ਜੀ। ਉਸ ਤੋਂ ਬਾਅਦ SJPC ਨੇ ਵੀ ਇੱਥੇ ਜਗ੍ਹਾ ਲਿੱਤੀ ਹੋਈ ਸੀ, ਇੱਟ ਨਹੀਂ ਲਾਈ। ਫਿਰ ਮੈਂ ਵੀ ਉੱਥੇ ਥੋੜ੍ਹੀ ਸੰਗਤ ਨੂੰ ਮੋਟੀਵੇਟ ਕੀਤਾ, ਇੱਕ ਜਗ੍ਹਾ ਪਰਚੇਸ ਕੀਤੀ, ਨਾਨਕ ਰਾਜ ਚਲਾਇਆ ਸੱਚਕੋਟ ਸਥਾਨੀ ਨੀਵ ਦੇ, ਔਰ ਪਿੱਛੇ SJPC ਨੇ ਵੀ ਉਹਦਾ ਨੀਂਹ ਪੱਥਰ ਰੱਖਿਆ, ਔਰ ਇਹ ਬਿਲਡਿੰਗ ਬਣ ਕੇ ਹੁਣ ਤਿਆਰ ਹੋ ਗਈ। ਉੱਥੇ ਪਹੁੰਚਣ ਦੀ ਸੜਕ ਨਹੀਂ ਸੀ, ਸੜਕ ਬਣਵਾ ਦਿੱਤੀ, ਠੀਕ ਹੈ ਜੀ। ਇੱਕ ਗੁਰਦੁਆਰਾ ਸਾਹਿਬ ਵੀ ਉਸਾਰ ਦਿੱਤਾ ਗਿਆ ਲੋਹਗੜ ਖਾਲਸਾ ਰਾਜਧਾਨੀ 'ਚ ਜਦੋਂ ਮੈਂ ਮੁਹਿੰਮ ਚਲਾਇਆ, ਜਿੱਥੋਂ ਦੀ ਮੁਗਲ ਫੌਜ ਸ਼ਾਹਬਾਦ ਤੋਂ ਸਡੌਰੇ ਦੇ ਲੋਹਗੜ ਦੇ ਕਿਲੇ 'ਚ ਵੜੀ ਸੀ, ਉਸ ਰੋਡ ਨੂੰ ਮੈਂ ਨੋਟੀਫਾਈ ਕਰਾਇਆ ਗੌਰਮੈਂਟ ਤੋਂ, ਲੋਹਗੜ ਖਾਲਸਾ ਰਾਜਧਾਨੀ ਸੜਕ। ਔਰ 5 ਜ਼ਿਲ੍ਹਿਆਂ 'ਚ ਬੋਰਡ ਵੀ ਲਗਵਾਏ ਗਏ, ਲੋਹਗੜ ਖਾਲਸਾ ਰਾਜਧਾਨੀ 9 ਕਿਲੋਮੀਟਰ ਦੂਰ ਹੈਗੀ ਹੈ ਜੀ। ਇਹ ਕੋਸ਼ਿਸ਼ ਜਾਰੀ ਹੈ। ਹਿੰਦੀ ਦੀ ਅਖਬਾਰ ਹੈ, 300 ਸਾਲ ਬਾਅਦ ਲੌਟ ਰਹੀ ਹੈ ਲੋਹਗੜ ਕੀ ਸਰਦਾਰੀ, ਔਰ ਇੰਗਲਿਸ਼ ਟ੍ਰਿਬਿਊਨ ਦੀ ਖਬਰ ਹੈ ਫੋਰਟ ਲੋਹਗੜ ਟੂ ਰਾਈਜ਼ ਫਰੋਮ ਐਸ਼ਸ। ਕਾਕਾ ਸੁਖਬੀਰ ਸਿੰਘ ਬਾਦਲ ਵੀ ਪਿੱਛੇ ਪਿੱਛੇ ਪਹੁੰਚ ਕੇ 308ਵਾਂ ਖਾਲਸਾ ਰਾਜਧਾਨੀ ਸਿਰਜਣਾ ਦਿਵਸ ਮਨਾਉਂਦੇ। SJPC ਨੇ ਮੇਰਾ ਨੋਟਿਸ ਜਾਰੀ ਕਰਤਾ ਜੀ, ਉਹਨਾਂ ਨੇ ਕਹਿਤਾ ਵੀ ਜਿੰਨੇ ਇਹ ਗੱਲਾਂ ਕਹਿੰਦਾ ਝੂਠ ਕਹਿੰਦਾ, ਔਰ ਇਹ ਇੰਗਲਿਸ਼ ਟ੍ਰਿਬਿਊਨ ਦੀ ਖਬਰ ਹੈ ਬੁੱਕ ਔਨ ਫੋਗਟ ਲੋਹਗੜ ਫੋਰਟ ਫੈਕਚੁਅਲੀ ਇਨਕਰੈਕਟ। ਔਰ ਇਹ ਮੇਰਾ ਲੋਹਗੜ ਚੈਨਲ ਹੈ ਲੋਹਗੜ ਖਾਲਸਾ ਰਾਜਧਾਨੀ। ਜੇ ਤੁਹਾਨੂੰ ਮੇਰੀ ਗੱਲ 'ਚ ਕੁਛ ਵੀ ਸੱਚਾਈ ਨਜ਼ਰ ਹੋਈ ਹੋਏ ਤਾਂ ਕਾਇੰਡਲੀ ਇਹਨੂੰ ਪਲੀਜ਼ ਸਬਸਕ੍ਰਾਈਬ ਕਰੋ। ਵੈਬਸਾਈਟ ਹੈ www.lohgarh.com। ਜਿੰਨੀਆਂ ਗੱਲਾਂ ਮੈਂ ਕੀਤੀਆਂ ਨੇ ਇਹਦੇ ਪ੍ਰਮਾਣ ਸਮੇਤ ਬੁੱਕਸ ਇੱਥੇ ਫਰੀ ਆਫ ਕੋਸਟ ਤੁਸੀਂ ਡਾਊਨਲੋਡ ਕਰ ਸਕਦੇ ਹੋ। ਕੋਲ ਨਿਪਤ ਨਾਨਕਾ ਔਲਖ ਸੱਚ ਰਹੀ ਫੋਲਸੁਡ ਹਲ ਵਿਲ ਕਮ ਟੂ ਐਂਡ, ਓ ਨਾਨਕ ਦਾ ਤਰੁੱਤ ਵਿਲ ਰਾਈਜ਼ ਅਗੇਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।